ਕਰਦੇ ਆ ਉਹਨਾਂ ਦਾ ਤੇ ਧੰਨਵਾਦ ਵੀ ਉਹਨਾਂ ਸਾਰੇ ਸੱਜਣਾਂ ਦਾ ਜਿਹੜੇ ਸਾਥ ਸਹਿਯੋਗ ਦਿੰਦੇ ਨੇ ਤੇ ਸਹਿਯੋਗੀ ਸੱਜਣਾਂ ਦੇ ਵਿਚੋਂ ਬਾਈ ਜਸਵਿੰਦਰ ਸਿੰਘ ਮਿਸੀਸੀਪੀ ਬਹੁਤ ਵੋਟਾਂ ਇਹਨਾਂ ਨੇ ਪਾਈਆਂ ਸਨ ਤੇ ਜਸਵੰਤ ਸਿੰਘ ਸੋਤਾ ਸਾਹਿਬ ਤੇ ਪਿੰਡ ਸਿੰਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀ ਬਹੁਮਤ ਨਾਲ ਜਿਤਾਉਣ ਦੇ ਵਾਸਤੇ ਸਾਡੀ ਗੱਲ ਅੱਗੇ ਵਧਾਉਣ ਦੇ ਵਾਸਤੇ ਇਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਅੱਜ ਮੈਂ ਵੋਟਾਂ ਦੀਆਂ ਗੱਲਾਂ ਹੀ ਕਰ ਰਿਹਾ ਫਿਰ ਇਹਨਾਂ ਦਾ ਵੀ ਬਹੁਮਤ ਦੇ ਵਿਚ ਜ਼ਿਕਰ ਕਰ ਦਈਏ ਤੇ ਪਰਮਵੀਰ ਸਿੰਘ ਬਾਠ ਸਾਹਿਬ ਸਾਡੇ ਨਾਲ ਸ਼ਾਮਲ ਨੇ ਸੋ ਉਹਨਾਂ ਦਾ ਸਹਿਯੋਗ ਮਿਲ ਰਿਹਾ ਨਵੀਂ ਸਰਕਾਰ ਬਣਾਉਣ ਦੇ ਵਾਸਤੇ ਜੀ ਬਾਠ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਸੁਖਨੈਬ ਜੀ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਬਾਠ ਸਾਹਿਬ ਜੁੜੇ ਹੋ ਤੁਸੀਂ ਤੇ ਪੰਜਾਬ ਇੱਥੇ ਵੋਟਰਾਂ ਨੂੰ ਵੋਟਰਾਂ ਦਾ ਕਹਿੰਦੇ ਰਲਵਾਂ ਮਿਲਵਾਂ ਹੰਗਾਰਾ ਰਿਹਾ ਤੇ ਨਾਲੇ ਉਹ ਕਹੀਏ ਨੇ ਕਿਤੇ ਕੋਈ ਰੋਂਦਾ ਹੋਵੇਗਾ ਜਾਦਾ ਮੇਰੇ ਵਾਂਗੂ ਸੀਨੇ ਨਾਲ ਲਾ ਕਈ ਇਹੋ ਜਿਹੇ ਹਾਲ ਵੀ ਹੋਏ ਪਏ ਆ ਸੁਖਨੈਬ ਜੀ ਅੱਜ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਲਈ ਗਿਣਤੀ ਸ਼ੁਰੂ ਹੋਈ ਕਈ ਮੱਥੇ ਟੇਕ ਟੇਕ ਕੇ ਆਏ ਸੀ ਤੇ ਕਈਆਂ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਜਦੋਂ ਮੈਂ ਆਇਆ ਤੁਸੀਂ ਹਾਰ ਹੂਰ ਤਿਆਰ ਰੱਖਿਓ ਤੇਲ ਚੋ ਕੇ ਮੈਨੂੰ ਅੰਦਰਲੇ ਪਾਸੇ ਲੰਘਾਉਣਾ ਕਈਆਂ ਨੇ ਤਾਂ ਪੁੱਤਾਂ ਤੇ ਧੀਆਂ ਨੂੰ ਵੀ ਕਹਿਤਾ ਸੀ ਕਿ ਹੁਣ ਤੁਸੀਂ ਤਿਆਰੀ ਖਿੱਚ ਲਓ ਅੱਜ ਜੇ ਮੈਂ MP ਬਣ ਗਿਆ ਤਾਂ 2-2.5 ਸਾਲਾਂ ਬਾਅਦ MLA ਦੀ ਟਿਕਟ ਤੁਹਾਡੀ ਪੱਕੀ ਹੈ ਉਧਰ ਕਾਊਂਟਿੰਗ ਸੈਂਟਰ ਦੇ ਬਾਹਰ ਬਾਪੂ ਡੰਡ ਬੈਠਕਾਂ ਮਾਰੀ ਜਾਂਦਾ ਸੀ ਤੇ ਘਰੇ ਉੱਥੇ ਡੰਡ ਬੈਠਕਾਂ ਮਾਰੀ ਜਾਂਦਾ ਸੀ ਕਿ ਬਾਪੂ ਨੇ ਅੱਜ ਬਾਪੂ ਨੇ MP ਬਾਪੂ ਬਣ ਕੇ ਮੁੜਨਾ ਤੇ ਪੁੱਤ ਨੂੰ ਦਿਨ ਰਾਤ ਸੁਪਨੇ ਫਿਰ MLA ਦੇ ਆਉਣੇ ਸੀ ਪਰ ਜਿਵੇਂ ਜਿਵੇਂ EVM ਮਸ਼ੀਨਾਂ ਦੇ ਉੱਤੇ ਉਂਗਲੀ ਦਾ ਭਾਰ ਪਿਆ ਨਾਲ ਦੀ ਨਾਲ ਨਤੀਜੇ ਜਿਹੜੇ ਹੈ ਉਹ ਕਈ ਤਰ੍ਹਾਂ ਦੇ ਨਾਲ ਅਜੀਬੋ ਗਰੀਬ ਜਿਹਾ ਮਾਹੌਲ ਪੈਦਾ ਕਰ ਗਿਆ ਦੇਖੋ ਕੁਝ ਹਲਕਿਆਂ ਦੀ ਆਸ ਸੀ ਕਿ ਉੱਥੇ ਫਸਮਾ ਮੁਕਾਬਲਾ ਹੋਊ ਮੁਕਾਬਲੇ ਇੱਕ ਪਾਸੜ ਹੋ ਗਏ ਕਈ ਉਮੀਦਵਾਰਾਂ ਦੇ ਬਾਰੇ ਲੱਗਾ ਸੀ ਕਿ ਡਟ ਕੇ ਆਖਰੀ ਦਮ ਤੱਕ ਮੁਕਾਬਲਾ ਕਰਨਗੇ ਪਰ ਉਹ ਉਮੀਦਵਾਰ ਟਾਈਮ ਨਾਲ ਹੀ ਚਿੱਤ ਹੋ ਗਏ ਕਈਆਂ ਦੇ ਬਾਰੇ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਵਾਹਵਾ ਵੋਟਾਂ ਲੈ ਜਾਣਗੇ ਪਰ ਉਹਨਾਂ ਨੇ ਵੋਟਾਂ ਇਸ ਹਿਸਾਬ ਕਿਤਾਬ ਦੇ ਨਾਲ ਲਈਆਂ ਕਿ ਉਹ ਵੋਟਾਂ ਜਿਹੜੀਆਂ ਨੇ ਹੁਣ ਕਈ ਉਮੀਦਵਾਰਾਂ ਦੇ ਲਈ ਖਤਰਾ ਵੀ ਬਣ ਗਈਆਂ ਦੇਖੋ ਆਪਾਂ ਇਹ ਜਿਹੜੀਆਂ 13 ਲੋਕ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਨੇ ਅੰਕੜਾ ਸਾਰਿਆਂ ਨੂੰ ਪਤਾ ਕੌਣ ਕਿੰਨੀਆਂ ਵੋਟਾਂ ਲੈ ਗਿਆ ਕੌਣ ਕਿੰਨੀਆਂ ਦੇ ਨਾਲ ਜਿੱਤਿਆ ਤੇ ਕਿਹਦੇ ਹਿੱਸੇ ਕਿੰਨੀਆਂ ਕੁ ਵੋਟਾਂ ਜਿਹੜੀਆਂ ਉਹ ਆਈਆਂ ਪਰ ਵੋਟਰਾਂ ਨੇ ਹੁੰਗਾਰਾ ਦਿੱਤਾ ਕਿਹੋ ਜਿਹਾ ਦੇਖੋ ਸੁਖਰੈਬ ਜੀ ਇੱਕ ਗੱਲ ਤਾਂ ਪੱਕੀ ਹੈ ਜਦੋਂ 2 ਸੀਟਾਂ ਅਕਾਲੀ ਦਲ ਲੈ ਗਿਆ 2 BJP ਲੈ ਗਈ 8 ਕਾਂਗਰਸ ਲੈ ਗਈ 1 ਆਮ ਆਦਮੀ ਪਾਰਟੀ ਲੈ ਗਈ ਇਹ ਤਾਂ 4-5 ਹਿੱਸਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵੋਟਾਂ ਵੰਡ ਕੇ ਪਾਈਆਂ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਪੰਜਾਬ ਦੇ ਲੋਕਾਂ ਨੇ ਨਿਰਾਸ਼ ਨਹੀਂ ਕੀਤਾ ਪੂਰੇ ਦੇਸ਼ ਦੇ ਵਿੱਚੋਂ ਜੇ ਕਿਸੇ ਪਾਸੇ ਖਾਤਾ ਖੁੱਲਿਆ ਤਾਂ ਉਹ ਪੰਜਾਬ ਦੇ ਵਿੱਚੋਂ ਖੁੱਲਿਆ ਅਕਾਲੀ ਦਲ ਦੇ ਉੱਤੇ ਤਾਂ ਹਨੇਰੀ ਜਿਹੜੀ ਹੈ ਉਹ ਹੋਂਦ ਦੇ ਖਤਰੇ ਦੀ ਵਗ ਰਹੀ ਸੀ ਤਾਂ 13 ਦੇ ਵਿੱਚੋਂ 2 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਪੰਜਾਬ ਦੇ ਲੋਕਾਂ ਨੇ ਇਹ ਵੀ ਅਹਿਸਾਸ ਕਰਾਤਾ ਕਿ ਹਾਲ ਦੀ ਘੜੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਵਿਰੋਧੀ ਧਿਰ ਜਿਹੜੀ ਹੈ ਅਕਾਲੀ ਦਲ ਤੇ ਭਾਜਪਾ ਹੀ ਹੈ BJP ਨੂੰ ਜਿਹੜੀਆਂ 3 ਦੇ ਵਿੱਚੋਂ 2 ਸੀਟਾਂ ਪੰਜਾਬ ਦੇ ਲੋਕਾਂ ਨੇ ਦਵਾਤੀਆਂ ਉਹਦੇ ਤੋਂ ਪਤਾ ਲੱਗ ਗਿਆ ਕਿ ਜੇ ਸਾਰੇ ਦੇਸ਼ ਦੇ ਵਿੱਚ BJP ਦੀ ਹਨੇਰੀ ਹੈ ਤੇ ਐਤਕੀ ਪੰਜਾਬ ਵੀ ਉਸ ਹਨੇਰੀ ਤੋਂ ਅਛੂਤਾ ਨਹੀਂ 13 ਦੇ ਵਿੱਚੋਂ 8 ਸੀਟਾਂ ਜਿਹੜੀਆਂ ਕਾਂਗਰਸ ਨੂੰ ਦਿੱਤੀਆਂ ਉਹਦੇ ਨਾਲ ਇੱਕ ਵਾਰੀ ਤਾਂ ਕਪਤਾਨ ਸਾਹਿਬ ਇਹ ਅਹਿਸਾਸ ਕਰਾਉਣ ਦੇ ਵਿੱਚ ਕਾਮਯਾਬ ਰਹੇ ਨੇ ਕਿ ਸਰਕਾਰ ਸ਼ੁਰੂ ਹੋਣ ਦੇ 2.25 ਸਾਲ ਬਾਅਦ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਕੁਝ ਹੱਦ ਤੱਕ ਮੇਰਾ ਜਾਦੂ ਬਰਕਰਾਰ ਹੈ ਪਰ ਹੁਣ ਲੋਕੀ ਉਡੀਕ ਕਰ ਰਹੇ ਨੇ ਉਸ ਬਿਆਨ ਦੇ ਇੰਪਲੀਮੈਂਟ ਹੋਣ ਦੀ ਜਿਹੜਾ ਬਿਆਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਦੇ ਵਿੱਚ ਖੁੰਡਾ ਫੜ ਕੇ ਦਿੱਤਾ ਸੀ ਕਿ ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਜਿਹੜੇ ਕਾਂਗਰਸੀ MLA ਜਾਂ ਮੰਤਰੀ ਦੇ ਹਲਕੇ ਦੇ ਵਿੱਚੋਂ ਕਾਂਗਰਸ ਦਾ ਲੋਕ ਸਭਾ ਚੋਣਾਂ ਦਾ ਉਮੀਦਵਾਰ ਹਾਰਿਆ ਉਹ ਫਿਰ ਮੁੜ ਕੇ ਸਿਆਸੀ ਤੌਰ ਤੇ ਸਜ਼ਾ ਜਿਹੜੀ ਹੈ ਨਾ ਉਹ ਭੁਗਤਣ ਨੂੰ ਤਿਆਰ ਰਹੇ ਹੈ ਦੇਖੋ ਸਭ ਤੋਂ ਵੱਡੀ ਲੜਾਈ ਲੱਗਦੀ ਸੀ ਕਿ ਮਹਿਲਾ ਵਾਲਿਆਂ ਦੀ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਹੈ ਹੁਣ ਪਟਿਆਲੇ ਦੇ ਉੱਤੇ ਇਸ ਕਰਕੇ ਨਜ਼ਰਾਂ ਟਿਕੀਆਂ ਸੀ ਕਿਉਂਕਿ ਖੁਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਸੇ ਪਟਿਆਲੇ ਦੇ ਨਾਲ ਸੰਬੰਧ ਰੱਖਦੇ ਸੀ ਤੇ ਜੇ ਮੁੱਖ ਮੰਤਰੀ ਦੀ ਧਰਮ ਪਤਨੀ ਚੋਣ ਹਾਰਦੀ ਤਾਂ ਕਾਂਗਰਸ ਪਾਰਟੀ ਦੇ ਅੰਦਰੋਂ ਵੀ ਵਿਰੋਧ ਪੈਦਾ ਹੋਣੇ ਸ਼ੁਰੂ ਹੋ ਜਾਣੇ ਸੀ ਬਾਹਰਲੇ ਪਾਸਿਓਂ ਤਾਂ ਵਿਰੋਧ ਪੈਦਾ ਹੋਣਾ ਹੀ ਸੀ ਪਰ ਸਵੇਰੇ ਜਦੋਂ EVM ਮਸ਼ੀਨਾਂ ਖੁੱਲੀਆਂ ਤਾਂ ਪਹਿਲੇ ਗੇੜ ਤੋਂ ਲੈ ਕੇ ਆਖਰੀ ਗੇੜ ਤੱਕ ਜਦੋਂ ਬੀਬੀ ਪ੍ਰਨੀਤ ਕੌਰ ਨੇ ਪਹਿਲਾਂ ਲੀਡ ਲਈ ਤੇ ਹੌਲੀ ਹੌਲੀ ਲੀਡ ਵਧਾਈ ਉਹਦੇ ਨਾਲ ਇਹ ਸਾਬਿਤ ਹੋ ਗਿਆ ਸੀ ਕਿ ਭਾਈ ਬੀਬੀ ਪ੍ਰਨੀਤ ਕੌਰ ਨੇ ਜਿੱਤਾ ਜਾਣਾ
ਪਰ ਇਸ ਗੱਲ ਦੀ ਪੰਜਾਬ ਦੇ ਲੋਕਾਂ ਨੂੰ ਭੋਰਾ ਉਮੀਦ ਨਹੀਂ ਸੀ ਕਿ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਪੀਡੀਏ ਦੇ ਅੰਗ ਡਾਕਟਰ ਧਰਮਵੀਰ ਗਾਂਧੀ ਇੰਨਾ ਜ਼ਿਆਦਾ ਪਿੱਛੇ ਰਹਿ ਜਾਣਗੇ। ਹਾਲਾਂਕਿ ਚਰਚਾ ਬੜੀ ਸੀ ਡਾਕਟਰ ਧਰਮਵੀਰ ਗਾਂਧੀ ਦੀ ਕਿ ਉਹਨਾਂ ਨੇ ਰਵਾਇਤੀ ਨਸ਼ਿਆਂ ਨੂੰ ਸ਼ੁਰੂ ਕਰਨ ਦੀ ਹਮਾਇਤ ਕਰਕੇ ਜਿਹੜੇ ਅੱਜ ਕੱਲ ਦੇ ਕੈਮੀਕਲ ਨਸ਼ੇ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ। ਉਹਨਾਂ ਨੇ ਮੈਰਿਜ ਸਿੱਖ ਮੈਰਿਜ ਐਕਟ ਦੀ ਗੱਲ ਵੀ ਕੀਤੀ, ਸ਼ਮਸ਼ਾਨ ਘਾਟ ਕਿੱਦਾਂ ਪੰਜਾਂ ਦੇ ਵਿੱਚੋਂ ਇੱਕ ਬਣਾਉਣਾ ਉਹਦਾ ਵੀ ਚੱਕਰ ਚਲਾਇਆ। ਇਹਦੇ ਤੋਂ ਇਲਾਵਾ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਡਾਕਟਰ ਧਰਮਵੀਰ ਗਾਂਧੀ ਦਾ ਠੋਕ ਲਿਜਾ ਕੇ ਕਹਿਣਾ ਸੀ ਕਿ ਮੈਂ ਕਸਰ ਕੋਈ ਨਹੀਂ ਛੱਡੀ, ਪਰ ਅੱਜ ਕੁੱਲ ਪੋਲ ਹੋਈਆਂ 11,75,528 ਵੋਟਾਂ ਦੇ ਵਿੱਚੋਂ ਜਦੋਂ ਸਿਰਫ 1,61,000 ਵੋਟਾਂ ਡਾਕਟਰ ਧਰਮਵੀਰ ਗਾਂਧੀ ਨੂੰ ਪਈਆਂ ਜਿਹੜੀਆਂ ਸਿਰਫ ਤੇ ਸਿਰਫ 14% ਬਣਦੀਆਂ, ਤਾਂ ਇਹਦੇ ਨਾਲ ਇਹ ਗੱਲ ਤਾਂ ਤਕਰੀਬਨ ਸਪਸ਼ਟ ਹੋ ਗਈ ਸੀ ਕਿ ਡਾਕਟਰ ਧਰਮਵੀਰ ਗਾਂਧੀ ਦੇ ਵਿਕਾਸ ਦਾ ਇਹ ਮਾਡਲ ਪਟਿਆਲੇ ਦੇ ਲੋਕਾਂ ਨੇ ਬਹੁਤਾ ਜ਼ਿਆਦਾ ਪਸੰਦ ਨਹੀਂ ਕੀਤਾ। ਤੇ ਦੂਸਰਾ ਨੰਬਰ ਸੁਰਜੀਤ ਸਿੰਘ ਰੱਖੜੇ ਦਾ ਆਇਆ ਜਿਨ੍ਹਾਂ ਨੂੰ 3,00,000 ਤੇ ਕਰੀਬ 70,000 ਵੋਟਾਂ ਮਿਲੀਆਂ, ਪਰ 5,32,000 ਵੋਟਾਂ ਲੈ ਕੇ ਬੀਬੀ ਪ੍ਰਨੀਤ ਕੌਰ ਜਿਹੜੇ ਨੇ ਉਹ ਜੇਤੂ ਰਹੇ। ਤੇ ਵੋਟਾਂ ਦਾ ਜਿਹੜਾ ਉਹ ਫਰਕ ਹੀ ਬੜਾ ਸੀ। ਦੇਖੋ ਬੀਬੀ ਪ੍ਰਨੀਤ ਕੌਰ ਨੇ ਜਿਸ ਤਰੀਕੇ 45% ਵੋਟਾਂ ਕੁੱਲ ਮਿਲਾ ਕੇ ਲਈਆਂ, 31% ਵੋਟਾਂ ਸੁਰਜੀਤ ਸਿੰਘ ਰੱਖੜੇ ਨੂੰ ਪਈਆਂ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਬੀਬੀ ਨੀਨਾ ਮਿੱਤਲ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਉਹ ਸਿਰਫ 56%, ਜਾਣੀ ਕਿ 5% ਵੋਟਾਂ ਵੀ ਨਹੀਂ ਲੈ ਸਕੇ। ਸੋ ਸੋਚ ਵਿਚਾਰ ਦੀ ਘੜੀ ਤਾਂ ਹੈਗੀ ਆ ਨਾ ਕਿ ਜਿਹੜੀ ਸੀਟ ਪਿਛਲੀ ਵਾਰੀ ਆਮ ਆਦਮੀ ਪਾਰਟੀ ਜਿੱਤ ਗਈ ਸੀ ਉੱਥੋਂ ਦੀਆਂ 95% ਭੁਗਤੀਆਂ ਵੋਟਾਂ ਉਹਨਾਂ ਦੇ ਖਿਲਾਫ ਗਈਆਂ ਕਿਉਂ? ਸੋ ਬੀਬੀ ਪ੍ਰਨੀਤ ਕੌਰ ਜਿਹੜੇ ਨੇ ਇਸ ਵੇਲੇ ਖੁਸ਼ੀਆਂ ਕਿਹੜਿਆਂ ਚ ਨੇ? ਡਾਕਟਰ ਧਰਮਵੀਰ ਗਾਂਧੀ ਸੋਚਦੇ ਹੋਣਗੇ ਕਿ ਭਾਈ ਬਿਮਾਰੀ ਗਾਂਧੀ ਤਾਂ ਕਈਆਂ ਨੇ ਆਪਦੇ ਐਂ ਕਰੋ ਯਾਰ ਗਲੂਕੋਜ਼ ਵੀ ਲਾ ਦਿਓ ਤੇ ਨਾਲ ਦੂਸਰੀ ਵੀ ਚੱਕ ਕੇ ਲਿਆਓ ਨੇੜੇ, ਦਵਾਈ ਦਿਲ ਘਟਦਾ ਜਾ ਘਟਦਾ ਜਾ। ਵੱਡੀ ਹਾਰ ਹੈ ਜਿਹੜੀ, ਕਿਉਂਕਿ ਆਪਾਂ ਨੂੰ ਲੱਗਦੀ ਨੀ ਸੀ ਕਿ ਇੰਨੀ ਹੋ ਸਕਦੀ ਹੈ। ਮੈਂ ਤਾਂ 2-3 ਵਾਰੀ ਉਹਨਾਂ ਨੂੰ ਮਿਲ ਕੇ ਵੀ ਆਇਆ, ਇਸ ਵਾਸਤੇ ਉਹਨਾਂ ਦਾ ਕੰਮ ਵੀ ਦੇਖਿਆ। ਫਿਰ ਵੀ ਸੁਖਨੈਬ ਜੀ ਦੇਖੋ ਹਾਰ ਬਹੁਤ ਵੱਡੀ ਹੈ, ਅਣਕਿਆਸੀ ਹੈ। 14% ਦੀ ਜਗ੍ਹਾ 34% ਵੋਟਾਂ ਹੁੰਦੀਆਂ ਤਾਂ ਲੋਕਾਂ ਦੇ ਮਨ ਦੇ ਉੱਤੇ ਬਹੁਤਾ ਬੋਝ ਨਹੀਂ ਸੀ ਹੋਣਾ। ਪਰ ਦੂਜੇ ਪਾਸੇ ਜੇ ਆਪਾਂ ਇਹ ਵੀ ਦੇਖੀਏ ਨਾ ਕਿ 1,61,000 ਅੰਕੜਾ ਛੋਟਾ ਨਹੀਂ ਹੁੰਦਾ ਕਿ ਜਦੋਂ ਇੱਕ ਪਾਸੇ ਸੱਤਾਧਾਰੀ ਧਿਰ ਦੀ ਕੈਂਡੀਡੇਟ ਹੈ, ਦੂਜੇ ਪਾਸੇ ਵਿਰੋਧੀ ਧਿਰ ਦੇ ਉਮੀਦਵਾਰ ਨੇ, ਤੀਜੇ ਪਾਸੇ ਆਮ ਆਦਮੀ ਪਾਰਟੀ ਜਿਨ੍ਹਾਂ ਦੀ ਦਿੱਲੀ ਦੀ ਸਰਕਾਰ ਹੈ ਉਹ ਉਮੀਦਵਾਰ ਨੇ, ਤਾਂ ਫਿਰ ਵੀ ਜੇ ਆਪਾਂ ਕਹੀਏ ਕਿ ਬੰਦਾ ਬਿਲਕੁਲ ਨਿਰਾਸ਼ ਹੋ ਕੇ ਬਹਿ ਜਾ ਕਿ ਭਾਈ ਮੇਰਾ ਤਾਂ ਕਿਸੇ ਨੇ ਦੇਖਿਆ ਨੀ, 1,61,000 ਲੋਕਾਂ ਨੇ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਚ ਮੋਹਰਾਂ ਲਾਈਆਂ, ਬਟਨ ਦੱਬਿਆ, ਉਹਨਾਂ ਦੇ ਫਤਵੇ ਦਾ ਸਤਿਕਾਰ ਕਰਨਾ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਜਿਹੜੀ ਆਪਾਂ ਕਰੀਏ ਸੁਖਪਾਲ ਸਿੰਘ ਖਹਿਰਾ ਦੀ, ਦੇਖੋ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਬਠਿੰਡਿਓ ਚੋਣ ਲੜਨੀ ਹੈ। ਉਦੋਂ ਉਹਨਾਂ ਦੇ ਨਾਲ 2 MLA ਵੀ ਸੀ, 2 ਦੂਸਰੇ ਨੰਬਰ ਤੇ ਰਹੇ ਵਿਧਾਨ ਸਭਾ ਦੀਆਂ ਚੋਣਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਸੀ। ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ 3.18% ਵੋਟਾਂ ਪਈਆਂ, ਜਾਣੀ ਕਿ 3.25% ਲਾ ਲਓ 38,000 ਗਿਣਤੀ ਬਣਦੀ ਹੈ। ਪਰ ਉਹਨਾਂ ਤੋਂ 5 ਮਹੀਨੇ ਬਾਅਦ ਅਨਾਊਂਸ ਹੋਈ ਪ੍ਰੋਫੈਸਰ ਬਲਜਿੰਦਰ ਕੌਰ ਦੀਆਂ ਵੋਟਾਂ 1,34,000 ਨੇ। ਇਹ ਜਿਹੜੀਆਂ 96,000 ਵੋਟਾਂ ਬੀਬੀ ਬਲਜਿੰਦਰ ਕੌਰ ਨੇ ਵੱਧ ਲਈਆਂ, ਇਹਦਾ ਮਤਲਬ ਹੈ ਕਿ ਘੱਟੋ ਘੱਟ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੇ ਤਾਂ ਇਹ ਦੱਸ ਦਿੱਤਾ ਕਿ ਉਹ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਬਦਲ ਦੇ ਰੂਪ ਦੇ ਵਿੱਚ ਸਵੀਕਾਰ ਨਹੀਂ ਕਰਦੇ। ਵੈਸੇ ਵੀ ਬੀਬੀ ਬਲਜਿੰਦਰ ਕੌਰ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਨੇ ਸ਼ਗਨ ਲੈ ਲਿਆ ਕਪਤਾਨ ਤੋਂ, ਉਹਨਾਂ ਨੇ ਸ਼ਗਨ ਲੈ ਲਿਆ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ, ਲੋਕੀ ਨਾਰਾਜ਼ ਬੜੇ ਨੇ, ਆਮ ਆਦਮੀ ਪਾਰਟੀ ਦਾ ਵਿਰੋਧ ਬੜਾ, ਪਰ ਭਗਵੰਤ ਮਾਨ ਤੋਂ ਬਾਅਦ ਜੇ ਕਿਸੇ ਲੋਕ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਤਾਂ ਉਹ ਬਠਿੰਡਾ ਹੀ ਆ। 11.19% ਵੋਟਾਂ ਪਈਆਂ ਤੇ ਪਹਿਲੇ ਗੇੜ ਤੋਂ ਲੈ ਕੇ ਤੇ ਚੌਥੇ ਗੇੜ ਤੱਕ ਬੀਬੀ ਹਰਸਿਮਰਤ ਕੌਰ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਦੇ ਉਹ ਅੱਗੇ ਤੇ ਕਦੇ ਉਹ ਅੱਗੇ ਚੱਲਦੇ ਰਹੇ, ਪਰ ਉਹਦੇ ਤੋਂ ਬਾਅਦ ਬੀਬੀ ਬਾਦਲ ਦੀ 5,000 ਦੀ ਲੀਡ, 6 ਦੀ ਲੀਡ, 10 ਦੀ ਲੀਡ ਘੱਟ ਕੇ ਫਿਰ 8 ਦੀ ਲੀਡ, ਫਿਰ 11 ਦੀ ਲੀਡ, ਫਿਰ ਘੱਟ ਕੇ 9,000 ਦੀ ਲੀਡ, ਪਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਉਹ ਲੀਡ ਜਿਹੜੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਆਖਰੀ ਪੜਾਅ ਤੱਕ ਉਹ ਪੂਰੀ ਨਹੀਂ ਕਰ ਸਕੇ, ਬਰਾਬਰ ਨਹੀਂ ਹੋ ਸਕੇ, ਤੇ 21,000 ਵੋਟਾਂ ਦੇ ਫਰਕ ਦੇ ਨਾਲ ਜਿਹੜੀ ਹਾਰ ਦਾ ਸਾਹਮਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਰਨਾ ਪਿਆ। ਤੇ ਇਹ ਲਗਾਤਾਰ ਤੀਸਰੀ ਟਰਮ ਹੈ,
ਬੀਬੀ ਹਰਸਿਮਰਤ ਕੌਰ ਬਾਦਲ ਦੀ, ਉਹ ਵੀ ਬਠਿੰਡੇ ਤੋਂ, ਪਹਿਲੀ ਵਾਰੀ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ। ਪਿਛਲੀ ਵਾਰੀ ਮਨਪ੍ਰੀਤ ਬਾਦਲ ਦੇ ਨਾਲ ਮੁਕਾਬਲਾ ਸੀ 19,000 ਵੋਟਾਂ ਦਾ ਫਰਕ, ਤੇ ਐਤਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਮੁਕਾਬਲਾ ਤੇ 21,000 ਵੋਟਾਂ ਦਾ ਫਰਕ। ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਯੂਥ ਵਿੰਗ ਦਾ ਨੈਸ਼ਨਲ ਪ੍ਰੈਜੀਡੈਂਟ ਵੀ ਸਾਹਮਣੇ ਰਹਿ ਹੁੰਦਾ। ਉਧਰ ਪੀਪਲਸ ਪਾਰਟੀ ਆ ਪੰਜਾਬ ਦਾ ਪ੍ਰਧਾਨ ਵੀ ਇੱਕ ਵਾਰੀ ਵਰਤ ਕੇ ਦੇਖ ਲਿਆ, ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਾਜਿੰਦਰ ਸਿੰਘ ਨੂੰ ਵੀ ਮੁਕਾਬਲੇ ਚ ਲਿਆ ਕੇ ਦੇਖ ਲਿਆ, ਪਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੇ ਵਿੱਚ ਅਜੇ ਇਹਨਾਂ ਦੇ ਵਿੱਚੋਂ ਕੋਈ ਬੰਦਾ ਕਾਮਯਾਬ ਜਿਹੜਾ ਉਹ ਹੋ ਨਹੀਂ ਸਕਿਆ। ਖਹਿਰਾ ਸਾਹਿਬ ਦੀ ਬਹੁਤ ਵੱਡੀ ਹਾਰ ਤੋਂ ਬਾਅਦ ਇਸ ਵੇਲੇ ਕਈ ਬੰਦੇ ਜਿਹੜੇ ਰਵਾਇਤੀ ਪਾਰਟੀਆਂ ਚ ਬੈਠੇ ਤੇ ਜਿਹਨਾਂ ਨੂੰ ਲੱਗਦਾ ਸੀ ਕਿ ਭਾਈ ਨਵੀਂ ਪਾਰਟੀ ਬਣਾ ਕੇ ਅੱਗੇ ਨੂੰ ਵੱਧਦੇ ਆ, ਸੋਚਾਂ ਵਿਚਾਰਾਂ ਦੇ ਵਿੱਚ ਡੁੱਬਿਓ ਤਾਂ ਜ਼ਰੂਰ ਹੋਣੇ ਆ ਕਿ ਭਾਈ ਆ ਕਹਾਣੀ ਹੋ ਕੀ ਗਈ। ਆਪਾਂ ਥੋੜੀ ਜਿਹੀ ਗੱਲ ਖਡੂਰ ਸਾਹਿਬ ਹਲਕੇ ਦੀ ਜ਼ਰੂਰ ਕਰਨੀ ਹੈ। ਜਦੋਂ 2014 ਦੇ ਵਿੱਚ ਵੋਟਾਂ ਪਈਆਂ ਸੀ ਨਾ ਸੁਖਰੈਵ ਜੀ, ਤਾਂ ਉੱਥੇ ਤਕਰੀਬਨ 1,13,000-14,000 ਵੋਟਾਂ ਆਮ ਆਦਮੀ ਪਾਰਟੀ ਦੇ ਭਾਈ ਬਲਦੀਪ ਸਿੰਘ ਨੂੰ ਪੈ ਗਈਆਂ ਸੀ। ਐਤਕੀ 1,00,000 ਵੋਟ ਕਿੱਥੇ ਉੱਡ ਗਈ ਭਾਈ, ਕੌਣ ਲੈ ਗਿਆ ਉਹਨੂੰ? ਕਿਉਂਕਿ ਸਿਰਫ 13,000 ਵੋਟਾਂ ਪਈਆਂ, 0.25% ਬਣਦੀਆਂ ਆਮ ਆਦਮੀ ਪਾਰਟੀ ਦੀਆਂ। ਹਾਲਾਂਕਿ ਆਮ ਆਦਮੀ ਪਾਰਟੀ ਵਾਲੇ ਦਾਅਵਾ ਕਰ ਸਕਦੇ ਆ ਕਿ ਭਾਈ ਅਸੀਂ ਪਤਾ ਨੀ ਕਿੱਥੇ ਪਹੁੰਚ ਗਏ, ਪਰ ਇਹ ਪਹੁੰਚ ਹੀ ਗਏ ਨਾ ਜੀ ਜਿਹੜੇ ਇੱਥੇ ਨਜ਼ਰ ਨੀ ਆਉਂਦੇ। ਬਿਲਕੁਲ, 10,40,000 ਵੋਟਾਂ ਚੋਂ ਜੇ ਸਿਰਫ 13,000 ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਤਾਂ ਸਵਾਲ ਖੜੇ ਹੁੰਦੇ ਆ ਕਿ ਭਾਈ ਆਮ ਆਦਮੀ ਪਾਰਟੀ ਆਖਿਰ ਇਸ ਲੋਕ ਸਭਾ ਹਲਕੇ ਚ ਹੈ ਕਿੱਥੇ। ਬੀਬੀ ਪਰਮਜੀਤ ਕੌਰ ਖਾਲੜਾ ਪਹਿਲੇ ਗੇੜ ਤੋਂ ਲੈ ਕੇ ਆਖਰੀ ਗੇੜ ਤੱਕ ਇੱਕ ਵਾਰ ਵੀ ਦੂਸਰੇ ਨੰਬਰ ਤੇ ਵੀ ਨਹੀਂ ਆ ਸਕੇ, ਉਹ ਤੀਸਰੇ ਤੇ ਰਹੇ। ਕੁੱਲ 20% ਵੋਟਾਂ ਉਹਨਾਂ ਨੂੰ ਮਿਲੀਆਂ ਤੇ ਵੋਟਾਂ ਦਾ ਅੰਕੜਾ 2,14,499 ਬਣਦਾ। ਇਸਤਰੀ ਅਕਾਲੀ ਦਲ ਦੇ ਪ੍ਰਧਾਨ, SCPC ਦੇ ਸਾਬਕਾ ਪ੍ਰਧਾਨ, ਬਹੁਤ ਸਾਰੇ ਹੋਰ ਅਹੁਦੇ ਆਪਣੇ ਅੰਗ ਸੰਗ ਰੱਖਣ ਵਾਲੇ ਅਕਾਲੀ ਦਲ ਦੇ ਕੈਂਡੀਡੇਟ ਬੀਬੀ ਜਗੀਰ ਕੌਰ ਜਿਹੜੇ ਨੇ 3,19,000 ਵੋਟਾਂ ਲੈ ਕੇ 4,59,000 ਵੋਟਾਂ ਲੈਣ ਵਾਲੇ ਕਾਂਗਰਸ ਦੇ ਜਸਵੀਰ ਡਿੰਪਾ ਤੋਂ ਹਾਰੇ, ਤੇ ਇਹ ਹਾਰ 1,40,000 ਵੋਟਾਂ ਦੀ ਹੈ। ਇੱਥੇ ਸੁਖਨੈਬ ਜੀ ਦੋ ਗੱਲਾਂ ਬਹੁਤ ਜ਼ਿਆਦਾ ਚੇਤੇ ਰੱਖਣ ਵਾਲੀਆਂ। ਕਾਂਗਰਸ ਪਾਰਟੀ ਨੇ ਬੜੇ ਬੰਦੇ ਬਦਲ ਬਦਲ ਕੇ ਦੇਖੇ, ਕਦੇ ਹਰਮਿੰਦਰ ਸਿੰਘ ਗਿੱਲ ਨੂੰ ਲਿਆ, ਕਦੇ ਉਹਨਾਂ ਨੇ ਇਸੇ ਹਲਕੇ ਤੋਂ ਕੋਸ਼ਿਸ਼ ਕੀਤੀ ਕਿ ਆਪਾਂ ਭਾਈ ਬੰਦਾ ਰਾਣਾ ਗੁਰਜੀਤ ਸਿੰਘ ਲੈ ਕੇ ਆਈਏ, ਬੜੇ ਪੈਸੇ ਵਾਲਾ ਬੰਦਾ, ਬੜੀ ਮੈਨੇਜਮੈਂਟ ਵਾਲਾ ਬੰਦਾ। ਪਰ ਅਕਾਲੀ ਦਲ ਦਾ ਗੜ ਟੁੱਟਦਾ ਨਹੀਂ ਸੀ, ਪਰ ਐਤਕੀ ਲੱਗਦਾ ਕਿ ਜਿਸ ਤਰੀਕੇ ਟਕਸਾਲੀ ਅਕਾਲੀ ਦਲ ਉਧਰਲੇ ਪਾਸੇ ਨੂੰ ਬਣ ਗਿਆ, ਮੌਜੂਦਾ ਤੇ ਇੱਕ ਸਾਬਕਾ MP ਅਕਾਲੀ ਦਲ ਦੇ ਟੁੱਟ ਗਏ, ਇਹਦੇ ਤੋਂ ਇਲਾਵਾ ਪੰਥਕ ਵੋਟਾਂ ਨੂੰ ਬਹੁਤ ਵੱਡਾ ਨੁਕਸਾਨ ਬੀਬੀ ਪਰਮਜੀਤ ਕੌਰ ਖਾਲੜਾ ਨੇ ਪਹੁੰਚਾਇਆ। ਆਪਣੇ ਗੜ ਨੂੰ 1,40,000 ਵੋਟਾਂ ਦੇ ਨਾਲ ਜਦੋਂ ਟੁੱਟਦਾ ਅਕਾਲੀ ਦਲ ਨੇ ਵੇਖਿਆ ਹੋਣਾ, ਅੱਥਰੂ ਤਾਂ ਸਿਆਸੀ ਤੌਰ ਤੇ ਅੱਖਾਂ ਦੇ ਵਿੱਚ ਆਏ ਹੋਣੇ ਹਨ। ਦੂਸਰਾ, ਇੱਥੇ ਇੱਕ ਹੋਰ ਹਾਰ ਜਿਹੜੀ ਆ ਨਾ, ਦੇਖੋ ਨਤੀਜਾ ਇੱਕ ਆ ਤੇ ਹਾਰਾਂ ਕਿੰਨੀਆਂ ਹੋਈਆਂ, ਇੱਕ ਹਾਰ ਅਕਾਲੀ ਦਲ ਦੀ, ਦੂਸਰੀ ਹਾਰ ਟਕਸਾਲੀ ਅਕਾਲੀ ਦਲ ਦੀ। ਕਿਉਂਕਿ ਟਕਸਾਲੀ ਅਕਾਲੀ ਦਲ ਦੇ ਅੱਖਾਂ ਦੇ ਵਿੱਚੋਂ 4 ਲੀਡਰ ਇਸ ਹਲਕੇ ਦੇ, ਬ੍ਰਹਮਪੁਰਾ ਸਾਹਿਬ, ਅਜਨਾਲਾ ਸਾਹਿਬ, ਅਜਨਾਲਾ ਸਾਹਿਬ ਦਾ ਬੇਟਾ ਬੋਨੀ ਅਜਨਾਲਾ, ਬ੍ਰਹਮਪੁਰਾ ਸਾਹਿਬ ਦਾ ਬੇਟਾ ਜਿਹੜਾ ਰਵਿੰਦਰ ਸਿੰਘ ਬ੍ਰਹਮਪੁਰਾ, ਚਾਰੇ ਹੀ ਬੰਦੇ ਇਸ ਹਲਕੇ ਦੀ ਜਾਂ ਹਲਕੇ ਦੇ ਵਿਧਾਨ ਸਭਾ ਹਲਕਿਆਂ ਦੀ ਪ੍ਰਤੀਨਿਧਤਾ ਕਰ ਚੁੱਕੇ ਆ। ਉਹਨਾਂ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਮਾਇਤ ਦਿੱਤੀ ਸੀ, ਹਮਾਇਤ ਤਾਂ ਸ਼ਾਇਦ ਇਸ ਕਰਕੇ ਦਿੱਤੀ ਹੋਣੀ ਆ ਕਿ ਭਾਈ ਉਹ ਜਿੱਤ ਜਾਣ ਤੇ ਅਸੀਂ ਅਕਾਲੀ ਦਲ ਬਾਦਲ ਨੂੰ ਦਿਖਾ ਸਕੀਏ ਕਿ ਇਸ ਹਲਕੇ 'ਚ ਸਾਡੇ ਤੋਂ ਬਿਨਾਂ ਪਤਾ ਨਹੀਂ ਹੁੰਦਾ। ਪਰ ਸਿਰਫ 2,14,000 ਵੋਟਾਂ ਦਾ ਮਿਲਣਾ ਕਿਤੇ ਨਾ ਕਿਤੇ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਦੇ ਲੋਕਾਂ ਦੇ ਵਿੱਚ ਪ੍ਰਵਾਨ ਹੋਣ ਜਾਂ ਪ੍ਰਵਾਨ ਨਾ ਹੋਣ ਦੀ ਇੱਕ ਗਵਾਹੀ ਦੇ ਗਿਆ। ਇਹਦੇ ਨਾਲ ਨਾਲ ਇੱਕ ਬਹੁਤ ਵੱਡਾ ਮਸਲਾ, ਬਹੁਤ ਸਾਰੇ ਲੋਕਾਂ ਨੂੰ, ਪ੍ਰਵਾਸੀਆਂ ਨੂੰ, ਬੀਬੀ ਪਰਮਜੀਤ ਕੌਰ ਖਾਲੜਾ ਦੇ ਸਮਰਥਕਾਂ ਨੂੰ ਲੱਗਦਾ ਕਿ ਭਾਈ ਪੱਲੇ ਕੀ ਰਿਹਾ, ਕੁਝ ਨਹੀਂ ਰਿਹਾ। ਪਰ ਫਿਰ ਵੀ ਬਿਨਾਂ ਕਿਸੇ ਢਾਂਚੇ ਤੋਂ ਦੇਖੋ, ਇੱਕ ਨਵੀਂ ਪਾਰਟੀ ਸੀ 4 ਮਹੀਨੇ ਪਹਿਲਾਂ ਬਣੀ ਸੀ ਪੰਜਾਬ ਏਕਤਾ ਪਾਰਟੀ, ਉਹਦੀ ਉਮੀਦਵਾਰ ਬੀਬੀ ਖਾਲੜਾ, ਸਿਆਸੀ ਤੌਰ ਤੇ ਪਿਛੋਕੜ ਕੋਈ ਨਾ, ਢਾਂਚਾ ਕੋਈ ਨਾ, ਇੱਥੋਂ ਤੱਕ ਕਿ ਜਿਹੜੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਸੀ ਉਸ ਪਾਰਟੀ ਦਾ ਪ੍ਰਧਾਨ ਆਪ ਚੋਣ ਲੜਨ ਚਲਾ ਗਿਆ, ਬਹੁਤਾ ਜ਼ਿਆਦਾ ਧਿਆਨ ਇਧਰਲੇ ਪਾਸੇ ਦੇ ਨਾ ਹੋਇਆ। ਇਹਦੇ ਬਾਵਜੂਦ ਵੀ 2,14,000 ਲੋਕਾਂ ਦੁਆਰਾ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣਾ ਕਿਤੇ ਨਾ ਕਿਤੇ ਇਹ ਦੱਸਦਾ ਕਿ ਜੇ ਇਹ ਪਾਰਟੀ ਚੰਗੇ ਤਰੀਕੇ ਕੰਮ ਕਰੇ ਜਾਂ ਬੀਬੀ ਖਾਲੜਾ ਹੀ ਹਲਕੇ ਦੇ ਵਿੱਚ ਸਰਗਰਮ ਰਹਿਣ ਦੀ ਕੋਸ਼ਿਸ਼ ਕਰਨ, ਤਾਂ 2-2.5 ਸਾਲ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਇਹਨਾਂ 9 ਹਲਕਿਆਂ ਦੇ ਨਤੀਜੇ ਉਲਟ ਤੇ ਪੁਲਟ ਵੀ ਜਿਹੜੇ ਆ ਉਹ ਹੋ ਸਕਦੇ ਆ। ਸੋ ਕੁੱਲ ਮਿਲਾ ਕੇ ਟਕਸਾਲੀ ਅਕਾਲੀ ਦਲ
ਮੁੱਖ ਅਕਾਲੀ ਦਲ ਤੇ ਬੀਬੀ ਖਾਲੜਾ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਲਈ ਬਹੁਤ ਸਾਰੇ ਸਵਾਲ ਜਿਹੜੇ ਨੇ ਇਸ ਹਲਕੇ ਦੇ ਨਤੀਜੇ ਨੇ ਖੜੇ ਕਰ ਦਿੱਤੇ ਆ। ਜੇ ਆਪਾਂ ਭੂਰਾ ਇੱਕ ਗੱਲ ਭਾਰਤੀ ਜਨਤਾ ਪਾਰਟੀ ਦੀ ਕਰਨੀ ਹੋਵੇ ਤਾਂ ਗੁਰਦਾਸਪੁਰ ਤੋਂ ਸ਼ੁਰੂ ਕਰਕੇ ਹੁਸ਼ਿਆਰਪੁਰ ਤੇ ਮੁਕਾਉਣੀ ਚਾਹੀਦੀ ਹੈ ਜੀ। ਦੇਖੋ ਗੁਰਦਾਸਪੁਰ ਦੇ ਲੋਕਾਂ ਦਾ ਨਾ ਸਿਆਸੀ ਤੌਰ ਦੇ ਉੱਤੇ ਨਿਰਣਾ ਲੈਣ ਦਾ ਢੰਗ ਬਹੁਤ ਹੈਰਾਨੀਜਨਕ ਹੈ। ਕੋਈ ਵੇਲਾ ਹੁੰਦਾ ਸੀ ਬੀਬੀ ਸੁਖਵੰਤ ਕੌਰ ਭਿੰਡਰ ਦੇ ਮੁਕਾਬਲੇ ਬੀਜੇਪੀ ਨੇ ਜਿਹੜਾ ਮਰਜ਼ੀ ਕੈਂਡੀਡੇਟ ਲਿਆਉਣਾ ਮੂਧੜੇ ਨੂੰ ਡਿੱਗਣਾ, ਅਗਲੇ ਵਿਨੋਦ ਖੰਨਾ ਜੀ ਅਗਲੇ ਵਿਨੋਦ ਖੰਨਾ ਨੂੰ ਲੈ ਆਏ। ਜਦੋਂ ਵਿਨੋਦ ਖੰਨਾ ਨੂੰ ਲੈ ਕੇ ਆਏ ਤਾਂ ਬੀਬੀ ਭਿੰਡਰ ਨੇ ਦੋ ਤਿੰਨ ਵਾਰੀ ਜ਼ੋਰ ਜ਼ਰੂਰ ਲਾਇਆ ਪਰ ਗੱਲ ਬਣੀ ਨਹੀਂ। ਵਿਨੋਦ ਖੰਨਾ ਸਾਹਿਬ ਜਿੱਤਦੇ ਰਹੇ। ਇੱਕ ਵਾਰੀ ਉਹਦੇ ਵਿੱਚੋਂ ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਮੌਕਾ ਮਿਲਿਆ, ਦੂਜੀ ਵਾਰੀ ਫਿਰ ਵਿਨੋਦ ਖੰਨਾ ਜਿੱਤ ਗਏ। ਆਹ ਦੇਖੋ ਅਜੇ 2 ਸਾਲ ਵੀ ਨਹੀਂ ਹੋਏ, ਸੁਨੀਲ ਜਾਖੜ ਹੋਰਾਂ ਨੇ 1,93,000 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ, ਪਰ ਐਸੀ ਬੀਜੇਪੀ ਨੇ ਸੰਨੀ ਦਿਓਲ ਨੂੰ ਉਮੀਦਵਾਰ ਬਣਾਇਆ ਜਿਨ੍ਹਾਂ ਨੇ 5,51,000 ਵੋਟਾਂ ਲਈਆਂ, ਜਿਹੜੀਆਂ ਕਿ ਕੁੱਲ ਪੋਲ ਹੋਈਆਂ ਵੋਟਾਂ ਦਾ 50% ਤੋਂ ਵੀ ਜ਼ਿਆਦਾ ਬਣਦਾ, ਤੇ 4,74,000 ਵੋਟਾਂ ਜਾਖੜ ਸਾਹਿਬ ਨੂੰ ਪਈਆਂ। ਕਹਿਣ ਦਾ ਭਾਵ ਹੈ ਕਿ ਤਕਰੀਬਨ 80,000 ਵੋਟਾਂ ਦੇ ਫਰਕ ਦੇ ਨਾਲ ਜਾਖੜ ਸਾਹਿਬ ਦੀ ਹਾਰ ਜਿਹੜੀ ਹੈ ਉਹਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਭਾਈ 2 ਸਾਲਾਂ ਚ ਐਸਾ ਕੀ ਹੋ ਗਿਆ ਕਿ ਜਿਹੜੇ ਜਾਖੜ ਸਾਹਿਬ 1,93,000 ਨਾਲ ਜਿੱਤੇ ਸੀ ਐਸੀ 80,000 ਵੋਟਾਂ ਦੇ ਫਰਕ ਨਾਲ ਹਾਰ ਗਏ। ਪਿਛਲੀ ਵਾਰੀ ਸਵਰਨ ਸਵਾਰੀਆ ਕੈਂਡੀਡੇਟ ਸੀ ਬੀਜੇਪੀ ਦੇ, ਉਹ ਵੀ ਸੋਚਦੇ ਹੋਣੇ ਆ ਕਿ ਭਾਈ ਲੋਕਾਂ ਨੂੰ ਕੀ ਹੋ ਗਿਆ, ਮੈਨੂੰ 1,93,000 ਨਾਲ ਹਰਾ ਤਾ ਤੇ ਸਨੀ ਦਿਓਲ 80,000 ਨਾਲ ਜਿਤਾ ਤਾ। ਪਰ ਇੱਥੇ ਕਮਾਲ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਥੇ ਵਾਧਾ ਮਿਲਿਆ। ਪਿਛਲੀ ਵਾਰੀ ਜ਼ਮੀਨੀ ਚੋਣ 23,000 ਵੋਟਾਂ ਮਿਲੀਆਂ ਸੀ ਤੇ ਐਤਕੀ ਵੋਟਾਂ ਦੀ ਗਿਣਤੀ ਜਿਹੜੀ ਹੈ ਉਹ 23,000 ਤੋਂ ਵੱਧ ਕੇ ਜਿਹੜੀ ਹੈ 27,000 ਤੱਕ ਜਿਹੜੀ ਉਹ ਅੱਪੜ ਚੁੱਕੀ ਹੈ। ਸੋ ਕੁੱਲ ਮਿਲਾ ਕੇ ਇਸ ਹਲਕੇ ਤੋਂ ਸਨੀ ਦਿਓਲ ਦਾ ਜਿੱਤਣਾ ਤਕਰੀਬਨ ਇਧਰਲੇ ਪਾਸੇ ਸੁਖਮੈਤ ਜੀ ਸੰਕੇਤ ਕਰ ਗਿਆ ਕਿ ਅਗਲੀ ਵਾਰੀ ਜਿਹੜੀ ਵੀ ਪਾਰਟੀ ਨੂੰ ਲੱਗਦਾ ਹੋਇਆ ਕਿ ਇਸ ਹਲਕੇ ਤੋਂ ਸਾਡੀ ਸਥਿਤੀ ਕਮਜ਼ੋਰ ਹੈ, ਉਹਨਾਂ ਨੇ ਝਟਪਟ ਮੁੰਬਈ ਤੋਂ ਕਿਸੇ ਕਲਾਕਾਰ ਨੂੰ ਇੱਕ ਟਿਕਟ ਜਹਾਜ਼ ਦੀ ਭੇਜਿਆ ਕਰਨੀ ਹੈ ਤੇ ਦੂਜੀ ਲੋਕ ਸਭਾ ਹਲਕੇ ਦੀ, ਤੇ ਆਪਣੇ ਆਪ ਹੀ ਹਲਕਾ ਟੰਟਣਾ ਟੰਟਣ ਉਹਨਾਂ ਦੇ ਜਿਹੜਾ ਉਹ ਅੰਗ ਸੰਗ ਹੋ ਜਾਣਾ। ਤੇ ਆਪਾਂ ਜੇ ਇੱਕੋ ਹੀ ਗੱਲ ਪੰਜਾਬ ਦੇ ਵੋਟਰਾਂ ਦੇ ਰਲਵੇ ਮਿਲਵੇ ਹੁੰਗਾਰੇ ਦੀ ਕਰਨੀ ਹੋਵੇ ਤਾਂ ਸੱਚੀ ਮੁੱਚੀ ਸਭ ਤੋਂ ਵੱਧ ਪੜ੍ਹੇ ਲਿਖੇ ਵੋਟਰਾਂ ਵਾਲੇ ਹੁਸ਼ਿਆਰਪੁਰ ਹਲਕੇ ਨੇ ਲੋਕਾਂ ਨੂੰ ਬੜਾ ਚੰਗੇ ਤਰੀਕੇ ਦੇ ਨਾਲ ਜਿਹੜਾ ਇਸ ਵੇਲੇ ਹੈਰਾਨ ਕਰ ਦਿੱਤਾ। ਸੋਮ ਪ੍ਰਕਾਸ਼ ਬੀਜੇਪੀ ਦੇ ਉਮੀਦਵਾਰ ਸੀ, ਲੋਕੀ ਕਹਿੰਦੇ ਸੀ ਧੜੇਬੰਦੀ ਬਹੁਤ ਆ, ਬੀਜੇਪੀ ਨੇ ਕਿੱਥੇ ਜਿੱਤਣਾ, ਹਰੀਓ ਸੀਟਾਂ, ਸੋਮ ਪ੍ਰਕਾਸ਼ MLA ਸੀ, MLA ਰਹਿੰਦਾ, 4,16,000 ਵੋਟਾਂ ਲੈ ਕੇ ਅਗਲਾ ਜਿੱਤ ਗਿਆ। ਤੇ ਡਾਕਟਰ ਰਾਜਕੁਮਾਰ ਚੱਬੇਵਾਲ ਸੰਭਾਵਨਾ ਬੜੀ ਸੀ, 3,69,000 ਵੋਟਾਂ ਲੈ ਕੇ ਹਾਰ ਗਿਆ। ਹੁਣ ਇਸ ਪ੍ਰਕਿਰਿਆ ਦੇ ਵਿੱਚ ਇਹ ਜਿਹੜੀ 45-46,000 ਵੋਟਾਂ ਦੀ ਹਾਰ ਕਾਂਗਰਸ ਪਾਰਟੀ ਦੀ ਹੋਈ ਹੈ ਨਾ, ਕਿਤੇ ਨਾ ਕਿਤੇ ਸਬਕ ਸਿੱਖਣਾ ਪਊਗਾ, ਕਿਉਂਕਿ ਸਿੱਧੇ ਰੂਪ ਚ 1,25,000 ਵੋਟਾਂ ਜਿਹੜੀਆਂ BSP ਨੂੰ ਜਾਣੀ ਕਿ PDA ਨੂੰ ਪਈਆਂ, ਉਹਨੇ ਇੱਕ ਤਾਂ ਇਹ ਦੱਸਤਾ ਕਿ BSP ਦਾ ਦੁਆਬੇ ਦੇ ਵਿੱਚ ਉਭਾਰ ਹੋ ਰਿਹਾ, ਤੇ ਦੂਸਰੀ ਗੱਲ ਉਹਨਾਂ ਨੇ ਇਹ ਸਾਬਿਤ ਕਰ ਦਿੱਤੀ ਹੈ ਕਿ ਜੇ ਰਵਾਇਤੀ ਪਾਰਟੀਆਂ ਨੇ ਚੱਜ ਦੇ ਕੰਮ ਕਰਨੇ ਸ਼ੁਰੂ ਨਾ ਕੀਤੇ ਤਾਂ ਹੁਸ਼ਿਆਰਪੁਰ ਹਲਕੇ ਦੇ ਲੋਕਾਂ ਨੇ ਨਾ ਫਿਰ ਦੂਸਰੇ ਪਾਸੇ ਨੂੰ ਮੂੰਹ ਕਰਨ ਲੱਗਿਆ ਮਿੰਟ ਨਹੀਂ ਲਾਉਣਾ। ਡਾਕਟਰ ਰਵਜੋਤ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ 5% ਵੋਟਾਂ ਵੀ ਨਹੀਂ ਮਿਲੀਆਂ, 44,000 ਵੋਟਾਂ ਤੱਕ ਜਿਹੜੇ ਉਹ ਸੀਮਿਤ ਹੋ ਕੇ ਰਹਿ ਗਏ। ਸੋ ਕੁੱਲ ਮਿਲਾ ਕੇ ਨਿਰਾਸ਼ ਪੰਜਾਬ ਦੇ ਲੋਕਾਂ ਨੇ ਬਸਪਾ ਨੂੰ ਵੀ ਨਹੀਂ ਕੀਤਾ, ਨਿਰਾਸ਼ ਉਹਨਾਂ ਨੇ ਅਕਾਲੀ ਦਲ ਨੂੰ ਵੀ ਨਹੀਂ ਕੀਤਾ, ਝੋਲੀ ਉਹਨਾਂ ਨੇ BJP ਦੀ ਵੀ ਭਰ ਦਿੱਤੀ, ਧੌਣ ਖੜੀ ਕਰਕੇ ਜਿਉਣ ਦਾ ਸਲੀਕਾ ਉਹਨਾਂ ਨੇ ਕਪਤਾਨ ਸਾਹਿਬ ਨੂੰ ਵੀ ਦੇ ਦਿੱਤਾ, ਨਿਰਾਸ਼ ਭਗਵੰਤ ਮਾਨ ਨੂੰ ਵੀ ਨਹੀਂ ਕੀਤਾ, ਵੋਟਾਂ ਚੰਗੀਆਂ ਸਿਮਰਜੀਤ ਬੈਂਸ ਵੀ ਲੈ ਗਏ। ਸੋ ਕੁੱਲ ਮਿਲਾ ਕੇ ਸੀਟਾਂ 13 ਤੇ ਖੁਸ਼ੀਆਂ 7-7 ਜਿਹੜੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ, ਉਹਦੇ ਕਰਕੇ ਹੈਰਾਨੀ ਵੀ ਬਹੁਤ ਹੈ ਤੇ ਚੁੰਝ ਚਰਚਾ ਵੀ ਸਿਖਰਾਂ ਤੇ ਹੈ। ਚੁੰਝ ਚਰਚਾ ਤੋਂ ਤੁਸੀਂ ਯਾਦ ਕਰਾਤਾ ਐਡਮਿੰਟਨ ਵਾਲਾ ਦੀਪ ਗਿੱਲ ਹੈ, ਉਹ ਆਪਦੇ ਤਾਏ ਦੀਆਂ ਗੱਲਾਂ ਦੱਸੀ ਜਾਂਦਾ, ਕਹਿੰਦਾ ਵੀ ਸ਼ੇਰਾ ਆਪਾਂ ਲਗੋਤਮ ਕੱਢ ਲਿਆ ਵੀ ਆਪਾਂ ਵੋਟਾਂ ਤੋਂ ਹੋ ਕੇ ਸਾਰੇ NRI ਬਸ ਪਰੇ ਸਮਝ। ਮਾਂ ਦੇ ਪੁੱਤਰ ਕਹਿੰਦੇ ਜਿਹਦੇ ਮਗਰ ਤੁਰ ਪਏ ਨਾ ਵੋਟ ਚ ਉਹ ਨੀ ਮਾਂ ਨੂੰ ਜੰਮਿਆ, ਉਹ ਤਾਂ ਛੱਡ, ਕਹਿੰਦਾ ਉਹਦੇ ਤਾਂ ਕੋੜਮੇ ਚ ਵੀ ਕੋਈ ਨੀ ਜਿੱਤਦਾ, ਬਸ ਹੱਡਾਂ ਚ ਹੀ ਬਹਿ ਜਾਂਦੇ ਹੋ ਅਗਲੇ ਦੇ। ਮੈਨੂੰ ਮੈਦ ਵੀ ਗਾਂ ਨੂੰ ਕਹਿੰਦੇ ਵੋਟਾਂ ਵਾਲੇ ਕਾਗਜ਼ ਭਰਨ ਤੋਂ ਪਹਿਲਾਂ ਸਿਆਣਾ ਬੰਦਾ ਅਖਬਾਰ ਚ ਇਸ਼ਤਿਹਾਰ ਦਿਆ ਕਰੋ ਵੀ ਮੈਂ ਲੱਗਾ ਵੋਟਾਂ ਚ ਖੜਨ, ਹੱਥ ਬੰਨ ਕੇ ਬੇਨਤੀ ਆ ਵੀ ਕੋਈ NRI ਭਰਾ ਮੇਰੀ ਮਦਦ ਨਾ ਕਰੇ। ਸੋ NRI ਦੀ ਗੱਲ ਇਸ ਤਰੀਕੇ ਨਾਲ ਵੀ ਹੋਣ ਲੱਗੀ ਹੈ ਤੇ ਕਰਦੇ ਵੀ NRI ਹੈ ਕਿ ਅਸੀਂ ਜਿਹਦਾ ਸਹਿਯੋਗ ਦਿੰਦੇ ਹਾਂ ਭਾਈ ਝੱਗਾ ਉਹਦਾ ਚੌੜ ਕਰ ਵੀ ਦਿੰਦੇ ਹਾਂ। ਸੁਖਨੈਪ ਜੀ ਗੱਲ ਤੁਹਾਡੀ ਠੀਕ ਹੈ,
ਪਹਿਲਾਂ ਮਨਪ੍ਰੀਤ ਬਾਦਲ ਨਾਲ ਤੁਰੇ ਸੀ, ਕੱਲ ਉਹਦੀ ਵੀ ਨੀ ਬਣੀ, ਲੋਕ ਭਲਾਈ ਪਾਰਟੀ ਨਾਲ ਵੀ ਕੁਝ ਤੁਰੇ ਸੀ, ਗੱਲ ਉਹਦੀ ਵੀ ਨੀ ਬਣੀ, ਆਮ ਆਦਮੀ ਪਾਰਟੀ ਨੂੰ ਸਹਿਯੋਗ ਬਹੁਤ ਸੀ, ਵੀਹਾਂ ਤੇ ਟਿੱਕੜੀ, ਬੀਬੀ ਖਾਲੜਾ, ਡਾਕਟਰ ਗਾਂਧੀ ਇਹਨਾਂ ਦੇ ਨਾਲ ਵੀ ਐਤਕੀ, ਤੇ ਸੁਖਪਾਲ ਖਹਿਰੇ ਦੇ ਨਾਲ ਵੀ ਕੁਝ ਹੱਦ ਤੱਕ ਝੁਕਾ ਸੀ, ਸਾਰੇ ਬੰਦੇ ਜਿਹੜੇ ਨੇ ਉਚਿਤ ਹੋ ਗਏ। ਪਰ ਇਹਦੇ ਵਿੱਚ ਦੇਖੋ ਪ੍ਰਵਾਸੀਆਂ ਦਾ ਕਸੂਰ ਤਾਂ ਕੋਈ ਨੀ, ਅਗਲੇ ਤਾਂ ਚਾਹੁੰਦੇ ਆ ਕਿ ਪੰਜਾਬ ਨੂੰ ਚੱਜ ਦੇ ਲੀਡਰ ਮਿਲਣ, ਪਰ ਲੀਡਰ ਇਧਰ ਵੀ ਚੱਜ ਦੇ ਕੰਮ ਕਰਨ ਤੇ ਲੋਕਾਂ ਨੂੰ ਵੀ ਚੱਜ ਆਚਾਰ ਆਵੇ, ਗੱਲ ਤਾਂ ਆ ਨਾ। ਬਾਕੀ ਦੇਖੋ ਵੋਟ ਦੇ ਅਧਿਕਾਰ ਦਾ ਪ੍ਰਯੋਗ ਸਭ ਨੇ ਆਪਣੀ ਬੁੱਧੀ ਤੇ ਵਿਵੇਕ ਨਾਲ ਕਰਨਾ, ਬਾਕੀ ਜਿੱਥੇ ਜਿੱਥੇ ਭਾਈ ਜਿਹਦੇ ਕੋਈ ਸਾਧਨ ਹੈਗਾ, ਕੋਈ ਕਾਰਨ ਢੰਗ ਤਰੀਕਾ ਹੈਗਾ, ਉਹ ਪੰਜਾਬ ਦੇ ਪ੍ਰਤੀ ਲੱਗਾ ਰਹੇ, ਕੋਈ ਗੱਲ ਨੀ, ਭਲੇ ਦਿਨ ਆਵਣਗੇ ਜ਼ਰੂਰ ਜੀ। ਤੇ ਮੋਦੀ ਹੋਰਾਂ ਨੇ ਜਿੱਤ ਦਾ ਝੰਡਾ ਗੱਡਤਾ ਜੀ, ਫਿਰ ਭਾਈਓ ਔਰ ਬਹਿਨੋ ਮਿੱਤਰੋ, ਸਕਨੈਪ ਜੀ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਮੋਦੀ ਸਾਹਿਬ ਦਿੱਲੀ ਦੇ ਵਿੱਚ ਜਿਹੜਾ ਬੀਜੇਪੀ ਦਾ ਨਵਾਂ ਕਰੋੜਾਂ ਰੁਪਏ ਲਾ ਕੇ ਦਫ਼ਤਰ ਬਣਿਆ, ਉਹਦੇ ਸਾਹਮਣੇ ਸੰਬੋਧਨ ਕਰਦੇ ਸੀ। ਮੈਂ ਹੋਰ ਗੱਲ ਸਮਝਿਆ, ਮੈਂ ਕਿਹਾ ਕਿਤੇ ਆਪਣੇ ਵਾਲਾ ਰੇਡੀਓ ਸੁਣਦੇ ਸੀ, ਕਹਿੰਦੇ ਕਈ ਬੰਦਿਆਂ ਨੂੰ ਐਂ ਵੀ ਹੈ ਨਾ ਕਿ ਸਾਡਾ ਰੇਡੀਓ ਸੁਣ ਕੇ ਪਲਾਨਿੰਗ ਹੁੰਦੀ ਹੈ ਗਾਹ ਲਈ। ਨਹੀਂ ਹਜੇ ਤਾਂ ਏਦਾਂ ਨੀ, ਉਹਨਾਂ ਦੇ ਕੋਲ ਆਪਣਾ ਰੇਡੀਓ ਹੈਗਾ ਜਿਹਦੇ ਉੱਤੇ ਉਹ ਮਨ ਕੀ ਬਾਤ ਕਰਦੇ, ਤੇ ਮੈਨੂੰ ਲੱਗਦਾ ਉਹੀ ਗੱਲਾਂ ਸੁਣਦੇ ਹੋਣੇ ਆ। ਬਾਕੀ ਦੇਖੋ ਬਈ ਕੋਈ ਕੁਝ ਵੀ ਆਖੇ, ਮੋਦੀ ਸਾਹਿਬ ਦੀ ਯੋਜਨਾ ਕੰਮ ਕਰ ਗਈ। ਉਹਨਾਂ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਅਸੀਂ ਵੀ ਜਿਹੜੇ ਐਗਜ਼ਿਟ ਪੋਲ ਆ ਉਹਦੇ ਨਾਲ ਸਹਿਮਤ ਨਹੀਂ, ਕਿਉਂਕਿ ਉਹ ਕਹਿੰਦੇ ਸੀ ਸਾਨੂੰ ਤਾਂ ਸੀਟਾਂ ਵੱਧ ਮਿਲਣੀਆਂ, ਇਹ ਘੱਟ ਦੱਸੀ ਜਾਂਦੇ ਆ। ਦੇਖੋ ਕਿਸੇ ਬੰਦੇ ਨੇ ਵੀ ਸਵੇਰੇ ਸੋਚਿਆ ਨਹੀਂ ਸੀ ਕਿ ਬੀਜੇਪੀ ਨੂੰ ਆਪਣੇ ਬਲਬੂਤੇ ਬਹੁਮਤ ਮਿਲ ਜਾਣਾ, ਪਰ ਬੀਜੇਪੀ ਦੀਆਂ ਤਾਂ ਜਿਹੜੀਆਂ ਸੀਟਾਂ ਉਹ ਤਕਰੀਬਨ 300 ਤੋਂ ਵੀ ਪਾਰ ਹੀ ਲਾ ਲਓ, ਤੇ ਜਦੋਂ ਸੀਟਾਂ 300 ਤੋਂ ਵੀ ਪਾਰ ਹੋ ਗਈਆਂ ਤਾਂ ਫਿਰ ਆਪਣੇ ਆਪ ਦੇ ਵਿੱਚ ਹੀ ਸਾਨੂੰ ਸਮਝ ਲੈਣਾ ਚਾਹੀਦਾ ਕਿ ਹਾਲਾਤ ਜਿਹੜੇ ਨੇ ਉਹ ਕਿਹੋ ਜਿਹਾ ਹੋਏ ਪਏ ਆ। ਜਿਹੜਾ ਇਲੈਕਸ਼ਨ ਕਮਿਸ਼ਨ ਦਾ ਹੁਣ ਤੱਕ ਦਾ ਡਾਟਾ ਸੁਖਰੈਬ ਜੀ, ਉਹਦੇ ਮੁਤਾਬਿਕ ਤਾਂ ਆਪਣੇ ਆਪ ਦੇ ਵਿੱਚ ਹੀ ਜਿਹੜਾ ਇਹ ਸਾਰਾ ਕੁਝ ਜਿਹੜਾ ਬਹੁਤ ਮਹੱਤਵਪੂਰਨ ਉਹ ਹੋਇਆ ਪਿਆ, ਕਿਉਂਕਿ 300 ਤੋਂ ਵੱਧ ਸੀਟਾਂ ਉਹ ਬੀਜੇਪੀ ਨੂੰ ਵਿਖਾਈ ਜਾਂਦੇ ਆ, ਤੇ ਜਦੋਂ 300 ਤੋਂ ਵੱਧ ਸੀਟਾਂ ਉਹ ਬੀਜੇਪੀ ਨੂੰ ਵਿਖਾਉਂਦੇ ਆ ਤਾਂ ਫਿਰ ਭਾਈ ਕੋਈ ਬੰਦਾ ਇੱਥੇ ਹਾਲਾਤ ਨਾਲ ਕਿਵੇਂ ਸਿੱਝ ਸਕਦਾ। ਕੁੱਲ ਮਿਲਾ ਕੇ 350 ਦੇ ਕਰੀਬ ਸੀਟਾਂ ਜਿਹੜੀਆਂ ਨੇ ਬੀਜੇਪੀ ਤੇ ਉਹਦੇ ਭਾਈ ਵਾਲਾ ਨੂੰ ਇਸ ਵੇਲੇ ਮਿਲ ਚੁੱਕੀਆਂ ਨੇ, ਜਾਂ 2-4 ਸੀਟਾਂ ਕਿਤੇ ਰਹਿੰਦੀਆਂ ਬਾਕੀ ਮਿਲ ਜਾਣਗੀਆਂ। ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਐਤਕੀ ਹੋਇਆ, 58 ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਮਿਲੀਆਂ ਤੇ ਪਿਛਲੀ ਵਾਰ ਦੇ ਨਾਲੋਂ ਉਹਨਾਂ ਦੀਆਂ 7-8 ਸੀਟਾਂ ਜਿਹੜੀਆਂ ਵੱਧ ਗਈਆਂ। ਮੈਂ 58 ਇਸ ਕਰਕੇ ਕਿਹਾ ਕਿਉਂਕਿ 2 ਸੀਟਾਂ ਦਾ 3 ਦਾ ਰੌਲਾ ਗੌਲਾ ਹੈਗਾ, ਆਪਾਂ ਫਿਕਰ ਤੇ ਨਾ ਜਾਈਏ, ਫਿਕਰ ਤੇ ਜਾਈਏ ਜੀ। ਮਸਲਾ ਇਹ ਨਹੀਂ ਕਿ ਕਿਹੜੀ ਪਾਰਟੀ ਜਿੱਤੀ ਤੇ ਕਿਹੜੀ ਪਾਰਟੀ ਹਰੀ, ਪਰ ਸੁਖਨੈਬ ਜੀ ਇਹ ਗੱਲ ਤਾਂ ਬੜੀ ਇੰਪੋਰਟੈਂਟ ਹੈ ਨਾ ਲੋਕਤੰਤਰ ਦੇ ਵਿੱਚ, ਕਿ ਲੋਕਤੰਤਰ ਮਜ਼ਬੂਤ ਉਦੋਂ ਹੀ ਹੁੰਦਾ ਜੇ ਇਸ ਵੇਲੇ ਵਿਰੋਧੀ ਧਿਰ ਮਜ਼ਬੂਤ ਹੋਵੇ, ਪਰ ਵਿਰੋਧੀ ਧਿਰ ਦੇ ਤਾਂ ਪੱਲੇ ਬਚਿਆ ਹੀ ਕੱਖ ਨਹੀਂ। ਹੁਣ ਦੇਖੋ ਜਦੋਂ 100 ਤੋਂ ਵੀ ਹੇਠਾਂ ਰਹਿ ਗਈ ਕਾਂਗਰਸ ਤੇ ਉਹਦੀਆਂ ਸਹਿਯੋਗੀ ਪਾਰਟੀਆਂ, 100 ਦੇ ਕਰੀਬ ਹੀ ਜਿਹੜੀਆਂ ਦੂਸਰੀਆਂ ਪਾਰਟੀਆਂ ਜਿਹੜੀਆਂ ਨਾ ਬੀਜੇਪੀ ਨਾਲ ਸਹਿਮਤ ਨਾ ਕਾਂਗਰਸ ਨਾਲ ਸਹਿਮਤ, ਜੇ ਦੋਵੇਂ ਧਿਰਾਂ ਰਲਦੀ ਜਾਣ ਤਾਂ 200 ਤੋਂ ਉੱਪਰ ਨਹੀਂ ਬਣਦੀਆਂ, 200 ਤੋਂ ਘੱਟ ਹੀ ਬਣਦੀਆਂ, 250 ਤੇ ਰਹਿ ਜਾਂਦੀਆਂ, ਤੇ 250 ਸੀਟਾਂ ਵਾਲੀਆਂ ਧਿਰਾਂ 25 ਥਾਵਾਂ ਤੇ ਵੰਡੀਆਂ, ਇਹਨਾਂ ਨੇ ਵਿਰੋਧ ਕਿੱਥੋਂ ਕਰ ਲੈਣਾ। ਸੋ ਕੁੱਲ ਮਿਲਾ ਕੇ ਇੱਕ ਪਾਸੇ ਜਿੱਥੇ ਮੋਦੀ ਸਾਹਿਬ ਨੂੰ ਬਹੁਤ ਵੱਡਾ ਹੁਲਾਰਾ ਤੇ ਹੁੰਗਾਰਾ ਭਾਰਤ ਦੇ ਲੋਕਾਂ ਨੇ ਦਿੱਤਾ, ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਨੂੰ ਝਟਕਾ ਵੀ ਦਿੱਤਾ। ਦੇਖੋ ਅੱਜ ਇਹ ਸਾਬਿਤ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਕਿ ਭਾਵੇਂ ਲੋਕ ਕੁਝ ਵੀ ਕਹਿੰਦੇ ਸੀ, ਪਰ ਉਹਨਾਂ ਨੇ ਚੰਗੇ ਤਰੀਕੇ ਦੇ ਨਾਲ ਯੋਜਨਾ ਬਣਾਈ, ਤੇ ਹਾਲਾਤ ਦੇਖੋ ਕਿੱਥੇ ਪਹੁੰਚ ਗਏ। ਹੁਣ ਦੇਖੀਏ ਜੇ ਆਪਾਂ ਮੋਟੇ ਤੌਰ ਤੇ ਕਿ ਬੀਜੇਪੀ ਜਿੱਤੀ ਕਿਵੇਂ। ਦੇਖੋ ਉਹਨਾਂ ਸੂਬਿਆਂ ਦੇ ਵਿੱਚ ਬੀਜੇਪੀ ਨੇ ਹੁੰਝਾ ਫੇਰਿਆ ਜਿਹਨਾਂ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਅਵੇਸਲੀ ਹੋਈ ਸੀ, ਜਿਹਨਾਂ ਸੂਬਿਆਂ ਦੇ ਵਿੱਚ ਭਾਜਪਾ ਵਿਰੋਧੀ ਧਿਰਾਂ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਭਾਈ ਅਸੀਂ ਤਾਂ ਜਿੱਤੇ ਪਏ ਹਾਂ। ਮੱਧ ਪ੍ਰਦੇਸ਼ ਦੇ ਵਿੱਚ ਥੋੜੇ ਮਹੀਨੇ ਪਹਿਲਾਂ ਕਾਂਗਰਸ ਦੀ ਸਰਕਾਰ ਬਣਦੀ ਹੈ, ਉੱਥੇ ਕੁੱਲ 29 ਸੀਟਾਂ ਸੀ, ਜਿਨ੍ਹਾਂ ਦੇ ਵਿੱਚੋਂ 28 ਸੀਟਾਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਉਂਦੀਆਂ। ਕੀ ਕਾਰਨ ਰਿਹਾ ਕਿ ਕੁਝ ਮਹੀਨੇ ਪਹਿਲਾਂ ਜਿੱਤਣ ਵਾਲੀ ਕਾਂਗਰਸ 29 ਦੇ ਵਿੱਚੋਂ ਸਿਰਫ 1 ਸੀਟ ਜਿੱਤ ਸਕੀ। ਉੱਤਰ ਪ੍ਰਦੇਸ਼ ਦੀਆਂ 22 ਇਲੈਕਸ਼ਨ ਬੀਜੇਪੀ ਨੇ ਤਕਰੀਬਨ ਸਾਰੀਆਂ ਹਾਰੀਆਂ, ਪਰ 80 ਦੇ ਵਿੱਚੋਂ 64 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਯੂਪੀ ਚੋਂ ਜਿੱਤੀਆਂ, ਤੇ ਇੱਥੇ ਕਾਂਗਰਸ ਤੇ ਜੇ ਬਸਪਾ ਸਮਾਜਵਾਦੀ ਪਾਰਟੀ ਦਾ ਗੱਠਜੋੜ ਹੋ ਜਾਂਦਾ ਤੇ ਸ਼ਾਇਦ ਉਹ ਭਾਰਤੀ ਜਨਤਾ ਪਾਰਟੀ ਨੂੰ ਰੋਕ ਪਾਉਂਦੇ, ਪਰ ਇਹਨਾਂ ਤਿੰਨਾਂ ਪਾਰਟੀਆਂ ਦੇ ਆਪਣੇ ਨੱਕ ਨੂੰ ਉੱਚਾ ਰੱਖਣ ਦੀ ਕਵਾਇਦ ਬੀਜੇਪੀ ਨੂੰ ਇੱਕ ਵਾਰੀ ਫਿਰ ਇੱਥੋਂ ਜੇਤੂ ਕਰਾਰ ਦੇਗੀ। ਮਹਾਰਾਸ਼ਟਰ ਦੇ ਵਿੱਚ ਕੋਸ਼ਿਸ਼ ਬੜੀ ਕੀਤੀ ਕਾਂਗਰਸ ਤੇ ਸ਼ਰਦ
ਜਿਹੜੇ ਪਵਾਰ ਨੇ ਉਹਨਾਂ ਨੇ ਰੋਕਣ ਦੀ, ਪਰ 48 ਚੋਂ 41 ਸੀਟਾਂ ਇੱਥੇ ਦੀ ਭਾਜਪਾ ਦੇ ਕੋਲ ਆ ਗਈਆਂ। ਰਾਜਸਥਾਨ 25 ਦੀਆਂ 25 ਸੀਟਾਂ ਜਿੱਤ ਗਏ, ਗੁਜਰਾਤ ਦੀਆਂ 26 ਦੀਆਂ 26 ਸੀਟਾਂ ਜਿੱਤ ਗਏ, ਹਰਿਆਣੇ ਦੀਆਂ 10 ਦੀਆਂ 10 ਸੀਟਾਂ ਜਿੱਤ ਗਏ, ਹਿਮਾਚਲ ਦੀਆਂ 4 ਦੀਆਂ 4 ਜਿੱਤ ਗਏ, ਉਧਰ ਜੰਮੂ ਕਸ਼ਮੀਰ ਦੇ ਵਿੱਚੋਂ 6 ਚੋਂ 3 ਜਿੱਤ ਗਏ। ਤੇ ਸਭ ਤੋਂ ਇੰਪੋਰਟੈਂਟ ਗੱਲ ਕਿ ਉਹ ਪੱਛਮੀ ਬੰਗਾਲ ਜਿੱਥੋਂ ਭਾਜਪਾ ਦਾਅਵਾ ਕਰਦੀ ਸੀ ਕਿ 20 ਤੋਂ ਵੱਧ ਸੀਟਾਂ 42 ਚੋਂ ਜਿੱਤਾਂਗੇ, ਉੱਥੇ ਇੱਕ ਬਹੁਤ ਵੱਡਾ ਝਟਕਾ ਇਹਨਾਂ ਨੇ ਤ੍ਰਿਣਾਮੂਲ ਕਾਂਗਰਸ ਨੂੰ ਦਿੱਤਾ ਤੇ 42 ਚੋਂ 18 ਸੀਟਾਂ ਜਿੱਤ ਗਿਆ। ਜਦਕਿ ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਹਾਜ਼ਰ ਹੈ। ਅਚਨਚੇਤੀ ਬ੍ਰੇਕ ਪੈ ਗਈ ਸੀ, ਬ੍ਰੇਕ ਟਾਈਮ ਦੇ ਨਾਲ ਲੈ ਲਈ, ਨਹੀਂ ਤਾਂ ਫਿਰ ਲੰਮੀ ਬ੍ਰੇਕ ਲੈਣੀ ਪੈ ਜਾਂਦੀ। ਤੇ ਬਾਟ ਸਾਹਿਬ, ਸਿਆਸੀ ਹਲਕਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕੈਪਟਨ ਹੋਰਾਂ ਨੇ ਆਪਣੀ ਹਾਰ ਦਾ ਠੀਕਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਚ ਲਿਆ ਕੇ ਭੰਨਤਾ, ਉਹ ਵੀ ਚੌਂਕ ਚ। ਦੇਖੋ ਸੁਖਨੈਬ ਜੀ, ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਣੀਆਂ, ਕਿਉਂਕਿ ਜਦੋਂ ਨਾ ਆਪਾਂ ਵਿਆਹ ਕਰ ਲਈਦਾ ਘਰੇ, ਤਿਆਰੀਆਂ ਤਿਊਰੀਆਂ ਕਰੀ ਦੀਆਂ, ਮੇਰੇ ਵਰਗਿਆਂ ਨੂੰ ਕਹਿਣਾ ਚੱਲ ਤੂੰ ਮਿਲਣੀ ਵਾਲੇ ਕੰਬਲੀ ਲੈ ਆਈ, ਬਹੁਤਾ ਬੋਝ ਨੀ ਤੇਰੇ ਤੇ ਪਾਉਣਾ, ਇੱਕ ਨੂੰ ਕਹਿਣਾ ਤੂੰ ਪੈਲਸ ਦੇ ਜਿਹੜਾ ਨਾ ਕਰਨੀ ਡੈਕੋਰੇਸ਼ਨ ਤੂੰ ਉਹਦਾ ਕੰਮ ਸਾਂਭ ਲਈ, ਦੂਜੇ ਨੂੰ ਕਹਿਣਾ ਤੂੰ ਭਾਈ ਰਾਤ ਸਾਰੀ ਸੌਣਾ ਨੇ, ਹਲਵਾਈਆਂ ਨੂੰ ਕੋਈ ਸਮਾਨ ਇੱਧਰ ਉੱਧਰ ਨਾ ਹੋ ਜਾਵੇ, ਸਿਲੰਡਰ ਵੀ ਤੂੰ ਦੇਖਣੇ ਆ, ਗੁਆਂਢੀਆਂ ਤੋਂ ਮੰਗਣੇ ਆ, ਨਾਲ ਦੀ ਨਾਲ ਵਿੱਚ ਵਿਚਾਲੇ ਕਈਆਂ ਦਾ ਕੰਮ ਇਹ ਹੁੰਦਾ, ਤੂੰ ਟੈਕਸੀ ਵਾਲੇ ਨੂੰ ਵੀ ਕਹਿਣਾ ਤੇਰਾ ਕੰਮ ਹੈ ਕਿ ਭਾਈ ਤੂੰ ਸਵੇਰੇ ਸਵੇਰੇ ਜਾਣਾ ਤੇ ਕੇਕ ਨੀ ਚੱਕ ਕੇ ਲਿਆਉਣਾ, ਆਰਡਰ ਦੇ ਕੇ ਆਉਣਾ ਤੇ ਕੇਕ ਦੁਪਹਿਰੇ 2 ਵਜੇ ਲਿਆਉਣਾ, ਜਦੋਂ ਫਿਰ ਆਨੰਦ ਕਾਰਜ ਹੋ ਗਿਆ ਮੁੰਡੇ ਨੇ ਜਿਹੜਾ ਖਤ ਖੁਤ ਕਢਾ ਲਿਆ ਤੇ ਉਹਦੇ ਤੋਂ ਬਾਅਦ ਕੇਕ ਮੌਕੇ ਤੇ ਲੈ ਕੇ ਆਉਣਾ, ਕਿਉਂਕਿ ਗਰਮੀਆਂ ਤਿਲ ਵੀ ਸਕਦਾ, ਕੰਮ ਵੱਡੇ ਹੁੰਦੇ ਨਾ। 6 ਮਹੀਨੇ ਅਸੀਂ ਤਿਆਰੀਆਂ ਕਰੀ ਦੀਆਂ ਤੇ ਉਹਦੇ ਤੋਂ ਬਾਅਦ ਜਦੋਂ ਕੰਮ ਨਿਬੜ ਜਾਂਦਾ, ਵੱਡੀ ਗੱਲ ਹੈ ਕਿ ਵਿਆਹ ਦੇ ਵਿੱਚ 2-4 ਕੰਮ ਤਾਂ ਸੱਜੇ ਖੱਬੇ ਹੋਣਗੇ, ਕੁਝ ਲੇਟ ਵੀ ਹੋ ਜੂ, ਕੁਝ ਹੋਰ ਤਰ੍ਹਾਂ ਹੋ ਜੂ, ਫਿਰ ਬਾਅਦ ਵਿੱਚ 6 ਮਹੀਨੇ ਅਸੀਂ ਨੁਕਸ ਕੱਢੀ ਰਿਹਾ, ਤੂੰ ਨੀ ਚੰਗੇ ਤਰੀਕੇ ਕੰਮ ਕੀਤਾ, ਉਹ ਐਵੇਂ ਕਰਤਾ ਉਹਨੇ ਕਰਤਾ, ਐਵੇਂ ਖਿੱਚ ਜਾਣਾ ਇੱਕ ਦੂਜੇ ਦੇ ਉੱਤੇ, ਲੜਾਈਆਂ ਪਾਲੀਆਂ, ਡਾਂਗਾਂ ਵੀ ਚੱਲ ਜਾਂਦੀਆਂ, ਕੱਪੜੇ ਪਾੜ ਦਿੰਦੇ ਲੋਕ। ਹੁਣ 5 ਸੀਟਾਂ ਕਾਂਗਰਸ ਪਾਰਟੀ ਪੰਜਾਬ ਚ ਹਾਰੀ ਆ, ਮਿਸ਼ਨ ਸੀਗਾ 13-13 ਦਾ, ਰਹਿ ਗਿਆ 8-13 ਦਾ। ਕਈਆਂ ਨੇ ਹੁਣ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੇ ਵਿੱਚ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਵੀ ਹੈ। ਉਹ ਕਹਿੰਦੇ ਕਪਤਾਨ ਸਾਹਿਬ ਅਸਤੀਫਾ ਦਿਓ, ਤੁਸੀਂ ਕਹਿੰਦੇ ਸੀ ਕਿ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣੀਆਂ, ਤੁਸੀਂ ਤਾਂ 5 ਹਰ ਗਏ, 2 ਤਾਂ ਤੁਹਾਡੇ ਬੰਦੇ ਸਾਡੇ ਬੰਦਿਆਂ ਨੇ ਹਰਾਏ ਆ, ਤੁਹਾਡਾ ਸੂਬਾ ਪ੍ਰਧਾਨ ਅਸੀਂ ਹਰਾਤਾ, ਹੋਰ ਦੱਸੋ ਤੁਸੀਂ ਕੀ ਪਾਉਂਦੇ, ਜਾਓ ਅਸਤੀਫਾ ਦੇ ਜਾਓ ਜੀ। ਕਪਤਾਨ ਸਾਹਿਬ ਨੇ ਆਪਦਾ ਅਸਤੀਫਾ ਨਹੀਂ ਸੀ ਦੇਣਾ, ਉਹ ਕਹਿੰਦੇ ਸਾਰਾ ਕੰਮ ਨਵਜੋਤ ਸਿੰਘ ਸਿੱਧੂ ਦਾ ਕੀਤਾ ਕਰਾਇਆ। ਦੇਖੋ ਲੌਜਿਕ ਕਿੱਥੋਂ ਨਿਕਲਿਆ, ਉਹ ਕਹਿੰਦੇ ਦੇਖੋ ਜੀ ਕੈਲਕੂਲੇਸ਼ਨ ਕਰੋ, ਕਾਂਗਰਸ ਪਾਰਟੀ ਪੰਜਾਬ ਦੇ ਸ਼ਹਿਰਾਂ ਚੋਂ ਹਾਰੀ ਹੈ ਤੇ ਸ਼ਹਿਰਾਂ ਦਾ ਸਾਰੇ ਦਾ ਸਾਰਾ ਕੰਮਕਾਰ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਦੇ ਅਧੀਨ ਆਉਂਦਾ ਹੈ, ਤੇ ਜੇ ਨਵਜੋਤ ਸਿੰਘ ਸਿੱਧੂ ਨੇ ਚੰਗੇ ਤਰੀਕੇ ਸ਼ਹਿਰਾਂ ਦੀ ਡਿਵੈਲਪਮੈਂਟ ਦਾ ਕੰਮ ਕੀਤਾ ਹੁੰਦਾ ਤਾਂ ਕਾਂਗਰਸ ਪਾਰਟੀ ਨੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀਆਂ ਸੀਟਾਂ ਬਿਲਕੁਲ ਨਹੀਂ ਸੀ ਹਰਨੀਆਂ, ਅਸੀਂ ਸ਼ਾਨ ਨਾਲ ਜਿੱਤਣਾ ਸੀ। ਇਸ ਕਰਕੇ ਜ਼ਿੰਮੇਵਾਰੀ ਜਿਹੜੀ ਹੈ ਨਾ ਉਹ ਸਿੱਧੇ ਰੂਪ ਦੇ ਵਿੱਚ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਬਣਦੀ ਹੈ। ਇਹ ਕਹਿਣਾ ਹੈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕਿ ਭਾਈ ਸਾਡਾ ਕਸੂਰ ਕਸਾਰ ਕੋਈ ਨੀ, ਇਹ ਜਿਹੜੇ 4-5 ਹਲਕੇ ਆਪਾਂ ਹਾਰੇ ਆ ਨਾ, ਸਾਰਿਆਂ ਦਾ ਕਸੂਰ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਦਾ, ਜੇ ਉਹਨਾਂ ਨੇ ਚੰਗੇ ਤਰੀਕੇ ਕੰਮ ਕੀਤਾ ਹੁੰਦਾ ਤੇ ਇਹ ਹਾਲਾਤ ਜਿਹੜੇ ਨਹੀਂ ਸੀ ਹੋਣੇ। ਚਲੋ ਆਪਾਂ ਇਹ ਵੀ ਗੱਲ ਮੰਨ ਲੈਂਦੇ ਹਾਂ ਕਿ ਭਾਈ ਸ਼ਾਇਦ ਇੱਦਾਂ ਹੀ ਹੋਵੇ, ਪਰ ਦੂਸਰੇ ਪਾਸੇ ਉਹਨਾਂ ਨੇ ਇੱਕ ਗੱਲ ਹੋਰ ਕਹਿਤੀ। ਉਹ ਕਹਿੰਦੇ ਕਿ ਦੂਜੀ ਜਿਹੜੀ ਬਿਆਨ ਵਾਲੀ ਗੱਲ ਆ ਮੈਂ ਚੇਤੇ ਥੋੜੀ ਭੁੱਲਿਆ, ਉਹ ਕਹਿੰਦੇ ਜੇ ਵੋਟਾਂ ਪੈਣ ਤੋਂ 2 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਉਸ ਬਿਆਨ ਨੂੰ ਬ੍ਰੇਕ ਲਾ ਲਈ ਹੁੰਦੀ ਤਾਂ ਅਸੀਂ ਘੱਟੋ ਘੱਟ ਬਠਿੰਡੇ ਵਾਲੀ ਸੀਟ ਜਿਹੜੀ ਹੈ ਉਹ ਜ਼ਰੂਰ ਜਿੱਤ ਸਕਦੇ ਸੀ, ਬਾਕੀਆਂ ਦੇ ਉੱਤੇ ਤਾਂ ਚਲੋ ਫਰਕ ਵੱਡਾ। ਸਿੱਧੂ ਦੀ ਬੋਲੀ ਤੇ ਵੀ ਸਵਾਲ ਚੱਕ ਦਿੱਤੇ, ਸਿੱਧੂ ਦੇ ਕੰਮ ਤੇ ਵੀ ਸਵਾਲ ਚੱਕ ਦਿੱਤੇ। ਬੀਬੀ ਆਸ਼ਾ ਕੁਮਾਰੀ ਤਾਂ ਪਹਿਲਾਂ ਹੀ ਝਾਈਆਂ ਲੈ ਲੈ ਪੈਣ ਨੂੰ ਫਿਰਦੀ ਹੈ। ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬ੍ਰਹਮ ਮਹਿੰਦਰਾ, ਡਾਕਟਰ ਰਾਜਕੁਮਾਰ ਵੇਰਕਾ, ਇਹਦੇ ਨਾਲ ਨਾਲ ਹੁਸ਼ਿਆਰਪੁਰ ਦੇ ਜਿਹੜੇ ਨੇ ਮੰਤਰੀ ਸਾਹਿਬ ਇੱਕੋ ਇੱਕ ਨੇ, ਉਹਨਾਂ ਨੇ ਵੀ ਕਹਿ ਦਿੱਤਾ ਭਾਈ ਕਿ ਆਪਾਂ ਵੀ ਤੁਹਾਨੂੰ ਦੇਖਦੇ ਹਾਂ ਕਿ ਤੁਸੀਂ ਬਹੁਤਾ ਚੰਗਾ ਕੰਮ ਨਹੀਂ ਕਰਦੇ, ਤੁਸੀਂ ਰੌਲਾ ਬਹੁਤਾ ਪਾਉਂਦੇ ਆ। ਹੁਣ ਜਦੋਂ ਅੱਧੀ ਕੈਬਨਿਟ ਸਿੱਧੂ ਸਾਹਿਬ ਦੇ ਖਿਲਾਫ ਹੋਈ ਪਈ ਹੈ, 7-8 MLA ਵੀ ਖਿਲਾਫ ਹੋਏ ਪਏ ਆ, ਉਸ ਸਥਿਤੀ ਦੇ ਵਿੱਚ ਹੁਣ ਜਦੋਂ ਕੈਪਟਨ ਸਾਹਿਬ ਨੇ ਨਤੀਜੇ ਆਉਂਦੇ ਸਾਰ ਨਵਜੋਤ ਸਿੰਘ ਸਿੱਧੂ ਦੀਆਂ ਗਲਤੀਆਂ ਕਰਤੀਆਂ ਕਿ ਭਾਈ ਅਸੀਂ ਤਾਂ ਜਿੱਤ ਹੀ ਜਾਣਾ ਸੀ, ਇਸ ਬੰਦੇ ਨੇ ਆਖਰੀ 1.5 ਦਿਨ ਦੇ ਵਿੱਚ ਹੀ ਪੰਜਾਬ ਆ ਕੇ ਸਾਡਾ ਕੰਮ ਖਰਾਬ ਕਰਤਾ, ਤੇ ਹੁਣ ਉਮੀਦ ਹੈ ਕਿ ਬੜੀ ਛੇਤੀ ਇਹ ਮਾਮਲਾ
ਕਾਂਗਰਸ ਪਾਰਟੀ ਦੀ ਹਾਈਕਮਾਂਡ ਦੇ ਕੋਲ ਪੁੱਜਣਾ, ਹਾਈਕਮਾਂਡ ਨੇ ਫੈਸਲਾ ਲੈਣਾ, ਤੇ ਜਦੋਂ ਫੈਸਲਾ ਲਿਆ ਤੇ ਫਿਰ ਉਹਦੇ ਤੋਂ ਬਾਅਦ ਪਤਾ ਲੱਗੂਗਾ ਕਿ ਪਾਰਟੀ ਹੁਣ ਕਿਹੜੀ ਲੀਹ ਤੇ ਕਿਹੜੇ ਰਾਹ ਦੇ ਉੱਤੇ ਚੱਲਣੀ ਆ ਤੇ ਕਹਾਣੀ ਜਿਹੜੀ ਹੈ ਉਹ ਕਿੱਧਰਲੇ ਪਾਸੇ ਨੂੰ ਹੋਣੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਇਹ ਵੀ ਕਹਿਤਾ, ਉਹ ਕਹਿੰਦੇ ਨਵਜੋਤ ਸਿੱਧੂ ਨੂੰ ਪਾਕਿਸਤਾਨ ਨਹੀਂ ਸੀ ਜਾਣਾ ਚਾਹੀਦਾ, ਮੇਰੇ ਮਨਾ ਕਰਨ ਦੇ ਬਾਵਜੂਦ, ਮੇਰੇ ਇਤਰਾਜ਼ ਕਰਨ ਦੇ ਬਾਵਜੂਦ ਉਹ ਪਾਕਿਸਤਾਨ ਗਏ। ਦੇਖੋ ਕੈਪਟਨ ਸਾਹਿਬ ਦਾ ਕੰਮ ਏਦਾਂ ਨਾ ਕਿ ਉਹ ਆਪ ਨੀ ਜਾਂਦੇ ਕਿਤੇ ਵੀ, ਉਹਨਾਂ ਨੂੰ ਜੇ ਮਿਲਣਾ ਹੋਵੇ ਅਗਲਿਆਂ ਨੂੰ ਇੱਥੇ ਆਉਣਾ ਪੈਂਦਾ। ਹੁਣ ਉਹ ਕਹਿੰਦੇ ਜੀ ਪਾਕਿਸਤਾਨ ਦੇ ਫੌਜ ਮੁਖੀ ਨੂੰ ਜਿਹੜੀ ਜੱਫੀ ਪਾਈ, ਨਵਜੋਤ ਸਿੱਧੂ ਨੇ ਜਿਹੜੀ ਉਹਨਾਂ ਦੇ ਨਾਲ ਦੋਸਤੀ ਵਿਖਾਈ, ਉਹ ਕਹਿੰਦੇ ਭਾਰਤ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਉਹ ਸਾਡੇ ਫੌਜੀ ਜਵਾਨਾਂ ਨੂੰ ਮਾਰਦੇ ਆ, ਅਸੀਂ ਕਿਵੇਂ ਜੱਫੀਆਂ ਪਾ ਲਈਏ। ਇਸ ਕਰਕੇ ਉਹ ਕਹਿੰਦੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦਾ ਉਹ ਬਚਕਾਨਾ ਜਾਂ ਜਿਹੜਾ ਮਾਹੌਲ ਹੈ ਨਾ, ਉਹਨੇ ਵੀ ਕਈ ਵਾਰ ਜਿਹੜੀ ਇਹ ਸਮੱਸਿਆ ਖੜੀ ਕੀਤੀ ਹੈ। ਸੋ ਕੁੱਲ ਮਿਲਾ ਕੇ ਕਪਤਾਨ ਸਾਹਿਬ ਨੇ ਗਿਣਤੀ ਮੁਕੰਮਲ ਹੋਣ ਤੋਂ ਪਹਿਲਾਂ ਹੀ ਇਹ ਜਿਹੜਾ ਬਿਆਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਦਿੱਤਾ, ਲੱਗਦਾ ਕਿ ਇਸੇ ਗੱਲ ਨੂੰ ਆਧਾਰ ਬਣਾ ਕੇ ਹੁਣ ਦਿੱਲੀ ਵਾਲੇ ਪਾਸੇ ਨੂੰ ਕੁਝ ਚਿੱਠੀਆਂ ਜਾਣਗੀਆਂ ਜ਼ਰੂਰ, ਤੇ ਜਿਹਨਾਂ ਚਿੱਠੀਆਂ ਦੇ ਰਾਹੀਂ ਜਵਾਬ ਮੰਗਿਆ ਜਾਊਗਾ ਕਿ ਭਾਈ ਅਸਲ ਦੇ ਵਿੱਚ ਦੱਸੋ ਕਹਾਣੀਆਂ ਕੀ ਨੇ, ਗੱਲ ਜਿਹੜੀ ਹੈ ਉਹ ਕਿੱਧਰਲੇ ਪਾਸੇ ਨੂੰ ਤੁਰਦੀ ਹੈ। ਸੋ ਦੇਖਦੇ ਹਾਂ ਕਿ ਹੁਣ ਕਪਤਾਨ ਸਾਹਿਬ ਦੁਆਰਾ ਹਾਰਦਾ ਠੀਕੜਾ ਜਦੋਂ ਸਿੱਧੂ ਦੇ ਸਿਰ ਭੰਨ ਦਿੱਤਾ ਤੇ ਉਹਦੇ ਤੋਂ ਬਾਅਦ ਸਿੱਧੂ ਸਾਹਿਬ ਦੀ ਪ੍ਰਤੀਕਿਰਿਆ ਆਉਂਦੀ ਕੀ ਹੈ। ਵੈਸੇ ਇੰਨਾ ਕੁ ਬਿਆਨ ਉਹਨਾਂ ਦਾ ਆਇਆ ਕਿ ਭਾਈ ਇਹ ਜਿਹੜੀ ਕਾਂਗਰਸ ਦੀ ਹਾਰ ਹੋਈ ਹੈ ਉਹਦੇ ਲਈ ਅਸੀਂ ਸਾਂਝੇ ਤੌਰ ਤੇ ਜਿੰਨੇ ਵੀ ਬੰਦਿਆਂ ਨੇ ਕੰਪੇਨ ਚਲਾਈ ਹੈ ਜ਼ਿੰਮੇਵਾਰੀ ਪ੍ਰਵਾਨ ਕਰਦੇ ਹਾਂ ਜੀ। ਤੇ ਵੜ ਸਾਹਿਬ, ਸ਼ਿਵ ਸੈਨਾ ਨੇ ਕਿੰਨੇ ਕੁ ਬੰਦੇ ਉਤਾਰੇ ਸੀ ਮੈਦਾਨ ਚ? ਇੱਕ ਦਾ ਤਾਂ ਮੈਨੂੰ ਪਤਾ 2000 ਵੋਟਾਂ ਇਕੱਠੀਆਂ ਲੈ ਗਿਆ, ਉਹ ਸ਼ਾਇਦ ਜਲੰਧਰ ਵਾਲਾ ਸੀ, ਤੇ ਬਾਕੀਆਂ ਦਾ ਡਾਟਾ ਪਤਾ ਸਾਨੂੰ ਕਿੰਨੇ ਕੁ ਮੈਦਾਨ? ਦੇਖੋ ਸ਼ਿਵ ਸੈਨਾ ਵਾਲਿਆਂ ਨੇ ਤਾਂ ਕਮਾਲ ਹੀ ਕਰ ਦਿੱਤੀ। ਜੇ ਨਾ ਆਪਾਂ ਜਿੰਨੇ ਵੀ ਸ਼ਿਵ ਸੈਨਾ ਦੇ ਬੰਦੇ ਇੱਥੋਂ ਖੜੇ ਸੀ, ਜੇ ਆਪਾਂ ਸਾਰਿਆਂ ਦਾ ਹੀ ਹਿਸਾਬ ਕਿਤਾਬ ਜਿਹਾ ਲਾ ਲਈਏ, ਸਾਰਿਆਂ ਦੀਆਂ ਵੋਟਾਂ ਇਕੱਠੀਆਂ ਕਰ ਲਈਏ, ਤਾਂ ਕੰਮ ਜਿਹੜਾ ਉਹਨਾਂ ਦਾ ਸੱਜੇ ਖੱਬੇ ਹੈ। ਇੱਕ ਉਹਨਾਂ ਗਗਨਦੀਪ ਕੁਮਾਰ ਖੜਾ ਸੀ ਜੀ ਅੰਮ੍ਰਿਤਸਰ ਤੋਂ, ਉਹਨੂੰ ਕੁੱਲ ਮਿਲਾ ਕੇ ਜੇ ਤੁਸੀਂ ਦੇਖੋ ਨਾ ਇੰਨੀਆਂ ਕੁ ਵੋਟਾਂ ਪੈ ਗਈਆਂ ਕਿ ਸਾਰੀਆਂ ਇਕੱਠੀਆਂ ਕਰ ਲਈਏ ਤਾਂ 1100 ਤੇ 86 ਬਣਦੀਆਂ, ਤੇ 1100 ਵੋਟਾਂ ਜਿਹਨਾਂ ਨੂੰ ਮਿਲ ਗਈਆਂ ਉਹਨਾਂ ਨੇ ਕਿੱਧਰ ਜਾਣਾ। ਸ਼ਿਵ ਸੈਨਾ ਦਾ ਬੰਦਾ 2400 ਵੋਟਾਂ ਜਿਹੜੀਆਂ ਨੇ ਉਹ ਆਨੰਦਪੁਰ ਸਾਹਿਬ ਤੋਂ ਵੀ ਲੈ ਗਿਆ। ਇਹਦੇ ਨਾਲ ਨਾਲ ਜੇ ਆਪਾਂ ਫਰੀਦਕੋਟ ਵਾਲੇ ਦੀ ਗੱਲ ਕਰੀਏ ਤਾਂ ਉਹਦਾ ਕੰਮ ਥੋੜਾ ਜਿਹਾ ਮੈਨੂੰ ਐਂ ਲੱਗਾ ਕਿ ਜਿੱਦਾਂ ਠੰਡਾ ਜਿਹਾ ਹੁੰਦਾ, ਤੇ ਉਹਨੂੰ ਵੋਟਾਂ ਜਿਹੜੀਆਂ ਬਹੁਤੀਆਂ ਘੱਟ ਪੈ ਗਈਆਂ ਕਿਉਂਕਿ ਜਦੋਂ ਉਹਨੇ ਕਾਗਜ਼ ਦਾਖਲ ਕੀਤੇ ਸੀ ਤਾਂ ਉਦੋਂ ਉਹਨੂੰ ਕੋਲ ਸ਼ਿਵ ਸੈਨਾ ਦੀ ਜਿਹੜੀ ਚਿੱਠੀ ਚੁੱਕੀ ਜੀ ਹੈ ਨਹੀਂ ਸੀ, ਇਸ ਕਰਕੇ ਉਹਨੂੰ ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਹੀ ਕੰਸਿਡਰ ਜਿਹੜਾ ਉਹ ਕੀਤਾ ਗਿਆ ਸੀ। ਸੋ ਇੱਕ ਵੀ ਉਮੀਦਵਾਰ ਸ਼ਿਵ ਸੈਨਾ ਦਾ ਇਦਾਂ ਦਾ ਨਹੀਂ ਜਿਹਨੂੰ ਆਪਾਂ ਕਹਿ ਸਕੀਏ ਕਿ ਕਿਸੇ ਗਿਣਤੀ ਚ ਵੀ ਆਉਂਦਾ, ਬਾਕੀ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਜਿਹੜੇ ਹੈਗੇ ਆ ਨਾ ਉਹ ਵੀ ਸ਼ਿਵ ਸੈਨਾ ਦੇ ਕੈਂਡੀਡੇਟਾਂ ਤੋਂ ਵੋਟਾਂ ਜਿਹੜੀਆਂ ਉਹ ਵੱਧ ਲੈ ਗਿਆ ਸੀ। ਲੁਧਿਆਣੇ ਦੇ ਵਿੱਚ ਆਸ ਇਹਨਾਂ ਤੋਂ ਮਾੜੀ ਮੋਟੀ ਹੁੰਦੀ ਹੈ, ਪਰ ਉੱਥੇ ਵੀ ਇਹ 4-5 ਹਿੱਸਿਆਂ ਦੇ ਵਿੱਚ ਵੰਡੇ ਆ, ਕੋਈ ਹਿੰਦੁਸਤਾਨ ਸ਼ਕਤੀ ਸੈਨਾ, ਕੋਈ ਕਿਸੇ ਤਰ੍ਹਾਂ ਦੀ ਸ਼ਕਤੀ ਸੈਨਾ, ਤੇ ਵੋਟਾਂ ਜਿਹੜੀਆਂ 2200-2500 ਇੱਥੇ ਤੱਕ ਰਹਿ ਗਈਆਂ ਜੀ। ਇਹ ਤਾਂ ਫਿਰ ਵੱਡਾ ਹੀ ਅੰਕੜਾ ਹੈ ਜੀ, 2200 ਕਿਹੜਾ ਥੋੜੀ ਹੁੰਦੀ, ਅਗਲਾ ਕਿ ਘਰੇ ਵੀ ਦਬਕੇ ਤਾਂ ਮਾਰ ਹੀ ਸਕਦਾ ਕਿ ਦੇਖ ਇੰਨੇ ਲੋਕ ਆ ਮੇਰੇ ਮਗਰ, ਐਵੇਂ ਨਾ ਸਮਝੀ। ਇਹਦੇ ਨਾਲ ਸ਼ਟਰਾਂ ਵਾਲੇ ਨਾਲ ਤਾਂ ਫਿਰ ਵੀ ਠੀਕ ਰਹਿ ਗਿਆ। ਜੇ ਬਾਟ ਸਾਹਿਬ ਸ਼ਟਰਾਂ ਵਾਲੇ ਦੀ ਗੱਲ ਕਰੀਏ, ਵੋਟਾਂ ਤਾਂ ਚੰਗੀਆਂ ਲੈ ਗਿਆ, 505 ਵੋਟਾਂ ਵਾਲਾ ਰੌਲਾ ਜਾ ਕਾਹਤੋਂ ਪਵਾ ਲਿਆ ਕਿ ਚਰਚਾ ਚੁਰਚਾ ਕਰਾਉਣ ਦਾ ਹੀ ਚੱਕਰ ਸੀਗਾ? ਨਹੀਂ ਦੇਖੋ ਜਿਹੜਾ ਸ਼ਰਾਂ ਵਾਲਾ ਭਾਅ ਆ ਨਾ, ਕਿਤੇ ਨਾ ਕਿਤੇ ਦੇਖੋ ਹੁੰਦਾ ਹੀ ਆ ਨਾ ਕਿ ਆਪਦੇ ਲੋਕਾਂ ਦੇ ਉੱਤੇ ਥੋੜਾ ਜਿਹਾ ਉਹਨਾਂ ਨੂੰ ਆਸ ਸੀ ਕਿ ਭਾਈ ਆਹ ਵੀ ਪਾ ਦੇਣਗੇ ਉਹ ਵੀ ਪਾ ਦੇਣਗੇ, ਹੁਣ ਜੇ ਉਹਨਾਂ ਨੇ ਨਹੀਂ ਵੋਟਾਂ ਪਾਈਆਂ ਮੈਨੂੰ ਲੱਗਦਾ ਕਿ ਰੋਣ ਧੋਣ ਵਾਲੀ ਗੱਲ ਤਾਂ ਕੋਈ ਹੈ ਨਹੀਂ ਸੀ। ਹੌਸਲਾ ਰੱਖੋ ਭਾਈ, ਜੇ ਐਤਕੀ ਤੁਹਾਨੂੰ ਇੰਨੀਆਂ ਵੋਟਾਂ ਜਿਹੜੀਆਂ ਪੈ ਗਈਆਂ ਅਗਲੀ ਵਾਰੀ ਵੱਧ ਪੈ ਜਾਣਗੀਆਂ, 856 ਵੋਟਾਂ ਬਣਦੀਆਂ ਜੀ, 0.08 ਬਿਲਕੁਲ। ਤੇ ਬਾਟ ਸਾਹਿਬ ਗਾਹਾਂ ਗੱਲ ਕਰੀਏ ਅਸੀਂ, ਰਾਹੁਲ ਗਾਂਧੀ ਹੋਰਾਂ ਨੇ ਅਸਤੀਫੇ ਦੀ ਪੇਸ਼ਕਸ਼ ਕਰਤੀ ਜੀ, ਕਾਹਦਾ ਦੇਣਾ ਉਹਨਾਂ ਨੇ ਪ੍ਰਧਾਨਗੀ ਦਾ? ਬਿਲਕੁਲ ਪ੍ਰਧਾਨਗੀ ਦਾ ਹੀ ਹੈ, ਕਿਉਂਕਿ ਦੇਖੋ ਅਜੇ ਨਾ ਕਮਾਲ ਕਈ ਵਾਰੀ ਹੋ ਜਾਂਦੀ ਹੈ, ਅਮੇਠੀ ਦੀ ਗਿਣਤੀ ਨਾ ਚੱਲੀ ਜਾਂਦੀ ਸੀ ਜੀ, ਬਿਲਕੁਲ ਵੀ ਅਜੇ ਕਲੀਅਰ ਨਹੀਂ ਸੀ ਹੋਈ ਕਿ ਅਮੇਠੀ ਤੋਂ ਕਿਹੜੇ ਬੰਦੇ ਨੂੰ ਕਿੰਨੀਆਂ ਵੋਟਾਂ ਪੈ ਗਈਆਂ, ਕਿਉਂਕਿ ਉੱਥੋਂ ਇੱਕ ਪਾਸੇ ਤਾਂ ਰਾਹੁਲ ਗਾਂਧੀ ਸੀ ਤੇ ਦੂਸਰੇ ਪਾਸੇ ਅਮੇਠੀ ਤੋਂ ਬੀਬੀ ਸਮ੍ਰਿਤੀ ਇਰਾਨੀ ਜਿਹੜੇ ਪਿਛਲੀ ਵਾਰੀ ਉਹਨਾਂ ਤੋਂ 1,00,000 ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ, ਤੇ ਪਰ ਉਹਨਾਂ ਨੂੰ ਇਹਦੇ ਬਾਵਜੂਦ ਵੀ ਕੇਂਦਰੀ ਮੰਤਰੀ ਬਣਾ ਕੇ ਮੋਦੀ ਸਾਹਿਬ ਨੇ ਕਿਹਾ ਸੀ ਕਿ ਅਮੇਠੀ ਤੋਂ ਬਾਹਰ ਨਹੀਂ ਆਉਣਾ, ਪਰ ਐਤਕੀ 4,10,000 ਵੋਟਾਂ ਬੀਬੀ ਸਮ੍ਰਿਤੀ ਇਰਾਨੀ ਦੀਆਂ ਤੇ 3,62,000 ਰਾਹੁਲ ਗਾਂਧੀ ਦੀਆਂ। ਇਹਦਾ ਮਤਲਬ ਹੈ ਕਿ ਤਕਰੀਬਨ 48-50,000 ਵੋਟਾਂ ਦਾ ਫਰਕ ਜਿਹੜਾ ਪੈ ਗਿਆ। ਗਿਣਤੀ ਅਜੇ ਚੱਲੀ ਜਾਂਦੀ ਸੀ ਤੇ ਰਾਹੁਲ ਗਾਂਧੀ ਹੋਰੀ ਕਹਿੰਦੇ ਕਿ ਦੇਖੋ
ਗਿਣਤੀ ਭਾਵੇਂ ਚੱਲੀ ਜਾਂਦੀ ਹੈ ਪਰ ਮੈਨੂੰ ਲੱਗਦਾ ਕਿ ਹੁਣ ਮੇਰਾ ਬਹੁਤਾ ਕੁਝ ਜਿਹੜਾ ਉਹ ਵੱਟਿਆ ਨਹੀਂ ਜਾਣਾ ਤੇ ਮੈਂ ਬੀਬੀ ਸਮ੍ਰਿਤੀ ਇਰਾਨੀ ਨੂੰ ਜਿਹੜਾ ਉਹ ਧੰਨਵਾਦ ਦਿੰਦਾ, ਉਹਨਾਂ ਨੂੰ ਵਧਾਈਆਂ ਦਿੰਦਾ ਕਿ ਉਹਨਾਂ ਨੇ ਚੰਗੇ ਤਰੀਕੇ ਆਪਣੀ ਮੁਹਿੰਮ ਚਲਾਈ ਤੇ ਫਿਰ ਸਾਰਾ ਕੁਝ ਦਰੁਸਤ ਹੋ ਗਿਆ। ਉਹਨਾਂ ਨੇ ਮੋਦੀ ਸਾਹਿਬ ਨੂੰ ਵੀ ਵਧਾਈ ਦਿੱਤੀ, ਆਪਣੀ ਹਾਰ ਸਵੀਕਾਰ ਕੀਤੀ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਭਾਰਤ ਦੇ ਲੋਕਾਂ ਨੇ ਜੇ ਬੀਜੇਪੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਤਾਂ ਸਾਨੂੰ ਬਹੁਤ ਚੰਗੇ ਤਰੀਕੇ ਜਿਹੜੇ ਆ ਉਹ ਸਵੀਕਾਰ ਕਰ ਲੈਣਾ ਚਾਹੀਦਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਦਾ ਕੌਮੀ ਪ੍ਰਧਾਨ, ਮੇਰੇ ਰਾਹੀਂ ਸਾਰੀਆਂ ਟਿਕਟਾਂ ਵੰਡੀਆਂ ਗਈਆਂ, ਪ੍ਰਚਾਰ ਕਿਹੜੇ ਮੁੱਦਿਆਂ ਦੇ ਉੱਤੇ ਕਰਨਾ ਬਹੁਤਾ ਕੰਮ ਮੈਂ ਤੈਅ ਕੀਤਾ, ਕਿਹੜੇ ਬੰਦੇ ਦੀ ਕਿੱਥੇ ਡਿਊਟੀ ਲਾਉਣੀ ਆ ਮੇਰੇ ਫੈਸਲੇ ਸੀ ਤੇ ਜਦੋਂ ਮੇਰੇ ਫੈਸਲੇ ਲੋਕਾਂ ਨੇ ਪ੍ਰਵਾਨ ਨਹੀਂ ਕੀਤੇ ਤਾਂ ਫਿਰ ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਮੇਰਾ ਫਰਜ਼ ਬਣਦਾ ਕਿ ਮੈਂ ਫਿਰ ਉਹਨਾਂ ਫੈਸਲਿਆਂ ਦੀ ਜ਼ਿੰਮੇਵਾਰੀ ਲੈਂਦੇ ਅਸਤੀਫਾ ਦਿੰਦਾ। ਉਹ ਕਹਿੰਦੇ ਮੈਂ ਬੜੀ ਛੇਤੀ ਅਸਤੀਫਾ ਜਿਹੜਾ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਦੇ ਦੂੰ, ਪਰ ਅਸਤੀਫਾ ਤਾਂ ਸੁਖਬੀਰ ਸਿੰਘ ਬਾਦਲ ਨੇ ਵੀ ਕਈ ਵਾਰ ਦਿੱਤਾ। ਉਹਨਾਂ ਨੂੰ ਵੀ ਪਤਾ ਹੁੰਦਾ ਕਿ ਭਾਈ ਆ ਜਿਹੜੀ ਕੋਰ ਕਮੇਟੀ ਜਾਂ ਪੋਲੀਟੀਕਲ ਅਫੇਅਰ ਕਮੇਟੀ ਜਿਹਨੂੰ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਕਹਿਤਾ ਜਾਂਦਾ ਉੱਥੇ ਬੰਦੇ ਆਪਣੇ ਹੁੰਦੇ ਆ। ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਦਾ ਕੰਮ ਵੀ ਇੱਦਾਂ ਹੀ ਹੋਣਾ, ਅਸਤੀਫਾ ਉਹਨਾਂ ਨੇ ਦੇ ਦੇਣਾ, ਅਗਲਿਆਂ ਨੇ ਮੀਟਿੰਗ ਕਰਕੇ ਕਹਿਣਾ ਕਿ ਠੀਕ ਆ ਪ੍ਰਧਾਨ ਜੀ ਇਹ ਤਾਂ ਤੁਹਾਡਾ ਵੱਡਾਪਣ ਹੈ ਤੁਹਾਡਾ ਕਿ ਤੁਸੀਂ ਨੈਤਿਕ ਤੌਰ ਦੇ ਉੱਤੇ ਹਾਰ ਦੀ ਜ਼ਿੰਮੇਵਾਰੀ ਲੈ ਕੇ ਅਸਤੀਫਾ ਦਿੱਤਾ, ਪਰ ਅਸੀਂ ਪੋਲੀਟੀਕਲ ਅਫੇਅਰ ਕਮੇਟੀ ਦੇ ਮੈਂਬਰ, ਸ਼ਕਤੀ ਸਾਡੇ ਕੋਲ ਹੈ ਤੇ ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਤੁਸੀਂ ਸਾਡੇ ਅਗਲੇ ਹੁਕਮ ਤੱਕ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣੀਆਂ ਤੇ ਅਗਲਾ ਹੁਕਮ 4-5 ਸਾਲ ਆਉਣਾ ਹੀ ਨਹੀਂ। ਦੇਖੋ ਐਤਕੀ ਬਹੁਤ ਲੰਬੇ ਸਮੇਂ ਬਾਅਦ ਏਦਾਂ ਹੋਇਆ ਕਿ ਦੂਸਰੀ ਵਾਰੀ ਸਰਕਾਰ ਬਣੀ, ਬੀਬੀ ਇੰਦਰਾ ਗਾਂਧੀ 67 ਚ ਵੀ ਜਿੱਤੇ ਫਿਰ 71 ਚ ਜਿੱਤੇ, ਹੁਣ ਮੋਦੀ ਸਾਹਿਬ ਨੇ ਇੰਦਰਾ ਗਾਂਧੀ ਦੀ ਬਰਾਬਰੀ ਕੀਤੀ ਹੈ। 2014 ਚ ਬੀਜੇਪੀ ਨੇ 282 ਸੀਟਾਂ ਜਿੱਤੀਆਂ ਸੀ ਪੂਰਨ ਬਹੁਮਤ ਤੇ ਐਤਕੀ 300 ਤੋਂ ਤਕਰੀਬਨ ਅੰਕੜਾ ਜਿਹੜਾ ਪਾਰ ਹੋ ਗਿਆ ਤੇ ਲਗਾਤਾਰ ਦੋ ਵਾਰੀ ਪੂਰਨ ਬਹੁਮਤ ਭਾਰਤ ਦੇ ਵਿੱਚ ਲੈਣ ਦੀ ਜਿਹੜੀ ਉਹ ਹੁਣ ਬੀਬੀ ਇੰਦਰਾ ਗਾਂਧੀ ਤੋਂ ਬਾਅਦ ਇਹਨਾਂ ਦੇ ਪੱਲੇ ਜਿਹੜਾ ਉਹ ਸਾਰਾ ਕੁਝ ਪਿਆ ਤੇ ਦੇਖਦੇ ਹਾਂ ਕਿ ਕਹਾਣੀਆਂ ਕਿੱਧਰ ਨੂੰ। ਵੈਸੇ ਮੈਂ ਇਹ ਵੀ ਗੱਲ ਤੁਹਾਨੂੰ ਜਿਹੜੀ ਜ਼ਰੂਰ ਦੱਸਦਿਆਂ ਕਿ ਐਤਕੀ ਨਾ ਕੌਮੀ ਪੱਧਰ ਦੇ ਉੱਤੇ ਕਈ ਨਤੀਜਿਆਂ ਨੇ ਲੋਕ ਹੈਰਾਨ ਕੀਤੇ ਆ। ਆਪਾਂ ਗੱਲ ਕਰਦੇ ਸੀ ਬੇਗੂਸਰਾਏ ਦੀ, ਕਨ੍ਹਈਆ ਕੁਮਾਰ ਉੱਥੋਂ ਖੜਾ ਤੇ ਸੁਖਨੈਬ ਜੀ 4 ਲੱਖ ਤੋਂ ਵੀ ਵੱਧ ਵੋਟਾਂ ਦਾ ਫਰਕ ਹੈ ਕਨ੍ਹਈਆ ਕੁਮਾਰ ਦਾ ਗਿਰੀਰਾਜ ਸਿੰਘ ਦੇ ਨਾਲ। ਕਹਿਣ ਦਾ ਭਾਵ ਹੈ ਕਿ ਕਨ੍ਹਈਆ ਕੁਮਾਰ ਜਿਹੜਾ ਉਹਦੀ ਜਿਹੜੀ ਸੀਟ ਹੈ ਉਹ ਤਕਰੀਬਨ ਸੱਜੇ ਖੱਬੇ ਹੋ ਗਈ, 2,70,000 ਵੋਟਾਂ ਉਹਦੀਆਂ ਤੇ ਭਾਜਪਾ ਦੇ ਉਮੀਦਵਾਰ ਦੀਆਂ 6,92,000 ਵੋਟਾਂ ਨੇ। ਇੱਥੋਂ ਆਪਣੇ ਆਪ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਜਿਹੜੇ ਬੰਦੇ ਨੂੰ ਆਈਕੋਨ ਦੱਸਿਆ ਜਾ ਰਿਹਾ ਸੀ ਕਿ ਭਾਈ ਉਹ ਯੂਥ ਆਈਕੋਨ ਹੈ, ਜੇ ਕਾਮਰੇਡ ਕਿਤੇ ਉਹਨੂੰ ਆਪਣੇ ਨਾਲ ਲਾ ਲੈਣ ਤਾਂ ਹੇਠਲੀ ਬੰਦਾ ਉੱਤੇ ਕਰ ਦੂ, ਪਰ ਉੱਥੇ ਕੰਮ ਜਿਹੜਾ ਉਹਦੇ ਹੱਕ ਚ ਨਹੀਂ ਹੋਇਆ। ਇੱਕ ਬਹੁਤ ਵੱਡੀ ਹਾਰ, ਸ਼ਤਰੂਘਨ ਸਿਨਹਾ ਲਗਾਤਾਰ 2 ਵਾਰੀ ਪਟਨਾ ਸਾਹਿਬ ਤੋਂ ਬੀਜੇਪੀ ਦਾ MP ਸੀ ਤੇ ਐਤਕੀ ਕਾਂਗਰਸ ਪਾਰਟੀ ਚ ਸ਼ਾਮਿਲ ਹੋ ਗਿਆ ਤੇ ਵੋਟਾਂ ਕਿੰਨੀਆਂ ਪਈਆਂ? 3,20,000 ਤੇ ਜਿਹੜਾ ਬੰਦਾ ਰਵੀ ਸ਼ੰਕਰ ਪ੍ਰਸਾਦ ਜਿੱਤਿਆ ਉਹਨੂੰ 6 ਲੱਖ ਵੋਟਾਂ ਪਈਆਂ। ਇਹਦਾ ਮਤਲਬ ਹੈ ਕਿ 3,80,000 ਵੋਟਾਂ ਦੀ ਇੱਕ ਬਹੁਤ ਵੱਡੀ ਹਾਰ ਜਿਹੜੀ ਹੈ ਇਧਰਲੇ ਪਾਸੇ ਹੋਈ ਹੈ। ਤੇ ਜੇ ਮੈਂ ਤੁਹਾਨੂੰ ਇੱਕ ਕਮਾਲ ਦਾ ਅੰਕੜਾ ਦੱਸਾਂ ਕਿ ਤੁਹਾਨੂੰ ਜਿਹੜੀਆਂ ਗੱਲਾਂ ਬਾਤਾਂ ਪਹਿਲਾਂ ਲੱਗਦੀਆਂ ਸੀ ਨਾ ਕਿ ਪਤਾ ਨੀ ਕੀ ਹੋਣਾ, ਨਾ ਜਿਤਾਓ ਤੁਸੀਂ ਹੰਸਰਾਜ ਹੰਸੋਰਾ ਨੂੰ ਜਲੰਧਰ ਤੋਂ, ਨਾ ਕਾਂਗਰਸ ਪਾਰਟੀ ਵਾਲੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਓ, ਅਗਲੇ ਦੇ ਪੱਲੇ ਦਿੱਲੀ ਵਾਲਿਆਂ ਨੇ ਜਿੱਤ ਪਾਈ ਹੈ। ਤੇ ਜੇ ਸੁਖਨੈਬ ਜੀ ਮੈਂ ਤੁਹਾਨੂੰ ਅੰਕੜਾ ਦੱਸ ਦਵਾਂ ਨਾ ਤਾਂ ਦੰਗਲ ਪੈਣ ਵਾਲੀ ਗੱਲ ਹੀ ਹੈ। 8,47,000 ਵੋਟਾਂ ਹੰਸਰਾਜ ਨੂੰ ਤੇ 2,94,000 ਵੋਟਾਂ ਉਹਨਾਂ ਦੇ ਵਿਰੋਧੀ ਨੂੰ। ਇਹਦਾ ਮਤਲਬ ਹੈ ਕਿ 5.5 ਲੱਖ ਤੋਂ ਵੀ ਵੱਧ ਵੋਟਾਂ ਦੇ ਫਰਕ ਦੇ ਨਾਲ ਹੰਸਰਾਜ ਹੰਸ ਜਿੱਤੇ ਹੈ ਤੇ ਇਸ ਹਿਸਾਬ ਨਾਲ ਵਜ਼ੀਰੀ ਤਾਂ ਬਣਦੀ ਹੈ ਨਾ ਫਿਰ, ਕਿਉਂਕਿ 5.5 ਲੱਖ ਵੋਟਾਂ ਦਾ ਫਰਕ ਹੋਵੇ ਤਾਂ ਫਿਰ ਕਮਾਲ ਦੀਆਂ ਗੱਲਾਂ ਆਪ ਹੀ ਨੇ। ਤੇ ਮੈਂ ਇੱਥੋਂ ਇੱਕ ਗੱਲ ਹੋਰ ਦੱਸਦਿਆਂ ਕਿ ਜੇ ਆਪਾਂ ਭੋਰਾ ਕੁ ਧਿਆਨ ਕਰ ਲਈਏ ਕਿ ਬੀਬੀ ਜੀ ਇੱਕ ਹੈਗੇ ਨੇ ਹੋਰ, ਉਹ ਬੀਬੀ ਜੀ ਜਿਹਨਾਂ ਨੂੰ ਕਿਹਾ ਜਾਂਦਾ ਸੀ ਕਿ ਭਾਈ ਤੁਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਓ, ਕਹਿੰਦੇ ਕਿਉਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਕੀ ਲੈਣਾ? ਤੇ ਬੀਬੀ ਜੀ ਦਾ ਨਾਂ ਤੁਹਾਨੂੰ ਪਤਾ ਹੀ ਹੈ, ਬੀਬੀ ਸ਼ੀਲਾ ਦੀਕਸ਼ਿਤ ਜੀ। ਤੇ ਸ਼ੀਲਾ ਦੀਕਸ਼ਿਤ ਹੋਰਾਂ ਦੇ ਹਾਲਾਤ ਜਿਹੜੇ ਨੇ ਉਹ ਐਤਕੀ ਦਿੱਲੀ ਦੇ ਆਪਣੇ ਹਲਕੇ ਦੇ ਵਿੱਚੋਂ ਬਹੁਤ ਬੁਰੇ ਹੋ ਗਏ, ਕਿਉਂਕਿ ਜਦੋਂ ਸਵੇਰੇ EVM ਮਸ਼ੀਨਾਂ ਦੇ ਉੱਤੇ ਉਂਗਲਾਂ ਵੱਜਣੀਆਂ ਸ਼ੁਰੂ ਹੋਈਆਂ ਤੇ ਸੁਖਨੈਬ ਜੀ ਪਹਿਲੇ ਗੇੜ ਤੋਂ ਹੀ ਬੀਬੀ ਜੀ ਪਛਾਣ ਜਾਣ ਲੱਗ ਪਏ, ਤੇ ਜਦੋਂ ਬੀਬੀ ਜੀ ਜਿਹੜੇ ਨੇ ਉਹ ਪਛਾਣ ਜਾਣ ਲੱਗ ਪਏ ਤਾਂ ਲੋਕਾਂ ਲੱਗਦਾ ਸੀ ਕਿ ਚਲੋ ਕੋਈ ਗੱਲ ਨੀ, ਪਹਿਲੇ ਗੇੜ ਦੇ ਵਿੱਚ ਪਛਾਣ ਨੇ, ਦੂਜੇ ਗੇੜ ਦੇ ਵਿੱਚ ਅੱਗੇ ਆ ਜਾਣਗੇ, ਦੂਜੇ ਗੇੜ ਦੇ ਵਿੱਚ ਵੀ ਪਛਾਣ ਹੈਗਾ, ਲੋਕੀ ਕਹਿੰਦੇ ਚਲੋ ਹੋ ਜਾਂਦਾ ਕਈ ਕਈ ਵਾਰੀ।
ਤੀਸਰੇ ਗੇੜ ਦੇ ਵਿੱਚ ਅੱਗੇ ਆ ਜਾਣਗੇ, ਪਰ ਨਹੀਂ, ਬੀਬੀ ਜੀ ਲਗਾਤਾਰ ਪਿੱਛੇ ਜਾਂਦੇ ਜਾਂਦੇ ਇੱਕ ਸਮਾਂ ਤਾਂ ਏਦਾਂ ਦਾ ਆ ਗਿਆ ਸੀ ਜਦੋਂ ਉਹਨਾਂ ਦੀਆਂ ਵੋਟਾਂ ਜਿਹੜੀਆਂ 1,70,000 ਤੱਕ ਜਿਹੜੀਆਂ ਉਹ ਘੱਟ ਗਈਆਂ ਸੀ, ਤੇ ਉਹਦੇ ਤੋਂ ਬਾਅਦ ਤਾਂ ਫਿਰ ਪਤਾ ਹੀ ਨੀ ਲੱਗਾ ਕਹਾਣੀ ਕਿੱਧਰ ਨੂੰ ਗਈ। ਵਿਜੇਂਦਰ ਸਿੰਘ ਜਿਹੜਾ ਮੁੱਕੇਬਾਜ਼ ਹੈ ਹਰ, ਉਹ ਵੀ ਗਿਆ, ਉਹ 7 ਦੀਆਂ 7 ਸੀਟਾਂ ਜਦੋਂ ਇਧਰਲੇ ਪਾਸੇ ਨੂੰ ਜਿਹੜੀਆਂ ਉਹ ਮਿਲੀਆਂ ਤਾਂ ਫਿਰ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਭਾਈ ਅਗਲੀ ਵਾਰੀ ਹੁਣ ਸੋਚ ਵਿਚਾਰ ਕੇ ਖੜੇ ਹੋਣ ਵਾਲੀ ਗੱਲ ਹੈ, ਐਂ ਤਾਂ ਕੰਮ ਜਿਹੜਾ ਹੌਲੀ ਹੁੰਦਾ। 4,21,000 ਵੋਟਾਂ ਇਹਨਾਂ ਦੀਆਂ ਤੇ 7.5 ਲੱਖ ਵੋਟਾਂ ਜਿਹੜੀਆਂ ਮਨੋਜ ਤਿਵਾੜੀ ਦੀਆਂ ਨੇ ਜੀ। ਔਰ ਫਿਰ ਦਿੱਲੀ ਦੇ ਕੀਤੇ ਹੋਏ ਕੰਮਾਂ ਦਾ ਲੋਕਾਂ ਨੇ ਮੁੱਲ ਨੀ ਪਾਇਆ ਜਾਂ ਹਵਾ ਦੇ ਵਿੱਚ ਹੀ ਹੋਏ ਆ ਜੀ ਕੰਮ? ਉਹ ਆਮ ਆਦਮੀ ਪਾਰਟੀ ਕਿਤੇ ਵੀ ਰੜਕੀ ਨੀ। ਸੁਖਨੈਬ ਜੀ, ਇਹ ਤੁਹਾਡੀ ਬਹੁਤ ਵੱਡੀ ਗਲਤ ਫਹਿਮੀ ਆ, ਤੁਸੀਂ ਝਾੜੂ ਵਾਲਿਆਂ ਨੂੰ ਏਦਾਂ ਨਾ ਸਮਝੋ, ਬੜੇ ਕਿਰਤੀ ਬੰਦੇ ਆਮ ਆਦਮੀ ਪਾਰਟੀ ਚ ਹੈਗੇ ਆ। ਮੈਂ ਹੁਣ ਤੁਹਾਨੂੰ ਦੱਸ ਦਿੰਦਾ ਕਿ ਆਮ ਆਦਮੀ ਪਾਰਟੀ ਦੇ ਪੱਲੇ ਕਿੰਨਾ ਕੁਛ ਹੈਗਾ ਜੀ। ਪਹਿਲੀ ਗੱਲ ਇਹ ਕਿ ਦਿੱਲੀ ਦੇ ਵਿੱਚੋਂ ਉਹਨਾਂ ਨੂੰ ਸਭ ਤੋਂ ਵੱਧ ਆਸ ਸੀ। ਉਹ ਕਹਿੰਦੇ ਸੀ 5 ਸੀਟਾਂ ਅਸੀਂ ਲੈਣੀਆਂ, 2 ਕਾਂਗਰਸ ਨੂੰ ਦੇਣੀਆਂ ਕਿਉਂਕਿ ਸਾਡੀ ਬੱਲੇ ਬੱਲੇ ਹੈ। ਹੁਣ ਜਦੋਂ ਦਿੱਲੀ ਚ ਕੱਲੇ ਕੱਲੇ ਚੋਣਾਂ ਲੜੀਆਂ ਤਾਂ 7 ਦੀਆਂ 7 ਸੀਟਾਂ ਆਮ ਆਦਮੀ ਪਾਰਟੀ ਹਾਰ ਗਈ। ਮੈਂ ਉਹਦੇ ਤੋਂ ਵੀ ਅਗਲੀ ਗੱਲ ਦੱਸਦਾ, ਸੱਤਾ ਦੇ ਵਿੱਚੋਂ 4 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੀਸਰੇ ਨੰਬਰ ਤੇ ਆਏ ਆ, ਤੇ ਸੱਤਾ ਚੋਂ ਸਿਰਫ 3 ਉਮੀਦਵਾਰ ਆਮ ਆਦਮੀ ਪਾਰਟੀ ਦੇ ਇੱਦਾਂ ਦੇ ਆ ਜਿਹੜੇ ਦੂਸਰੇ ਨੰਬਰ ਤੇ ਆਏ ਆ। ਕਹਿਣ ਦਾ ਭਾਵ ਕਿ 7 ਸੀਟਾਂ ਤੋਂ ਆਮ ਆਦਮੀ ਪਾਰਟੀ ਇਕੱਲੀ ਭਾਜਪਾ ਤੋਂ ਨਹੀਂ ਹਾਰੀ, ਸੱਤਾ ਦੇ ਵਿੱਚੋਂ 4 ਸੀਟਾਂ ਤੋਂ ਕਾਂਗਰਸ ਤੋਂ ਵੀ ਹਾਰ ਗਈ ਹੈ। ਚਲੋ ਆਪਾਂ ਹੁਣ ਇਧਰਲੇ ਪਾਸੇ ਆ ਜਾਂਦੇ ਆ ਹਰਿਆਣੇ। ਨਵੀਂ ਨਵੀਂ ਉੱਥੇ ਇੱਕ ਪਾਰਟੀ ਬਣੀ ਚੁਟਾਲਿਆਂ ਦੇ ਟੱਬਰ ਤੋਂ ਅੱਡ ਹੋ ਕੇ, ਜਨ ਨਾਇਕ ਜਨਤਾ ਪਾਰਟੀ ਜਿਹਨੂੰ JJP ਕਹਿੰਦੇ ਹੈ, ਸਮਝੌਤਾ ਉਹਦੇ ਨਾਲ ਕਰ ਲਿਆ। ਸਮਝੌਤਾ ਕੀਤਾ ਤਾਂ 10 ਦੇ ਵਿੱਚੋਂ 3 ਸੀਟਾਂ ਮਿਲੀਆਂ। ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀ ਤਾਕਤ ਦੱਸਣ ਲੱਗਾ। ਜਿਹੜੀਆਂ 3 ਸੀਟਾਂ ਮਿਲੀਆਂ, 3 ਸੀਟਾਂ ਚੋਂ ਜੇ ਆਪਾਂ ਆਮ ਆਦਮੀ ਪਾਰਟੀ ਦੇ 3 ਉਮੀਦਵਾਰਾਂ ਦੀਆਂ ਵੋਟਾਂ ਨਾਲ ਆ ਲਈਏ ਤਾਂ ਪਤਾ ਕਿੰਨੀਆਂ ਬਣਦੀਆਂ? 50,000 ਤੋਂ ਥੱਲੇ ਥੱਲੇ। ਬਹੁਤ ਹੈ ਫਿਰ, 2 ਸੀਟਾਂ ਤੋਂ ਤਾਂ 49,000 ਦੇ ਉੱਤੇ ਤਾਂ ਟੈਕਸ ਵੀ ਲੱਗਣਾ ਸ਼ੁਰੂ ਹੋ ਜਾਂਦਾ, ਉਸ ਦਾ ਸੋਚ ਰਹੇ ਵੋਟਾਂ ਦੇਣਾ ਲੱਗਦਾ ਹੋਵੇ। ਇਹ ਮੈਨੂੰ ਤਾਂ ਲੱਗਦਾ ਕਿ ਵੋਟਾਂ ਦੇ ਪੱਖ ਤੋਂ ਗਰੀਬੀ ਰੇਖਾ ਤੋਂ ਹੇਠਾਂ ਹੀ ਰਹਿ ਗਿਆ। ਦੇਖੋ, 1 ਸੀਟ ਤੋਂ 12 ਲੱਖ ਵੋਟ ਪੋਲ ਹੋਈ ਤੇ ਇਹਨਾਂ ਨੂੰ ਪਈਆਂ 12,000 ਜੀ। ਦੂਜੀ ਸੀਟ ਤੋਂ 11,000 ਪੋਲ ਹੋਈਆਂ ਤੇ ਇਹਨਾਂ ਨੂੰ ਪਈਆਂ 13,000। ਹੁਣ ਜਿੱਥੇ ਇੰਨਾ ਵਧੀਆ ਪ੍ਰਦਰਸ਼ਨ ਹਰਿਆਣੇ ਚ ਕੀਤਾ, ਮੈਂ ਕਹਿੰਦਾ ਕਿ ਕੇਜਰੀਵਾਲ ਸਾਹਿਬ ਜਿੰਨੇ ਗੇੜੇ ਉਹਨਾਂ ਨੇ ਇਧਰਲੇ ਪਾਸੇ ਹਰਿਆਣੇ ਚ ਮਾਰੇ ਆ, ਜੇ ਤੇਲ ਦਾ ਗੁਣਾ ਘਟਾਓ ਕਰ ਲੈਣ ਤਾਂ ਵੱਧ ਮੁੱਲ ਦਾ ਬਣਦਾ ਹੋਣਾ, ਇੰਨੀਆਂ ਵੋਟਾਂ ਤਾਂ ਉਹੀ ਮਿਲ ਜਾਂਦੀਆਂ। ਚਲੋ ਆਪਾਂ ਪੰਜਾਬ ਵਾਲੇ ਪਾਸੇ ਨੂੰ ਆ ਜਾਂਦੇ ਹਾਂ। ਦੇਖੋ, ਪੰਜਾਬ ਦੇ ਵਿੱਚ ਸੰਗਰੂਰ ਜਿੱਤ ਲਿਆ, ਪਰ ਉਹ ਜਿੱਤ ਭਗਵੰਤ ਮਾਨ ਦੀ ਆ, ਝਾੜੂ ਜਾਂ ਆਮ ਆਦਮੀ ਪਾਰਟੀ ਦੀ ਨਹੀਂ, ਇਹ ਗੱਲ ਪੱਕੀ ਹੈ। ਦੂਸਰਾ, ਜੇ ਆਪਾਂ ਬੀਬੀ ਬਲਜਿੰਦਰ ਕੌਰ ਦੀਆਂ 1.25 ਲੱਖ ਵੋਟਾਂ ਜਾਂ ਪ੍ਰੋਫੈਸਰ ਸਾਧੂ ਸੂਹ ਦੀਆਂ 1.25 ਲੱਖ ਵੋਟਾਂ ਉਹਨਾਂ ਨੂੰ ਸੱਜੇ ਖੱਬੇ ਕਰ ਲਈਏ ਤਾਂ ਬਾਕੀ ਪਾਸੇ ਦਾ ਤੂੰਬੜੇ ਉੜੇ ਪਏ ਆ। ਦੇਖੋ, ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੀਆਂ ਵੋਟਾਂ 20,000 ਦੇ ਕਰੀਬ ਨਿਕਲੀਆਂ, ਸਿਰਫ 20,000। ਇਹਦੇ ਨਾਲ ਨਾਲ ਗੁਰਦਾਸਪੁਰ ਦੇ ਵਿੱਚ ਵੋਟਾਂ 26,000 ਨਿਕਲੀਆਂ। ਉਹਦੇ ਤੋਂ ਇਲਾਵਾ ਤੁਹਾਡੇ ਗੁਆਂਢ ਦੇ ਵਿੱਚ ਫਿਰੋਜ਼ਪੁਰੋਂ ਵੋਟਾਂ ਕਿੰਨੀਆਂ ਕੁ ਨਿਕਲਦੀਆਂ ਹਰਜਿੰਦਰ ਸਿੰਘ ਕਾਕੇ ਦੀਆਂ, ਉਹ ਵੀ ਦੱਸਣ ਵਾਲੀਆਂ ਨੀ ਹੈਗੀਆਂ। ਜੇ ਆਪਾਂ ਲੁਧਿਆਣੇ ਦੀ ਜੀ, ਇਹਦੇ ਨਾਲ ਨਾਲ ਜੇ ਲੁਧਿਆਣੇ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਵੋਟਾਂ ਦਾ ਫੀਸਦ ਇੰਨਾ ਕੁ ਘੱਟ ਗਿਆ ਕਿ ਪ੍ਰੋਫੈਸਰ ਸਾਹਿਬ ਸੋਚਦੇ ਹੋਣੇ ਆ ਕਿ ਇਹਦੇ ਨਾਲ ਚੰਗਾ 4 ਲੈਕਚਰ ਹੋਰ ਲਾ ਲੈਂਗੇ, ਐਵੇਂ ਵੋਟਾਂ ਦੇ ਵਿੱਚ ਖੜ ਗਏ। ਇਹਦੇ ਨਾਲ ਨਾਲ ਜਿੱਥੋਂ 3 ਲੱਖ ਵੋਟਾਂ ਪਿਛਲੀ ਵਾਰੀ ਮਿਲੀਆਂ ਸੀ ਅਨੰਦਪੁਰ ਸਾਹਿਬ ਤੋਂ, ਉੱਥੋਂ ਘੱਟ ਕੇ 50,000 ਰਹਿ ਗਈਆਂ। ਜਿੱਥੋਂ 2.25 ਲੱਖ ਵੋਟਾਂ ਮਿਲੀਆਂ ਸੀ ਹੁਸ਼ਿਆਰਪੁਰ ਤੋਂ, ਉੱਥੋਂ ਘੱਟ ਕੇ 44,000 ਰਹਿ ਗਈਆਂ। ਜਿਹੜੇ ਜਲੰਧਰ ਤੋਂ 2.25 ਲੱਖ ਮਿਲੀਆਂ ਸੀ, ਉੱਥੋਂ 31,000 ਰਹਿ ਗਈਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਤਕਰੀਬਨ 9 ਲੋਕ ਸਭਾ ਹਲਕਿਆਂ ਚੋਂ ਜ਼ਮਾਨਤਾਂ ਜ਼ਬਤ ਹੋਈਆਂ ਪੰਜਾਬ ਚੋਂ। ਦਿੱਲੀ ਚ ਵੱਟਿਆ ਕੁਝ ਨੀ ਗਿਆ, ਹਰਿਆਣੇ ਚ ਖੱਟਿਆ ਕੁਝ ਨੀ ਗਿਆ, ਪੰਜਾਬ ਦੇ ਵਿੱਚ ਸੰਗਰੂਰ ਨੂੰ ਛੱਡ ਕੇ ਬਚਿਆ ਕੁਛ ਨੀ। ਆਮ ਆਦਮੀ ਪਾਰਟੀ ਦੇ ਸਾਹਮਣੇ ਸੁਖਨੈਬ ਜੀ ਬਹੁਤ ਵੱਡਾ ਸਵਾਲ ਹੋਂਦ ਬਚਾਉਣ ਦਾ ਖੜਾ ਹੋ ਗਿਆ। ਠੀਕ ਹੈ ਭਾਈ, ਤੁਹਾਡੀ ਦਿੱਲੀ ਚ ਸਰਕਾਰ ਹੈ, ਪਰ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਰੁਤਬਾ ਬੜੀ ਛੇਤੀ ਖਤਮ ਹੋਣ ਵਾਲਾ। ਗੁਜਰਾਤ ਚ ਚੋਣਾਂ ਲੜਦੇ ਹੋ ਹਾਰ ਜਾਂਦੇ ਹੋ, ਗੋਆ ਚ ਚੋਣਾਂ ਲੜਦੇ ਹੋ ਹਾਰ ਜਾਂਦੇ ਹੋ, ਰਾਜਸਥਾਨ ਚ ਕਿਸਮਤ ਅਜਮਾਉਂਦੇ ਹੋ ਹਾਰ ਜਾਂਦੇ ਹੋ, ਹਰਿਆਣੇ ਚ ਆਉਂਦੇ ਹੋ ਪੱਲੇ ਕੁਛ ਨੀ ਪੈਂਦਾ, ਤੇ ਜਦੋਂ ਆਪਾਂ ਫਿਰ ਏਦਾਂ ਦੀਆਂ ਗੱਲਾਂ ਕਰਦੇ ਹਾਂ, ਬਾਰ ਬਾਰ ਹਾਰਾਂ ਦਾ ਸਾਹਮਣਾ ਕਰਨਾ ਪੈਂਦਾ, ਤਾਂ ਮਾਫੀਨਾਮੇ ਲਿਖ ਲਿਖ ਕੇ ਸਥਿਤੀ ਸੁਧਰਨੀ ਨੀ, ਕੁਝ ਹੋਰ ਕਰਨਾ ਪਊਗਾ ਜੀ।
ਤੇ ਭਗਵੰਤ ਮਾਨ ਹੋ ਰਿਹਾ ਜਿੱਤ ਬੜੀ ਵਧੀਆ ਇਹਨਾਂ ਨੇ ਦਰਜ ਕਰ ਲਈ, ਪਰ ਜਿੱਡੀ ਲੀਡ ਦੀ ਗੱਲ ਕਰਦੇ ਸੀ ਉਹਦੇ ਨੇੜੇ ਤਾਂ ਨਹੀਂ ਪਹੁੰਚੇ, ਤੇ ਹੁਣ ਨਵਾਂ ਟਾਰਗੇਟ ਕੀ ਰੱਖ ਲਿਆ ਜੀ? ਦੇਖੋ ਸੁਖਨੈਬ ਜੀ, ਤੁਸੀਂ ਭਗਵੰਤ ਮਾਨ ਸਾਹਿਬ ਦੀ ਗੱਲ ਕੀਤੀ, ਇੱਕ ਗੱਲ ਤਾਂ ਪੱਕੀ ਹੈ ਨਾ ਕਿ ਜਿੱਦਾਂ ਦਾ ਮਾਹੌਲ ਸੀ ਐਤਕੀ, ਕੋਈ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦਾ ਬੰਦਾ ਜਿਹੜਾ ਸਿਰੇ ਚੜ ਜੂ। ਮੈਂ ਕਹਿੰਦਾ ਕਿ ਢਕੇ ਲਪੇਟੇ ਗਏ ਕਿ ਜਿਹੜਾ ਖਾਤਾ ਖੁੱਲ ਗਿਆ, ਨਹੀਂ ਤਾਂ ਆਮ ਆਦਮੀ ਪਾਰਟੀ ਦੇ ਪੱਖ ਤੋਂ ਨਾ ਐਤਕੀ ਸੰਸਦ ਵਿੱਚ ਕਾਂ ਬੋਲਣੇ ਸੀ, ਲੋਕ ਸਭਾ ਦੇ ਵਿੱਚ ਕੋਈ ਬੰਦਾ ਹੀ ਨਹੀਂ ਸੀ ਹੋਣਾ, ਫਿਰ ਕੌਣ ਕਿਹਨੂੰ ਸੁੰਘਦਾ, ਕੌਣ ਕਿਹਦੇ ਦੱਸਦਾ ਕਿ ਕੌਣ ਕਿਹੜਾ ਪੀ ਕੇ ਆਇਆ ਤੇ ਖਾ ਕੇ ਆਇਆ। ਪਰ ਭਗਵੰਤ ਮਾਨ ਦੀ ਜਿੱਤ ਨੇ ਸੁਖਨੈਬ ਜੀ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਬੰਦਾ ਕੰਮ ਕਰਨ ਵਾਲਾ ਹੋਵੇ, ਬੰਦਾ ਲੋਕਾਂ ਚ ਵਿਚਰਨ ਵਾਲਾ ਹੋਵੇ, ਛੋਟੇ ਮੋਟੇ ਦੋਸ਼ਾਂ ਦੀ ਪੰਜਾਬ ਦੇ ਲੋਕ ਜਿਹੜੇ ਆ ਉਹ ਬਹੁਤੀ ਪਰਵਾਹ ਨਹੀਂ ਕਰਦੇ। ਹੁਣ ਲਗਾਤਾਰ ਇਹ ਚਰਚਾ ਚੱਲਦੀ ਸੀ ਕਿ ਭਗਵੰਤ ਦਾ ਕੰਮ ਔਖਾ, ਪਰ ਜਦੋਂ ਕੇਵਲ ਸਿੰਘ ਢਿੱਲੋਂ ਦੇ ਇੱਕ ਜਲਸੇ ਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਨੇ ਇੱਕ ਨੌਜਵਾਨ ਦੇ ਚਪੇੜ ਮਾਰੀ ਸੀ, ਉਦਣ ਵੀ ਲੱਗਦਾ ਸੀ ਕਿ ਭਗਵੰਤ ਮਾਨ ਦਾ ਕੰਮ ਥੋੜਾ ਜਿਹਾ ਸੌਖਾ ਹੋ ਗਿਆ। ਜਦੋਂ ਕਿਸਾਨ ਜਥੇਬੰਦੀਆਂ ਨੇ ਜਾ ਕੇ ਘੇਰਾ ਕਾਂਗਰਸੀਆਂ ਨੂੰ ਪਾਉਣਾ ਸ਼ੁਰੂ ਕਰਤਾ ਸੀ, ਉਦੋਂ ਪਤਾ ਲੱਗਦਾ ਸੀ ਕਿ ਭਗਵੰਤ ਮਾਨ ਦਾ ਕੰਮ ਥੋੜਾ ਜਿਹਾ ਸੌਖਾ ਹੋ ਗਿਆ। ਪਰ ਐਤਕੀ ਭਗਵੰਤ ਮਾਨ ਨੂੰ ਵੋਟਾਂ 4,12,000 ਪਈਆਂ, ਪਿਛਲੀ ਵਾਰ ਦੇ ਨਾਲੋਂ ਵੋਟਾਂ 1,00,000 ਘੱਟ ਨੇ। ਕੇਵਲ ਸਿੰਘ ਢਿੱਲੋਂ ਦੀਆਂ ਵੋਟਾਂ ਜਿਹੜੀਆਂ 3,02,000 ਆ, ਇਹਦਾ ਮਤਲਬ ਹੈ ਕਿ 1,10,000 ਵੋਟਾਂ ਦਾ ਫਰਕ, ਕੋਈ ਛੋਟਾ ਫਰਕ ਨਹੀਂ, ਉਹ ਵੀ ਉਸ ਵੇਲੇ ਜਦੋਂ ਇਹਨਾਂ ਦੀ ਪਾਰਟੀ ਬਹੁਤ ਬੁਰੇ ਤਰੀਕੇ ਦੋ ਫਾੜ ਹੋ ਚੁੱਕੀ ਹੈ, ਇਹ ਵੀ ਉਸ ਵੇਲੇ ਜਦੋਂ ਜੱਸੀ ਜਸਰਾਜ ਨਾਂ ਦਾ ਪਾਵੇ ਵਾਲਾ ਬੰਦਾ ਇਹਨਾਂ ਨੂੰ ਹਰਾਉਣ ਦੇ ਲਈ ਮੈਦਾਨ ਚ ਹੋਵੇ ਤਾਂ 20,000 ਵੋਟਾਂ ਉਹ ਵੀ ਲੈ ਜਾਏ। ਸੋ ਕੁੱਲ ਮਿਲਾ ਕੇ ਇਸ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਵੋਟਾਂ ਮਿਲੀਆਂ ਸਾਰੀਆਂ 2,62,000। ਹੁਣ ਬਾਪੂ ਅੱਜ ਰੋਟੀ ਖਾਂਦਾ ਰਾਤ ਦੀ ਕਹਿੰਦਾ ਹੋਣਾ, ਪੁੱਤਰਾ ਤੇਰੇ ਨਾਲ ਤਾਂ ਮੈਂ ਚੰਗਾ ਰਹਿ ਗਿਆ, ਉਮਰ ਭਾਵੇਂ ਕਾਫੀ ਹੋ ਗਈ ਸੀ, ਤੁਰਿਆ ਭਾਵੇਂ ਬਹੁਤਾ ਨਹੀਂ ਸੀ ਜਾਂਦਾ, ਸਵਾ 3,00,000 ਵੋਟਾਂ ਤਾਂ ਮਿਲ ਗਈਆਂ ਸੀ, ਤੂੰ ਤਾਂ 3,50,000 ਤੇ ਵੀ ਨਹੀਂ ਪਹੁੰਚਾ। ਸਿਮਰਨਜੀਤ ਸਿੰਘ ਮਾਨ ਹੋਰਾਂ ਦੀ 48,000 ਵੋਟ ਜਿਹੜੀ ਹੈ ਉਹ ਵੀ ਗਿਣਨ ਵਾਲੀ ਹੈ, ਕਿਉਂਕਿ ਪਿਛਲੀ ਵਾਰੀ ਤਾਂ ਖਡੂਰ ਸਾਹਿਬ ਤੋਂ 13,000 ਟੱਪੇ ਹੀ ਨਹੀਂ ਸੀ। ਤੇ ਹੁਣ ਭਗਵੰਤ ਮਾਨ ਨੇ ਇੱਕ ਨਵਾਂ ਐਲਾਨ ਕਰ ਦਿੱਤਾ, ਉਹ ਕਹਿੰਦੇ ਦੇਖੋ ਪੰਜਾਬ ਦੇ ਲੋਕਾਂ ਨੇ ਕਹਿੰਦੇ ਇੱਕ ਗੱਲ ਤਾਂ ਸਿੱਧੀ ਸਾਫ ਸਪਸ਼ਟ ਕਰ ਦਿੱਤੀ ਹੈ, ਤੇ ਗੱਲ ਸਪਸ਼ਟ ਕਿਹੜੀ ਕੀਤੀ ਹੈ? ਉਹ ਕਹਿੰਦੇ ਗੱਲ ਸਪਸ਼ਟ ਇਹ ਕੀਤੀ ਹੈ ਕਿ ਇਸ ਵੇਲੇ ਸਿੱਧੇ ਰੂਪ ਦੇ ਵਿੱਚ ਇੱਕ ਤਾਂ ਉਹ ਕਹਿੰਦੇ ਕਿ ਜਿਹੜੇ ਬੰਦੇ ਵਾਰ ਵਾਰ ਮੈਨੂੰ ਕਹਿੰਦੇ ਸੀ ਕਿ ਭਾਈ ਇਹ ਬੰਦਾ ਫਲਾਨੇ ਕੰਮ ਕਰਦਾ ਉਹ ਕਰਦਾ ਇਹਦੀ ਆਲੋਚਨਾ ਕਰੋ ਠੋਕ ਵਜਾ ਕੇ, ਉਹਨਾਂ ਦੇ ਵਿੱਚ ਕਹਿੰਦੇ ਸੁਖਪਾਲ ਖਹਿਰਾ ਵੀ ਸੀ ਜ਼ਮਾਨਤ ਉਹਦੀ ਵੀ ਜ਼ਬਤ, ਸਿਮਰਜੀਤ ਬੈਂਸ ਵੀ ਸੀ ਚੋਣ ਉਹ ਵੀ ਹਾਰ ਗਏ, ਜੱਸੀ ਜਸਰਾਜ ਵੀ ਸੀ ਜ਼ਮਾਨਤ ਉਹਦੀ ਵੀ ਜ਼ਬਤ। ਉਹ ਕਹਿੰਦੇ ਦੇਖੋ ਲੋਕਾਂ ਨੇ ਕਿਹਾ ਸੀ ਕਿ ਇਹ ਬੰਦਾ ਕੰਮ ਕਰਦਾ ਐਮਪੀ ਰਿਪੀਟ ਕਰਨਾ, ਐਮਪੀ ਰਿਪੀਟ ਕਰਤਾ। ਹੁਣ ਕਹਿੰਦੇ ਮੈਂ ਫਿਰ ਕਹਿੰਦਾ ਕਿ ਪਿਛਲੀ ਵਾਰ ਦੇ ਵਾਂਗ ਮੇਰੀ ਐਵੀਂ ਨਾ ਆਲੋਚਨਾ ਕਰੀ ਜਾਇਓ, ਮੈਨੂੰ ਕੰਮ ਕਰਨ ਦਿਓ, ਮੇਰੀ ਆਲੋਚਨਾ ਕਰਨੀ ਪਰੇ ਹੋ ਕੇ ਕਰੀ ਜਾਓ, ਰਾਹ ਚ ਰੋੜੇ ਨਾ ਟਕਾਇਓ, ਕਿਉਂਕਿ ਮੈਂ ਕੰਮ ਕਰਨ ਵਾਲਾ ਬੰਦਾ ਤੇ ਕੰਮ ਕਰਕੇ ਮੈਂ ਤੀਜੀ ਵਾਰੀ ਵੀ ਜਿੱਤਣਾ। ਪਰ ਅਗਲੀ ਗੱਲ ਉਹਨਾਂ ਨੇ ਕਹਿਤੀ, ਉਹ ਕਹਿੰਦੇ ਪਹਿਲਾ ਟਾਰਗੇਟ ਮੇਰਾ ਸੰਗਰੂਰ ਚ ਦੂਜੀ ਵਾਰੀ ਜਿੱਤਣਾ ਸੀ ਪੂਰਾ ਹੋ ਗਿਆ, ਅੱਜ ਤੋਂ ਹੀ ਮੈਂ ਦੱਸਦਾ ਕਿ ਮੇਰਾ ਅਗਲਾ ਟਾਰਗੇਟ 2022 ਦੀਆਂ ਵਿਧਾਨ ਸਭਾ ਚੋਣਾਂ ਮੈਂ ਹੁਣੇ ਸ਼ੁਰੂ ਕਰਨ ਲੱਗਾ ਕੰਮ ਜੀ। ਸੋ ਇਹ ਇੱਕ ਬੜਾ ਅਹਿਮ ਟਾਰਗੇਟ ਹੈ ਜਿਹੜਾ ਭਗਵੰਤ ਮਾਨ ਹੋਰਾਂ ਨੇ ਚੱਕਿਆ। 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਭਵਿੱਖ ਕਿਹੋ ਜਿਹਾ ਰਹੂ, ਇਹ ਇੱਕ ਸਵਾਲ ਹੈ। ਪਰ ਜਿਹੜੇ ਅੱਡ ਹੋ ਗਏ ਜੀ, ਉਹ ਇਸ ਗੱਲ ਦੇ ਉੱਤੇ ਖੁਸ਼ ਹੈ ਕਿ ਦੇਖੋ ਵੋਟ ਪਰਸੈਂਟੇਜ ਸਾਡੀ ਬਹੁਤ ਹੈ, ਆਮ ਦੇ ਨਾਲੋਂ ਵੱਧ ਹੈ। ਪਰ ਸਵਾਲ ਵਟਸਐਪ ਇਹ ਵੀ ਹੈ ਕਿ ਬੇਸ਼ੱਕ ਵੋਟ ਪਰਸੈਂਟ ਵੱਧ ਹੈ, ਪਿੜ ਪੱਲੇ ਦੇ ਵਿੱਚ ਰਿਹਾ ਕੀ? ਸੁਖਨਾਬ ਜੀ, ਇਹ ਬਹੁਤ ਵੱਡਾ ਸਵਾਲ ਹੈ। ਠੀਕ ਹੈ, ਵੋਟ ਪਰਸੈਂਟੇਜ ਜੇ ਵੱਧ ਹੈ ਤਾਂ ਮੰਨਦੇ ਹਾਂ, ਪਰ ਪਾਰਟੀਆਂ ਵੀ ਤਾਂ 6 ਨੇ ਨਾ ਜੀ, ਕਿਉਂਕਿ ਜੇ 6 ਪਾਰਟੀਆਂ ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਤੋਂ ਵੋਟ ਫੀਸਦ ਵੱਧ ਲੈਂਦੀਆਂ ਤਾਂ ਕੋਈ ਏਡੀ ਵੱਡੀ ਗੱਲ ਨਹੀਂ, ਭਗਵੰਤ ਮਾਨ ਹੋਰੀ ਸੀਟ ਵੀ ਤਾਂ ਜਿੱਤੇ ਆ। ਦੇਖੋ 6 ਪਾਰਟੀਆਂ ਦਾ ਪੀਡੀਏ ਮੈਨੂੰ ਲੱਗਦਾ ਕਿ ਖਿੰਡ ਵੀ ਜਾਣਾ ਤੇ ਪੁੰਡ ਵੀ ਜਾਣਾ, ਉਹਨੇ ਖਿੰਡਣ ਪੁੰਡਣ ਤੋਂ ਬਿਨਾਂ ਰਹਿਣਾ ਨਹੀਂ ਜੀ, ਕਿਉਂਕਿ ਬਹੁਜਨ ਸਮਾਜ ਪਾਰਟੀ ਦੀਆਂ ਆਪਣੀਆਂ ਕੁਝ ਪ੍ਰਾਇਓਰਟੀਜ਼ ਨੇ, ਆਪਣੀਆਂ ਕੁਝ BSP ਦੀਆਂ ਤਰਜੀਹਾਂ ਨੇ, ਉਹਨਾਂ ਨੇ ਵੇਖਣਾ ਕਿ ਯੂਪੀ ਚ ਸਾਡਾ ਸੂਤ ਕਿਵੇਂ ਆਉਂਦਾ, ਬੀਬੀ ਮਾਇਆਵਤੀ ਦਾ ਅਗਲਾ ਹੁਕਮ ਕੀ ਆਉਂਦਾ, ਉਹਦੇ ਮੁਤਾਬਕ ਉਹਨਾਂ ਨੇ ਕੰਮ ਕਰਨਾ। ਤੇ ਭਗਤ ਨੂੰ ਜੇ BSP ਨੂੰ ਲੱਗਾ ਕਿ ਬਾਕੀ ਬੰਦੇ ਬਹੁਤੇ ਸੂਤਰ ਨਹੀਂ ਤੁਰਦੇ ਤਾਂ ਉਹ ਫਿਰ ਅੱਗੇ ਪਿੱਛੇ ਹੋਣਗੇ ਜ਼ਰੂਰ। ਇਹਦੇ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਨੇ ਕਹਿਣਾ ਕਿ ਮੇਰੀਆਂ ਵੋਟਾਂ ਡਾਕਟਰ ਗਾਂਧੀ ਤੋਂ ਵੀ ਵੱਧ, ਮੇਰੀਆਂ ਵੋਟਾਂ ਸੁਖਪਾਲ ਖਹਿਰਾ ਤੋਂ ਵੀ ਵੱਧ, ਇਸ ਕਰਕੇ
ਮੈਨੂੰ ਹੁਣ ਪੀਡੀਏ ਦਾ ਮੁਖੀ ਬਣਾਓ ਜਾਂ ਜਿਵੇਂ ਮੈਂ ਕਹਿੰਦਾ ਉਸੇ ਤਰੀਕੇ ਗੱਲ ਅੱਗੇ ਨੂੰ ਤੋਰੋ। ਹੁਣ ਸਿਮਰਜੀਤ ਬੈਂਸ ਦੀ ਇਹ ਗੱਲ ਸੁਖਪਾਲ ਖਹਿਰਾ ਮੰਨਣਗੇ, ਡਾਕਟਰ ਧਰਮਵੀਰ ਗਾਂਧੀ ਮੰਨਣਗੇ, ਕਾਮਰੇਡਾਂ ਦੀਆਂ ਦੋ ਪਾਰਟੀਆਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਲੰਬਾ ਸਮਾਂ ਇਹਨਾਂ ਦੇ ਨਾਲ ਤੁਰ ਸਕਣਗੀਆਂ। ਦੇਖੋ ਡਾਕਟਰ ਗਾਂਧੀ ਨੇ ਨਵਾਂ ਪੰਜਾਬ ਪਾਰਟੀ ਬਣਾਈ, ਇੱਕੋ ਇੱਕ ਨਵਾਂ ਪੰਜਾਬ ਪਾਰਟੀ ਦੇ ਉਹ ਕੈਂਡੀਡੇਟ ਸੀ, ਵੋਟਾਂ 12-13% ਮਿਲੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਡਾਕਟਰ ਧਰਮਵੀਰ ਗਾਂਧੀ ਨਵੇਂ ਪੰਜਾਬ ਪਾਰਟੀ ਨੂੰ ਕੋਈ ਨਵਾਂ ਰੂਪ ਦੇਣ ਦੇ ਵਿੱਚ ਕਾਮਯਾਬ ਹੋਣਗੇ, ਜਾਂ ਹੁਣ ਆਪਣੀ ਜ਼ਿੰਦਗੀ ਦਾ ਅਗਲਾ ਸਮਾਂ ਉਹ ਕਲੀਨਿਕ ਦੇ ਵਿੱਚ ਲਾਉਣ ਦੇ ਲਈ ਯਤਨਸ਼ੀਲ ਰਹਿਣਗੇ। ਦੂਸਰਾ, ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਪੰਜਾਬ ਏਕਤਾ ਪਾਰਟੀ, ਦੇਖੋ 5-6 MLA ਉਹਨਾਂ ਦੇ ਨਾਲ ਹੈਗੇ ਆ, ਪਰ ਜਿੱਦਾਂ ਦੇ ਨਤੀਜੇ ਆਏ ਆ ਮੈਨੂੰ ਲੱਗਦਾ ਨਹੀਂ ਕਿ ਇੱਕ ਅੱਧੇ ਨੂੰ ਛੱਡ ਕੇ ਬਾਕੀਆਂ ਨੇ ਉਹਨਾਂ ਦੇ ਨਾਲ ਰਹਿਣਾ। ਪਰ ਉਹ ਜੇ ਇਹਨਾਂ ਦੇ ਨਾਲ ਨਹੀਂ ਰਹਿਣਗੇ ਤਾਂ ਸਵਾਲ ਕਿਤੇ ਨਾ ਕਿਤੇ ਇਹ ਵੀ ਪੈਦਾ ਹੁੰਦਾ ਕਿ ਉਹਨਾਂ ਨੇ ਜਾਣਾ ਕਿੱਧਰ ਆ। ਜੇ ਕਿਸੇ ਹੋਰ ਪਾਸੇ ਜਾਂਦੇ ਆ ਤਾਂ ਜ਼ਿਮਨੀ ਚੋਣਾਂ, ਇੱਥੇ ਰਹਿੰਦੇ ਆ ਤਾਂ ਕੰਮ ਤਾਂ ਵੀ ਖਰਾਬ, ਵਾਪਸ ਆਮ ਆਦਮੀ ਪਾਰਟੀ ਚ ਮੁੜਦੇ ਆ ਤੇ ਆਮ ਆਦਮੀ ਪਾਰਟੀ ਦਾ ਭਵਿੱਖ ਕੋਈ ਬਹੁਤਾ ਚੰਗਾ ਨਹੀਂ। ਬੀਬੀ ਪਰਮਜੀਤ ਕੌਰ ਖਾਲੜਾ ਦੀਆਂ ਵੋਟਾਂ ਨੂੰ ਆਪਾਂ ਖਹਿਰਾ ਸਾਹਿਬ ਦੀ ਸ਼੍ਰੇਣੀ ਚ ਨਹੀਂ ਰੱਖਦੇ, ਉਹ ਵੋਟਾਂ ਉਹਨਾਂ ਦੇ ਰਸੂਖ ਦੀਆਂ ਵੋਟਾਂ, ਤੇ ਇੱਥੇ ਮਾਸਟਰ ਬਲਦੇਵ ਸਿੰਘ ਦੀਆਂ 40,000 ਵੋਟਾਂ ਜਿਹੜੀਆਂ ਨੇ ਆਪਾਂ ਉਹਨਾਂ ਨੂੰ ਕਾਊਂਟ ਕਰਦੇ ਹਾਂ। ਸੋ ਕੁੱਲ ਮਿਲਾ ਕੇ ਪੰਜਾਬ ਏਕਤਾ ਪਾਰਟੀ ਦੀ ਜਿੰਨੀ ਕੁ ਲੀਡਰਸ਼ਿਪ ਹੈਗੀ ਹੈ ਉਹਨੂੰ ਥੋੜੀ ਬਹੁਤ ਨਿੱਠ ਕੇ ਇਕਾਂਤ ਦੇ ਵਿੱਚ ਬੈਠ ਕੇ ਸੋਚ ਵਿਚਾਰ ਕਰਨੀ ਪਏਗੀ ਕਿ ਭਾਈ ਆਖਿਰਕਾਰ ਕਹਾਣੀ ਹੋਈ ਕੀ, ਅਸੀਂ ਅੱਗੇ ਵੱਧ ਸਕਾਂਗੇ ਕਿ ਨਹੀਂ, ਸਾਨੂੰ ਕਿਸੇ ਦੂਸਰੀ ਪਾਰਟੀ ਨਾਲ ਮਿਲਣਾ ਚਾਹੀਦਾ, ਪੁਰਾਣੀ ਪਾਰਟੀ ਚ ਵਾਪਸ ਜਾਣਾ ਚਾਹੀਦਾ, ਜਾਂ ਐਸੇ ਪਲੇਟਫਾਰਮ ਦੇ ਉੱਤੇ ਲਗਾਤਾਰ ਚੰਗੀ ਮਿਹਨਤ ਕਰਨੀ ਚਾਹੀਦੀ, ਪਤਾ ਫਿਰ ਲੱਗੂ। ਹੁਣ ਨਾਲ ਦੀ ਨਾਲ ਹੈ ਜੀ ਇੱਕ ਪਾਰਟੀ ਜਿਹੜੀ ਲੋਕ ਇਨਸਾਫ਼ ਪਾਰਟੀ ਹੈ, ਦੇਖੋ ਲੋਕ ਇਨਸਾਫ਼ ਪਾਰਟੀ ਚ ਸਿਮਰਜੀਤ ਬੈਂਸ ਨੇ ਉਹਨਾਂ ਦੇ ਕੋਲ 2 MLA ਹੈਗੇ ਆ, ਐਤਕੀ ਚੰਗੇ ਤਰੀਕੇ ਦੇ ਨਾਲ ਲੁਧਿਆਣੇ ਚ ਉਹਨਾਂ ਨੇ ਫਾਈਟ ਦਿੱਤੀ, ਵੋਟਾਂ ਦੀ ਗਿਣਤੀ 2,10,000 ਤੋਂ ਵਧਾ ਕੇ ਤਕਰੀਬਨ 3,10,000 ਉਹਨਾਂ ਨੇ ਕਰ ਲਈ। ਇਸ ਕਰਕੇ ਉਹ ਥੋੜੇ ਆਸਬੰਦ ਜ਼ਰੂਰ ਨੇ, ਪਰ ਫਿਰ ਵੀ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਆਸ ਦੇ ਨਾਲ ਉਹ ਘੱਟ ਪਈਆਂ ਵੋਟਾਂ, ਜੱਸੀ ਜਸਰਾਜ ਦੀ ਜ਼ਬਤ ਹੋਈ ਜ਼ਮਾਨਤ ਇਹ ਦੱਸਦੀ ਹੈ ਕਿ ਜੇ ਬੈਂਸ ਭਰਾਵਾਂ ਦਾ ਟਾਰਗੇਟ ਪੰਜਾਬ ਦੇ ਮੁੱਖ ਮੰਤਰੀ ਬਣਨਾ ਆ ਨਾ ਤਾਂ ਪਹਿਲਾਂ ਕੰਮ ਕਾਰ ਜਿਹੜੇ ਠੋਕ ਵਜਾ ਕੇ ਕਰਨੇ ਪੈਣਗੇ, ਬਾਕੀ ਸਾਰੀਆਂ ਗੱਲਾਂ ਬਾਅਦ ਚ। ਸੋ ਇਹ ਤਿੰਨੇ ਹੀ ਸਿਆਸੀ ਪਾਰਟੀਆਂ ਦੀ ਹੋਂਦ ਭੂਰਾ ਭੂਰਾ ਖਤਰੇ ਚ ਹੈ। ਅਕਾਲੀ ਦਲ ਟਕਸਾਲੀ ਵੀ ਇਸ ਵੇਲੇ ਤਲਵਾਰ ਦੀ ਧਾਰ ਦੇ ਉੱਤੇ ਤੁਰ ਰਿਹਾ, ਵੇਖਦੇ ਹਾਂ ਕਿ ਉਹ ਵੀ ਕਿੰਨੇ ਕੁ ਦਿਨ ਕੱਢਦਾ। ਸੋ ਆਉਣ ਵਾਲਾ ਸਮਾਂ ਜਿਹੜਾ ਇਸ ਪੱਖ ਤੋਂ ਕਾਫੀ ਮਹੱਤਵਪੂਰਨ ਹੋਏਗਾ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਭੁਰਨ ਪੰਜਾਬ ਚ ਬਣੀਆਂ ਸੀ ਸਿਆਸੀ ਪਾਰਟੀਆਂ ਹੁਣ ਡਿੱਗਦੀਆਂ ਢਹਿੰਦੀਆਂ ਤੁਰੀਆਂ ਜਾਣਗੀਆਂ ਕਿ ਖਤਮ ਹੋਣਗੀਆਂ, ਇਹ ਆਉਣ ਵਾਲਾ ਸਮਾਂ ਦੱਸੋ। ਬਾਟ ਸਾਹਿਬ, ਹੁਣ ਕਿਉਂਕਿ ਨਵੀਂ ਸਰਕਾਰ ਦਾ ਗਠਨ ਹੋਣਾ, ਮੰਤਰੀ ਵੀ ਚਾਹੀਦੇ ਹੋਣੇ, ਤੇ ਬਾਦਲ ਪਰਿਵਾਰ ਨੇ ਪਾਲੇ ਹੋਣੇ ਜੀ ਅਟੈਚੀ ਚ ਕੱਪੜੇ ਕਿ ਚਲੋ ਭਾਈ ਉੱਥੇ ਮੋਦੀ ਸਾਹਿਬ ਦੇ ਕੋਲੇ ਜਾ ਕੇ ਬੈਠੀ ਅਮਿਤ ਸ਼ਾਹ ਤੇ ਜ਼ੋਰ ਪਾਈਏ ਕਿ ਦੇਖੋ ਕਿਤੇ ਸਾਡੇ ਪਰਿਵਾਰ ਦਾ ਕੋਈ ਮੈਂਬਰ ਨਾ ਵੋਟਰ ਬਣਾ ਦਿਓ, ਮੰਤਰੀ ਨਾ ਬਣਾ ਦਿਓ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀ, ਫਿਰ ਵੀ ਅਖੀਰ ਚ ਉਹਨਾਂ ਨੇ ਗੱਲ ਹੀ ਨਹੀਂ ਸੁਣੀ, ਬੀਬੀ ਹਰਸਿਮਰਤ ਕੌਰ ਨੂੰ ਬਣਾ ਕੇ ਸਾਹ ਲਿਆ ਸੀ। ਦੇਖੋ ਗੱਲ ਇਹ ਹੈ ਕਿ ਪਿਛਲੀ ਵਾਰ ਇਹਨਾਂ ਦੇ 4 MP ਸੀ, ਚਾਰਾਂ ਦੇ ਵਿੱਚੋਂ ਕੋਸ਼ਿਸ਼ ਇਹਨਾਂ ਨੇ ਇਹ ਕੀਤੀ ਸੀ ਕਿ ਇੱਕ ਸਾਡਾ ਕੈਬਨਿਟ ਮੰਤਰੀ ਬਣ ਜਾਏ ਤਾਂ ਇੱਕ ਮਿਨਿਸਟਰ ਆਫ ਸਟੇਟ ਬਣ ਜਾਏ। ਹੁਣ ਇੱਕ ਕੈਬਨਿਟ ਮੰਤਰੀ ਬਣ ਜੂ ਤੇ ਦੂਜਾ ਮਿਨਿਸਟਰ ਆਫ ਸਟੇਟ ਜੇ ਬਣ ਜੂ ਤਾਂ ਫਿਰ ਇਹਨਾਂ ਦੀ 50% ਜਿਹੜੀ ਹੈ ਉੱਥੇ ਰੀਪ੍ਰੈਜੈਂਟੇਸ਼ਨ ਹੋ ਜਾਣੀ ਸੀ। ਪਰ ਬੀਜੇਪੀ ਵਾਲੇ ਪਹਿਲਾਂ ਕਹਿੰਦੇ ਕਿ ਜਿੰਨੀਆਂ ਕੁ ਵੋਟਾਂ ਜਿਹੜੀਆਂ ਤੁਸੀਂ ਲਈਆਂ ਨਾ ਉਹਦੇ ਹਿਸਾਬ ਦੇ ਨਾਲ, ਸੀਟਾਂ ਦੇ ਹਿਸਾਬ ਨਾਲ ਤੁਹਾਡਾ ਇੱਕ ਅਹੁਦਾ ਬਣਦਾ, ਉਹ ਵੀ ਮਿਨਿਸਟਰ ਆਫ ਸਟੇਟ ਦਾ। ਚਲੋ ਇਹਨਾਂ ਨੇ ਕਿਹਾ ਕਿਉਂਕਿ ਪੁਰਾਣੇ ਬੰਦੇ ਆ, ਤੁਹਾਡੇ ਨਾਲ ਜੁੜੇ ਆ, ਕਦੇ ਖੱਬਾ ਸੱਜਾ ਨੇ ਕੀਤਾ ਕੁਝ, ਇਹ ਕਹਿੰਦੇ ਚਲੋ ਕੈਬਨਿਟ ਮੰਤਰੀ ਬਣਾਉਂਦੇ ਆ, ਬੀਬੀ ਬਾਦਲ ਨੂੰ ਬਣਾਤਾ। ਉਹਦੇ ਤੋਂ ਬਾਅਦ ਹੁਣ ਦੇਖੋ 4 ਤੋਂ ਅੱਧੀਆਂ ਰਹਿ ਕੇ ਇਹਨਾਂ ਦੇ ਕੋਲ ਵਜ਼ੀਰੀਆਂ ਤਾਂ ਪਤਾ ਨੀ ਕਿੰਨੀਆਂ, MP 2 ਨੇ, ਉਹ ਜਿਹੜੇ 2 MP ਆ ਦੋਵੇਂ ਬਾਦਲ ਪਰਿਵਾਰ ਚੋਂ ਨੇ। ਇਹ ਤਾਂ ਘਰ ਦੇ ਵਿੱਚ ਰੌਲਾ ਕੋਈ ਵੀ ਨਹੀਂ ਹੋਣਾ ਕਿ ਮੰਤਰੀ ਕੌਣ ਬਣੂਗਾ, ਰੌਲਾ ਇਹੀ ਹੈ ਕਿ ਭਾਈ ਅਗਲੇ ਮੰਤਰੀ ਬਣਾਉਣ ਨੂੰ ਤੁਹਾਨੂੰ ਤਿਆਰ ਹੈਗੇ ਆ। ਇੱਕ ਤਾਂ ਉਹਨਾਂ ਨੇ ਆਪਣੇ ਦਮ ਤੇ ਬਹੁਮਤ ਪ੍ਰਾਪਤ ਕਰ ਲਿਆ, ਦੂਸਰਾ ਉਹਨਾਂ ਨੂੰ ਤੁਹਾਡਾ ਕੋਈ ਲਾਭ ਨਹੀਂ ਹੋਇਆ ਪੰਜਾਬ ਦੇ ਵਿੱਚ, ਇਸ ਕਰਕੇ ਹੋ ਸਕਦਾ ਅਗਲੇ ਮਨਾ ਕਰਦੇ ਕਿ ਭਾਈ ਮਿਨਿਸਟਰ ਆਫ ਸਟੇਟ ਬਣਨਾ ਤਾਂ ਜਾਓ, ਨਹੀਂ ਤਾਂ ਬੈਠੋ ਘਰੇ। ਹੁਣ ਅਕਾਲੀ ਦਲ ਨੇ ਜ਼ੋਰ ਲਾਉਣਾ ਕਿ ਮਿਨਿਸਟਰ ਆਫ ਸਟੇਟ ਨਹੀਂ, ਭਾਈ ਤੁਸੀਂ ਸਾਨੂੰ ਕੈਬਨਿਟ ਮੰਤਰੀ ਦਾ ਇੱਕ ਅਹੁਦਾ ਤਾਂ ਦੇ ਦਿਓ, ਜੇ ਕੈਬਨਿਟ ਮੰਤਰੀ ਦਾ ਇੱਕ ਅਹੁਦਾ ਮਿਲ ਜੂ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਕੁਝ ਦੱਸਣ ਜੋਗੇ ਹੋਵਾਂਗੇ। ਚਲੋ ਮੰਨ ਲੈਂਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਆਉਣ ਵਾਲੀ ਮੋਦੀ ਸਰਕਾਰ ਜਿਹੜੀ ਹੈ ਨਾ ਉਹ ਚੰਗੇ ਤਰੀਕੇ ਦੇ ਨਾਲ ਕੰਮ ਕਾਰ ਕਰਦੀ ਹੈ, ਇਹਨਾਂ ਨੂੰ ਇੱਕ ਮਿਨਿਸਟਰ ਦਾ ਅਹੁਦਾ ਦੇਂਦੀ ਹੈ, ਪਰ ਉਹਨਾਂ ਦੇ ਲਈ ਮੁਸੀਬਤ ਇੱਕ ਨਵੀਂ ਖੜੀ ਹੈ। ਪੰਜਾਬ ਚੋਂ ਬੀਜੇਪੀ ਵਾਲੇ ਨਹੀਂ ਕਹਿਣਗੇ
ਕਿ ਦੋ ਸੀਟਾਂ ਇਹਨਾਂ ਦੀਆਂ ਤੇ ਦੋ ਸਾਡੀਆਂ, ਅਕਾਲੀਆਂ ਚੋਂ ਮੰਤਰੀ ਬਣਾ ਦਿਓ ਤੇ ਸਾਨੂੰ ਇਕੱਲੇ ਕਿੱਦਾਂ ਛੱਡ ਦਿਓ। ਹੁਣ ਸੋਮ ਪ੍ਰਕਾਸ਼ ਕੈਂਥ ਤੇ ਸਨੀ ਦਿਓਲ ਦੇ ਵਿੱਚੋਂ ਜੇ ਕਿਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਚੋਣ ਕਿਸੇ ਦੀ ਕਰਨੀ ਪਈ ਤਾਂ ਉਹ ਸੋਮ ਪ੍ਰਕਾਸ਼ ਕੈਂਥ ਦੀ ਕਰਨਗੇ, ਕਿਉਂਕਿ ਉਹ ਸਾਬਕਾ ਅਧਿਕਾਰੀ ਰਹੇ ਨੇ, ਸਰਕਾਰੀ ਕੰਮਕਾਰ ਕਿਵੇਂ ਚੱਲਦੇ ਆ, ਲੋਕਾਂ ਦੀਆਂ ਮੁਸੀਬਤਾਂ ਕਿਵੇਂ ਹੱਲ ਹੋ ਸਕਦੀਆਂ, ਸਾਰਾ ਕੁਝ ਜਿਹੜਾ ਸੋਮ ਪ੍ਰਕਾਸ਼ ਕੈਂਥ ਹੋਰਾਂ ਨੂੰ ਪਤਾ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਜੇ ਕਿਤੇ ਮੰਤਰੀ ਮੰਡਲ ਦੇ ਵਿੱਚ ਕਿਸੇ ਦਾ ਦਾਅ ਲਾਇਆ ਤੇ ਉਹ ਲੱਗਦਾ ਪੰਜਾਬ ਇਕਾਈ ਦੇ ਵਿੱਚੋਂ ਸੋਮ ਪ੍ਰਕਾਸ਼ ਕੈਂਥ ਦਾ ਹੋਏਗਾ। ਇਹਦੇ ਤੋਂ ਇਲਾਵਾ ਅੱਜ ਮੋਦੀ ਸਾਹਿਬ ਨੇ ਜਦੋਂ ਭਾਸ਼ਣ ਦਿੱਤਾ ਉਸ ਭਾਸ਼ਣ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਕੀਤੀਆਂ, ਕਹਿੰਦੇ ਦੇਖੋ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਹਾਰ ਗਈਆਂ, ਪੱਛਮੀ ਬੰਗਾਲ ਦੇ ਵਿੱਚ ਸਾਨੂੰ ਦਬਕੇ ਮਾਰਦੇ ਸੀ, ਸਾਨੂੰ ਰੋਕਦੇ ਸੀ, ਉਹ ਤਾਕਤਾਂ ਹਾਰ ਗਈਆਂ ਤੇ ਅਸੀਂ ਬਹੁਤ ਸ਼ਾਨਾ ਮੱਤੇ ਢੰਗ ਦੇ ਨਾਲ ਕਹਿੰਦੇ ਲੋਕਾਂ ਦੇ ਸਹਿਯੋਗ ਦੇ ਨਾਲ ਜਿੱਤ ਜਿਹੜੀ ਹੈ ਉਹ ਹਾਸਲ ਕਰ ਲਈ ਹੈ। ਚਲੋ ਬਹੁਤ ਚੰਗਾ, ਤੁਸੀਂ ਇਹ ਸਾਰੀਆਂ ਗੱਲਾਂ ਆਖੀਆਂ, ਪਰ ਹੁਣ ਮੋਦੀ ਸਾਹਿਬ ਦੀ ਕੈਬਨਿਟ ਦੇ ਵਿੱਚ ਕੌਣ ਕੌਣ ਹੋਏਗਾ? ਦੇਖੋ ਬੀਬੀ ਜਿਹੜੀ ਇਸ ਵੇਲੇ ਸੁਸ਼ਮਾ ਸਵਰਾਜ ਨੇ ਚੋਣ ਨਹੀਂ ਲੜੀ, ਉਹ ਮੰਤਰੀ ਨਹੀਂ ਬਣ ਗਏ। ਦੂਜੇ ਪਾਸੇ ਬੀਬੀ ਉਮਾ ਭਾਰਤੀ ਨੇ ਚੋਣ ਨਹੀਂ ਲੜੀ, ਉਹ ਵੀ ਨਹੀਂ ਮੰਤਰੀ ਬਣ ਗਏ। ਬਹੁਤ ਜ਼ਿਆਦਾ ਸਿਹਤ ਖਰਾਬ ਜਿਹੜੀ ਹੈ ਭਾਰਤ ਦੇ ਮੌਜੂਦਾ ਕੈਬਨਿਟ ਮਿਨਿਸਟਰ ਜਿਹੜੇ ਅਰੁਣ ਜੇਤਲੀ ਉਹਨਾਂ ਦੀ ਰਹਿੰਦੀ ਹੈ, ਹੋ ਸਕਦਾ ਕਿ ਛੁੱਟੀਆਂ ਚਾਰ ਉਹਨਾਂ ਨੂੰ ਵੀ ਦੇ ਦਿੱਤੀਆਂ ਜਾਣ ਕਿ ਭਾਈ ਤੁਸੀਂ ਇਸੇ ਹਿਸਾਬ ਕਿਤਾਬ ਦੇ ਨਾਲ ਕੰਮ ਕਰ ਲਿਓ। ਪਰ ਦੋ ਤਿੰਨ ਸੂਬੇ ਐਸੇ ਨੇ ਸੁਖਨੈਬ ਜੀ ਜਿਹਨਾਂ ਸੂਬਿਆਂ ਦੇ ਵਿੱਚੋਂ ਬੀਜੇਪੀ ਨੇ ਮੱਥਾ ਖਾਤਾ ਖੋਲ੍ਹ ਕੇ ਗੱਡੀ ਲੀਹ ਤੇ ਪਾਈ ਹੈ, ਉਹਨਾਂ ਦੇ ਵਿੱਚੋਂ ਇੱਕ ਸੂਬਾ ਪੱਛਮੀ ਬੰਗਾਲ ਦਾ, ਜਿੱਥੋਂ ਪਹਿਲੀ ਵਾਰ ਬੀਜੇਪੀ ਨੇ 42 ਦੇ ਵਿੱਚੋਂ 18 ਲੋਕ ਸਭਾ ਮੈਂਬਰ ਜਿਤਾ ਲਏ ਤੇ ਉਮੀਦ ਹੈ ਕਿ ਘੱਟੋ ਘੱਟ 3 ਮੈਂਬਰ ਪਾਰਲੀਮੈਂਟਾਂ ਨੂੰ ਕੇਂਦਰੀ ਕੈਬਨਿਟ ਦੇ ਵਿੱਚ ਥਾਂ ਜਿਹੜੀ ਹੈ ਉਹ ਬੰਗਾਲ ਦੇ ਕੋਟੇ ਚੋਂ ਦੇ ਦਿੱਤੀ ਜਾਊਗੀ, ਤਾਂ ਜੋ ਅਗਲੀਆਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਇਹ 3 ਕੇਂਦਰੀ ਮੰਤਰੀ ਜਿਹੜੇ ਹੈ ਗ੍ਰਾਂਟਾਂ ਵਾਲੀ ਪ੍ਰੋਜੈਕਟਾਂ ਵਾਲੀ ਲੋਕਾਂ ਦੇ ਨਾਲ ਤਾਲਮੇਲ ਰੱਖਣ ਵਾਲੀ ਪੂਰੀ ਤਰ੍ਹਾਂ ਉਹ ਹਨੇਰੀ ਲਿਆ ਦੇਣ, ਜਿਹਦੇ ਨਾਲ ਕਿ ਵੋਟਾਂ ਦੇ ਵੇਲੇ ਕੋ ਬਹੁਤੀ ਜ਼ਿਆਦਾ ਮੁਸ਼ਕਤ ਨਾ ਕਰਨੀ ਪਵੇ। ਦੂਸਰਾ ਉੜੀਸਾ ਦੇ ਵਿੱਚ ਬੀਜੂ ਜਨਤਾ ਦਲ ਉਹਨੂੰ ਸੱਜੇ ਖੱਬੇ ਕਰਕੇ ਅੱਜ 7 ਸੀਟਾਂ ਬੀਜੇਪੀ ਦੇ ਹਿੱਸੇ ਆਈਆਂ ਤੇ ਉੜੀਸਾ ਦੇ ਵਿੱਚੋਂ ਵੀ 1 ਜਾਂ 2 ਮੰਤਰੀ ਜਿਹੜੇ ਨੇ ਮੋਦੀ ਸਾਹਿਬ ਦੇ ਮੰਤਰੀ ਮੰਡਲ ਦਾ ਹਿੱਸਾ ਬਣ ਸਕਦੇ ਆ, ਜਿਹਦੇ ਨਾਲ ਕਿ ਉੱਥੇ ਵੀ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਤੱਤੀਆਂ ਸੱਜੀਆਂ ਖੱਬੀਆਂ ਹੈਗੀਆਂ ਉਹਨਾਂ ਤੋਂ ਪਹਿਲਾਂ ਭਾਵੇਂ 25 ਸਾਲ ਲਈ ਕਿਉਂ ਨਾ ਹੋਣੀਆਂ, ਆਧਾਰ ਚੰਗੇ ਤਰੀਕੇ ਬਣਾਇਆ ਜਾ ਸਕੇ। ਇਧਰਲੇ ਪਾਸਿਓਂ ਹਰਿਆਣੇ ਦੇ ਵਿੱਚੋਂ ਵੀ 2 ਮੰਤਰੀਆਂ ਦੇ ਅਸਾਰ ਨੇ, ਹਿਮਾਚਲ ਦੇ 4 ਦੇ ਵਿੱਚੋਂ ਅਨੁਰਾਗ ਠਾਕੁਰ ਦੀ ਆਸ ਹੈ ਕਿ ਉਹਨਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਤੇ ਇੱਕ ਬਹੁਤ ਵੱਡਾ ਮਲਾਈਦਾਰ ਅਹੁਦਾ ਜਿਹੜੇ 3 ਮੈਂਬਰ ਪਾਰਲੀਮੈਂਟ ਭਾਰਤੀ ਜਨਤਾ ਪਾਰਟੀ ਦੇ ਜੰਮੂ ਕਸ਼ਮੀਰ ਦੇ ਵਿੱਚੋਂ ਜਿੱਤੇ ਨੇ ਉਹਨਾਂ ਦੇ ਵਿੱਚੋਂ ਕਿਸੇ 1 ਮੈਂਬਰ ਪਾਰਲੀਮੈਂਟ ਨੂੰ ਕੇਂਦਰ ਸਰਕਾਰ 'ਚ ਮੰਤਰੀ ਬਣਾ ਕੇ ਕਿਤੇ ਨਾ ਕਿਤੇ ਸਾਰਾ ਕੁਝ ਬੈਲੈਂਸ ਕਰਨ ਦਾ ਯਤਨ ਜਿਹੜਾ ਉਹ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਸਾਹਿਬ ਕਰਨਗੇ। ਉਹਨਾਂ ਨੇ ਬੀਤੇ ਕੱਲ ਇੱਕ ਸੰਕੇਤ ਦਿੱਤਾ ਸੀ, ਸੰਕੇਤ ਇਹ ਦਿੱਤਾ ਸੀ ਕਿ ਜੇ ਕਹਿੰਦੇ ਸਾਨੂੰ ਬਹੁਮਤ ਮਿਲਿਆ ਤਾਂ ਅਸੀਂ ਆਪਣੇ ਮੰਤਰੀ ਮੰਡਲ ਦੇ ਜਿਹੜੇ ਪੁਰਾਣੇ ਸਾਥੀ ਨੇ ਉਹਨਾਂ ਨੂੰ ਹੌਲੀ ਹੌਲੀ ਘੱਟ ਭਾਰ ਵਾਲਾ ਕੰਮ ਦੇ ਕੇ ਉਹਨਾਂ ਦੀ ਥਾਂ ਨਵੇਂ ਬੰਦੇ ਜਿਹੜੇ ਨੇ ਉਹਨਾਂ ਨੂੰ ਹਾਲੀ ਕਰਨ ਦਾ ਜਿਹੜਾ ਉਹ ਯਤਨ ਕਰਾਂਗੇ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਵੀ ਲੱਗਦਾ ਸੀ ਕਿ ਭਾਈ ਤਰਥੱਲੀ ਜਿਹੜੀ ਆ ਨਾ ਉਹ ਸਿਆਸੀ ਤੌਰ ਤੇ ਮੱਚ ਜਾਣੀ ਆ, ਐਤਕੀ ਬਹੁਤੇ ਮੰਤਰੀ ਜਿਹੜੇ ਆ ਉਹ ਤੁਹਾਨੂੰ ਨਵਿਆਂ ਚਿਹਰਿਆਂ ਵਾਲੇ ਨਜ਼ਰ ਆਉਣਗੇ। ਜੀ ਬਹੁਤ ਮਿਹਰਬਾਨੀ ਬਾਟ ਸਾਹਿਬ, ਬਹੁਤ ਧੰਨਵਾਦ ਤੁਹਾਡਾ ਜੁੜਨ ਵਾਸਤੇ ਤੇ ਅਸੀਂ ਬਾਕੀ ਗੱਲਬਾਤ ਕੱਲ ਨੂੰ ਛੇੜਦੇ ਆ। ਉਹ ਮੌਸਮ ਕਿਹੋ ਜਿਹਾ ਬਣਿਆ ਪਿਆ ਜੀ? ਹੁਣ ਮੌਸਮ ਪੂਰਾ ਗਰਮ ਹੈ ਜੀ, ਦੁਪਹਿਰੇ ਜਿਹਾ ਥੋੜਾ ਜਿਹਾ ਮੀਂਹ ਵੀ ਪਿਆ ਸੀ, ਸਵੇਰੇ ਸਵੇਰੇ ਹਨੇਰੀ ਵੀ ਚੱਲੀ ਸੀ, ਪਰ ਇਸ ਵੇਲੇ ਗਰਮੀ ਜਿਹੜੀ ਸਿਖਰਾਂ ਦੇ ਉੱਤੇ ਹੈ ਤੇ ਹੋ ਸਕਦਾ ਕਿ ਰਾਤ ਨੂੰ 2-4 ਸ਼ਰਾਤੇ ਮੌਸਮ ਵਿਭਾਗ ਦੇ ਸੰਕੇਤ ਦੇ ਮੁਤਾਬਕ ਪੈ ਵੀ ਜਾਣ। ਜੀ ਬਹੁਤ ਧੰਨਵਾਦ ਜੀ, ਬਾਕੀ ਦੇਖਦੇ ਹਾਂ ਹਾਲਾਤ ਕਿਹੋ ਜਿਹੇ ਬਣਨਗੇ, ਹੋ ਸਕਦਾ ਕੋਈ ਬਾਹਰ ਭੇਜ ਜੇ ਤੇ ਕਿਸੇ ਨੂੰ ਚਾਹ ਚੜ ਜੇ ਅੱਜ ਦੀਆਂ 4 ਕਣੀਆਂ ਦੇ ਨਾਲ, ਕਈਆਂ ਦੇ ਤਪਦੇ ਦਿਲਾਂ ਨੂੰ ਰਾਹਤ ਵੀ ਮਿਲ ਸਕਦੀ ਹੈ ਤੇ ਅਸੀਂ ਮਿਲਦੇ ਹਾਂ ਕੱਲ ਨੂੰ ਵਟਸਐਪ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਸੁਖਨੈਬ ਜੀ, ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਸ਼ੁਭ ਇਸ਼ਾਵਾਂ। ਸੋ ਪਰਮਵੀਰ ਸਿੰਘ ਬਾਟ ਸਾਹਿਬ ਦੇ ਨਾਲ ਗੱਲਬਾਤ ਤੁਸੀਂ ਸੁਣ ਰਹੇ ਸੀ ਜੀ।